ਹਾਂਜੀ ਬੱਚੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਕਸੈਸਰੀ ਪੰਜਾਬ ਤੇ ਆਈ ਹੋਪ ਜੀ ਤੁਸੀਂ ਸਾਰੇ ਵਧੀਆ ਹੋ ਮੈਂ ਕਨਫਰਮ ਕਨਫਰਮੇਸ਼ਨ ਦੇ ਦਿਓ ਕਿ ਆਵਾਜ਼ ਆ ਰਹੀ ਹੈ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਆਈ ਹੋਪ ਸਭ ਕੈਮ ਹੋਮਗੇ ਲੋ ਜੀ ਸੋ ਅੱਜ ਹੈ 8 ਫਰਵਰੀ ਤੇ 8 ਫਰਵਰੀ ਦੇ ਦਿਨ ਦੇ ਕਰੰਟ ਅਫੇਅਰਸ ਕੰਪਲੀਟ ਕਰਦੇ ਆਂ ਥਿਉਰੀ ਦੇ ਵੀ 15 ਨਿਊਜ਼ ਆਰਟੀਕਲ ਨੇ ਤੇ ਨਾਲ ਆਪਾਂ ਨੇ ਅੱਜ ਤੁਹਾਡੇ ਕਹਿਣ ਦਾ ਭਾਵ ਕਿ ਮੇਰੇ ਕਹਿਣ ਦਾ ਭਾਵ ਕਿ ਐਮਸੀਕਿਊਜ਼ ਵੀ ਕਰਨੇ ਆ ਸੋ ਸੈਸ਼ਨ ਨੂੰ ਸਟਾਰਟ ਕਰਾਂਗੇ ਵਿਦਆਊ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਦੀਪ ਯੋਗਰਾਜ ਕੁਲਦੀਪ ਰਾਦੇ ਰਾਦੇ ਕੁਲਦੀਪ ਸੁਪਰੀਆ ਅਰਸ਼ੂ ਵਾਲਿੰਗਬੋਸਲਾਮ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖੀ ਸੁਥਾਰ ਜਿਉਰਾਸਾਮਾ ਸਤਿ ਸ਼੍ਰੀ ਅਕਾਲ ਔਂਡੀ ਹੈ ਨਾ ਅੱਜ ਬਸ ਠੀਕ ਹੈ ਜੀ ਵਾਇਸ ਓਕੇ ਆ ਥੈਂਕ ਯੂ ਥੈਂਕ ਯੂ ਫॉर ਕਨਫਰਮੇਸ਼ਨ ਲੋ ਮੇਰੇ ਵੀਰੋ ਸੋ ਕਰੀਏ ਸਟਾਰਟ ਸੈਸ਼ਨ ਨੂੰ ਸਿੱਧੂ ਦੇ ਸ਼ੋਅ ਨੂੰ ਸਟਾਰਟ ਕਰਦੇ ਆਂ ਬੱਚਿਓ ਜਾਣ ਤੋਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਵਾ 19 ਫਰਵਰੀ ਨੂੰ ਆਣਾ ਬੈਚ ਸਟਾਰਟ ਹੋ ਗਿਆ ਦੁਬਾਰੇ ਦੁਬਾਰੇ ਯਾਦ ਕਰਵਾਵਾਂਗੇ ਬੱਚਿਓ ਕਿ ਉਹਨੂੰ ਤੁਸੀਂ ਲੈ ਲਿਓ ਤੇ ਆਪਣੀ ਤਿਆਰੀ ਨੂੰ ਐਕਸਟ੍ਰੀਮ ਲਾਈਨ ਤਰੀਕੇ ਨਾਲ ਕਰ ਲਿਓ ਚਾਰ ਕਲਾਸਾਂ ਲੱਗਿਆ ਕਰਨੀਆਂ ਫਿਰ ਥੋੜੀ ਦਿਨ ਚ ਇੱਕ ਤਾਂ ਮੇਰੇ ਨਾਲ ਥੋੜੀ 9 ਵਜੇ ਲੱਗਿਆ ਕਰੂਗੀ ਠੀਕ ਹੈ ਜੀ ਫਿਰ ਥੋੜੀ ਲੱਗਿਆ ਕਰੂ 11 ਵਜੇ 11 ਤੋਂ 12:30 ਫਿਰ 12:30 ਤੋਂ 2 ਫਿਰ 2:30 ਤੋਂ 4 ਇਹ ਚਾਰ ਕਲਾਸਾਂ ਤੁਸੀਂ ਸਾਡੇ ਨਾਲ ਲਾਇਆ ਕਰੋਗੇ ਬੱਚੋ ਪੇਡ ਕੋਰਸ ਦੇ ਵਿੱਚ ਹਾਂਜੀ ਉਹਨੂੰ ਜ਼ਰੂਰ ਲਾਇਓ yograj good night ਸੁੱਤਾ ਨਹੀਂ ਰਾਤ ਨੂੰ ਥੋੜੀ ਸੀਟ ਪੱਕੀ ਹੈ ਰਾਦੇ ਰਾਦੇ ਵੈਰੀ ਗੁੱਡ ਜੀ ਸੋ ਸੈਸ਼ਨ ਨੂੰ ਲਾਈਕ ਕਰ ਦਿਓ ਪਹਿਲਾਂ ਹੀ ਕਮਲ ਕੌਰ ਵੈਰੀ ਗੁੱਡ ਮਾਰਨਿੰਗ ਦੀਪ ਗਿਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਸੰਦੀਪ ਸਿੰਘ ਨੇ ਤਾਂ ਕਮਲਾ ਹੋ ਗਿਆ ਪੁੱਛ-ਪੁੱਛ ਕੇ ਸਵਾਲ ਸਰ ਐਡਵੈਸਰ ਪੰਜ ਅਸਿਸਟੈਂਟ ਦਾ ਪੇਪਰ ਕਦੋਂ ਤੱਕ ਹੋ ਸਕਦਾ ਹੈ ਜੀ ਕਦੇ ਵੀ ਹੋ ਸਕਦਾ ਹੈ ਕਿਰਪਾ ਕਦੇ ਵੀ ਹੋ ਸਕਦਾ ਬੱਚੇ ਆਪਾਂ ਨੂੰ ਇਹਦੇ ਬਾਰੇ ਕੋਈ ਆਈਡੀਆ ਫਿਲਹਾਲ ਹੈ ਨਹੀਂ ਆਪਾਂ ਨੇ ਕੋਈ ਰਿਸਰਚ ਨਹੀਂ ਕੀਤੀ ਹੈ ਕਿ ਇਦਾਂ ਦੀ ਰਿਸਰਚ ਜਿਹੜੇ ਆ ਆਪਣੇ ਡਿਊਟੀ ਜਿਹੜੀ ਆਪਾਂ ਨੇ ਮੈਡਮ ਦੀ ਲਈ ਹੋਈ ਆ ਉਹ ਲੈ ਕੇ ਆਉਣਗੇ ਇਹਦੇ ਉੱਤੇ ਵੀਡੀਓ ਲੋ ਜੀ ਹੁਣ ਸੁਣ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੱਸੀ ਕੋਟ ਲਈ ਜੈਸਮੀਂ ਕਿਰਪਾਲ ਕੰਗ ਆ ਜਾ ਬਈ ਸੈਸ਼ਨ ਨੂੰ ਸਟਾਰਟ ਕਰਦੇ ਆਂ ਬੱਚਿਓ 7 ਫਰਵਰੀ ਯਾਨੀ ਕਿ ਕੱਲ ਨੂੰ ਇੱਕ ਦਿਨ ਮਨਾਇਆ ਗਿਆ ਸੀਗਾ that is national black hiv aids awareness day ਠੀਕ ਹੈ ਜੀ ਇੱਕ ਜਿਹੜਾ ਆਪਾਂ ਐਡਸ ਡੇ ਪੜ੍ਹਦੇ ਆ ਇੱਕ ਆਪਾਂ ਨੋਰਮਲ ਐਡਸ ਡੇ ਪੜ੍ਹਦੇ ਆ ਉਹ ਤਾਂ ਬੱਚੇ ਸੀਗਾ ਆਪਣਾ ਦਸੰਬਰ 1 1 ਦਸੰਬਰ ਨੂੰ ਸੀਗਾ ਹਨਾ ਜੀ ਜਿਹਦਾ ਥੀਮ ਕੀ ਸੀਗਾ ਬੱਚੇ Let communities lead ਤੁਹਾਡੇ ਰਿਵੀਜ਼ਨ ਕਰਵਾ ਰਿਹਾ Let communities lead ਇਹ ਥੀਮ ਸੀਗਾ ਐਡਸ ਡੇ ਦਾ 1 ਦਸੰਬਰ ਵਾਲਾ ਹੁਣ ਜਿਹੜਾ ਆਹ ਵਾਲਾ ਏਡਸ ਡੇ ਹੈ ਬੱਚੇ ਖਾਸ ਕਰਕੇ ਯੂ ਐਸ ਏ 'ਚ ਮਨਾਇਆ ਜਾਂਦਾ ਨੈਸ਼ਨਲ ਬਲੈਕ ਐਚ ਆਈ ਵੀ ਏਡਸ ਅਵੇਅਰਨੈਸ ਡੇ ਇਹਦੇ ਵਿੱਚ ਕਹਿੰਦੇ ਵੀ ਜਿਹੜੇ ਐਫਰੋ ਅਮਰੀਕਨ ਐਫਰੋ ਅਮਰੀਕਨਸ ਨੇ ਐਫਰੋ ਅਮਰੀਕਨਸ ਯਾਨੀ ਕਿ ਅਫਰੀਕੀ ਮੂਲ ਦੇ ਨੇ ਬਟ ਅਮਰੀਕਨ ਨੇ ਉਹਨਾਂ ਦੇ ਸਪੈਸੀਫਿਕਲੀ ਉਹਨਾਂ ਦੇ ਵਿੱਚ ਏਡਸ ਦੀ ਅਵੇਅਰਨੈਸ ਨੂੰ ਜਾਗਰੂਕਤਾ ਨੂੰ ਵਧਾਉਣਾ ਇਹਦਾ ਮੇਨ ਮਕਸਦ ਹੈ ਕਿਉਂਕਿ ਜ਼ਿਆਦਾਤਰ ਐਫਰੀਕਨ ਪੋਪੂਲੇਸ਼ਨ ਬਹੁਤ ਜ਼ਿਆਦਾ ਏਡਸ ਦੀ ਸ਼ਿਕਾਰ ਹੈ ਠੀਕ ਹੈ ਜੀ ਇਸ ਕਰਕੇ ਯੂ ਐਸ ਏ ਦੇ ਵਿੱਚ ਮਨਾਇਆ ਜਾਂਦਾ ਨੈਸ਼ਨਲ ਬਲੈਕ ਐਚ ਆਈ ਵੀ ਏਡਸ ਅਵੇਅਰਨੈਸ ਡੇ 7 ਫਰਵਰੀ ਨੂੰ ਤੁਸੀਂ ਯਾਦ ਰੱਖਣਾ ਬੱਚੇ ਇਸ ਗੱਲ ਨੂੰ ਤੇ ਇਹਦੀ ਥੀਮ ਕੀ ਹੈ ਇੰਗੇਜ ਐਜੂਕੇਟ ਐਮਪਾਵਰ ਯੂਨਾਈਟਿੰਗ ਟੂ ਐਂਡ ਐਚ ਆਈ ਵੀ ਏਡਸ ਇਨ ਬਲੈਕ ਕਮਿਊਨਿਟੀਆਂ ਓਕੇ ਜੀ ਸੋ ਇਹ ਦੀ ਥੀਮ ਹੈ ਯਾਦ ਰੱਖੋਗੇ ਇੰਗੇਜ ਕਰੀਏ ਐਜੂਕੇਟ ਕਰੀਏ ਐਮਪਾਵਰ ਕਰੀਏ ਯੂਨਾਈਟ ਹੋਈਏ ਸਾਰੇ ਤਾਂ ਕਿ ਬਲੈਕ ਕਮਿਊਨਿਟੀਆਂ ਦੇ ਵਿੱਚੋਂ ਐਚ ਆਈ ਵੀ ਤੇ ਏਡਸ ਨੂੰ ਖਤਮ ਕੀਤਾ ਜਾ ਸਕੇ ਥੋੜੀ ਜਿਹੀ ਆਪਾਂ ਰਿਵੀਜ਼ਨ ਕਰੀਏ ਬੱਚਿਓ 1 ਦਸੰਬਰ ਨੂੰ ਆਪਾਂ ਨੇ ਕੀ ਕੀਤਾ ਸੀਗਾ? ਓ ਸੌਰੀ। 1 ਫੈਬਰੂਅਰੀ ਨੂੰ ਆਪਾਂ ਨੇ ਕੀ ਕੀਤਾ ਸੀਗਾ? ਦੈਟ ਇਜ਼ ਇੰਡੀਅਨ ਕੋਸਟ ਗਾਰਡ ਦੇ ਕੀ ਕੀਤਾ ਸੀਗਾ? ਇੰਡੀਅਨ ਕੋਸਟ ਗਾਰਡ ਡੇ। ਹਨਾ ਜੀ? ਠੀਕ ਹੈ ਜੀ ਡਨ ਹੈ। ਲੋ ਜੀ 2 ਫਰਵਰੀ ਨੂੰ ਅਸੀਂ ਕੀ ਕੀਤਾ ਸੀਗਾ? ਕੀਤਾ ਸੀਗਾ ਇੰਟਰਨੈਸ਼ਨਲ ਵੈਟਲੈਂਡ ਡੇ ਇੰਟਰਨੈਸ਼ਨਲ ਵੈਟਲੈਂਡ ਡੇ ਇੰਟਰਨੈਸ਼ਨਲ ਵੈਟਲੈਂਡ ਡੇ ਵਾਲਾ ਇੰਟਰਨੈਸ਼ਨਲ ਇੱਕ ਆਰਗ ਇੰਟਰਨੈਸ਼ਨਲ ਕਾਨਫਰੰਸ ਰੱਖੀ ਸੀ ਇੰਡੀਆ ਵਾਲਿਆਂ ਨੇ ਕਿਤੇ ਸਿਰ ਪਰ ਪਾਉਣ ਦੇ ਵਿੱਚ ਇੰਦੋਰ ਦੇ ਵਿੱਚ ਉਹਨੂੰ ਵੀ ਯਾਦ ਰੱਖ ਲਿਓ ਜੀ ਫਿਰ 4 ਫਰਵਰੀ ਦਾ ਬੜਾ ਇੰਪੋਰਟੈਂਟ ਦਿਨ ਸੀਗਾ ਉਹ ਸੀਗਾ ਵਰਲਡ ਕੈਂਸਰ ਡੇ ਵਰਲਡ ਕੈਂਸਰ ਅਵੇਅਰਨੈਸ ਡੇ ਵਰਲਡ ਕੈਂਸਰ ਡੇ 4 ਫਰਵਰੀ ਨੂੰ ਕੀਤਾ ਸੀ ਆਪਾਂ ਨੇ ਠੀਕ ਹੈ ਜੀ 6 ਫੈਬਰੂ ਨੂੰ ਆਪਾਂ ਨੇ ਕਿਹੜਾ ਦਿਨ ਕੀਤਾ ਸੀ 6 ਫੈਬਰੂ ਨੂੰ ਕੀਤਾ ਸੀਗਾ ਸੀ ਇਹ ਇੰਟਰਨੈਸ਼ਨਲ ਡੇ ਫੋਰ ਜ਼ੀਰੋ ਟੋਲਰੈਂਸ इंटरनेशनल डे फॉर जीरो टॉलरेंस फॉर फीमेल जेनेटिकल म्यूटिलेशन फीमेल जेनिटल म्यूटिलेशन म्यूटिले ना ठीक है जी किया फिर हूँ अज सत्त फरवरी यानी कि अज तो अठ फरवरी है सत्त फरवरी वाला दिन आ गया नैशनल एच आई वी एड्स से नैशनल एच आई वी एड्स ਬਲੈਕ ਅਵੇਅਰਨੈਸ ਦੇ ਇਹ ਜਿਹੀ ਕੁਛ ਨਹੀਂ ਆ ਹਾਂ ਨੈਸ਼ਨਲ ਐਚ ਆਈ ਵੀ ਨੈਸ਼ਨਲ ਬਲੈਕ ਐਚ ਆਈ ਵੀ ਐਡਸ ਅਵੇਅਰਨੈਸ ਜੀ ਨੈਸ਼ਨਲ ਬਲੈਕ ਐਚ ਆਈ ਵੀ ਐਡਸ ਅਵੇਅਰਨੈਸ ਜੀ ਹਨਾ ਜੀ ਸੋ ਇਹ ਸਾਰੇ ਦਿਨ ਫਿਲਹਾਲ ਜਿੰਨੇ ਤੱਕ ਹੋਏ ਨੇ ਆਪਣੇ ਆ ਸਾਰੇ ਰਿਵੀਜ਼ਨ ਕਰ ਲਿਆ ਜੀ ਰਿਵੀਜ਼ਨ ਬੱਚੇ ਬਹੁਤ ਜ਼ਰੂਰੀ ਆ ਰਿਵੀਜ਼ਨ ਬਹੁਤ ਜ਼ਰੂਰੀ ਆ ਜਿਹੜੇ ਬੱਚੇ ਰਿਵੀਜ਼ਨ ਨਹੀਂ ਕਰਦੇ ਤੁਸੀਂ ਬੱਚਿਓ ਘਾਟਾ ਖਾਓਗੇ ਥੋੜੇ ਪੇਪਰ ਦੇ ਵਿੱਚ ਰਿਵੀਜ਼ਨ ਬਹੁਤ ਜ਼ਰੂਰੀ ਆ ਤਾਂ ਕਰਕੇ ਆਪਣੇ ਆਪਲੇ ਕਰੰਟ ਅਫੇਅਰਸ ਦੇ ਵਿੱਚ ਨਾ ਮੈਂ ਰਿਵੀਜ਼ਨ ਉੱਤੇ ਥੋੜਾ ਜਿਆਦਾ ਜ਼ੋਰ ਦਿਨਾ ਹੁਣਾਂ ਤਾਂ ਕਿ ਤੁਸੀਂ ਹਰ ਰੋਜ਼ ਦੇਖ ਰਹੇ ਹੋ ਸੁਣ ਰਹੇ ਹੋ ਤੁਹਾਡੀਆਂ ਜਿਹੜੀਆਂ ਵਿਕਟੋਰਲ ਮੈਮਰੀ ਬਣਦੀ ਜਾਵੇ ਵਿਕਟੋਰਲ ਸੁਣੇ ਜਾਓਗੇ ਤਾਂ ਤੁਹਾਨੂੰ ਯਾਦ ਰਹਿਣ ਦੀ ਜਿਹੜੀ ਹੈ ਥੋੜੀ ਪ੍ਰੋਬੈਬਿਲਟੀ ਜ਼ਿਆਦਾ ਹੋ ਜਾਊਗੀ ਠੀਕ ਹੈ ਜੀ ਚਲੋ ਜੀ ਆਜ ਵੀ ਗੁੱਡ ਮਾਰਨਿੰਗ ਵਿਜੇਂਦਰ ਕੌਰ ਬਲੈਕੀ ਗੁੱਡ ਮਾਰਨਿੰਗ ਲੋ ਜੀ ਅੱਗੇ ਚੱਲਦੇ ਹਾਂ ਯਾਰ ਹਾਂ ਜੀ ਥਿੰਨ ਤਾਂ ਯਾਦ ਕਰਨੀ ਪੈਂਦੀ ਦੀਪਕਲ ਪੱਕਰਨੀ ਪੈਂਦੀ ਹੁੰਦੀ ਹੈ ਚਲੋ ਜੀ ਇਨਫ ਫੈਦਲਪ੍ਰੀਤ ਦਿਸ ਕਰੰਟ ਅਫੇਅਰਸ ਆਰ ਇਨਫ ਫੋਰ ਐਨੀ ਐਗਜ਼ਾਮ ਇਨ ਇੰਡੀਆ ਥੋੜੀ ਇੰਡੀਆ ਦੇ ਵਿੱਚ ਜਿਹੜਾ ਵੀ ਐਗਜ਼ਾਮ ਹੋ ਰਿਹਾ ਐ SSC ਦਾ ਦਿਨੇ ਹੋ ਰੇਲਵੇ ਦਾ ਦਿਨੇ ਹੋ ਵਟ ਏਵਰ ਤੁਸੀਂ ਦੇ ਰਹੇ ਹੋ CDS PCA P F ਪੰਜਾਬ ਦੇ ਐਗਜ਼ਾਮ ਸਾਰਿਆਂ ਵਾਸਤੇ ਬੱਚੇ ਇਹ ਮੋਰ ਦਨ ਇਨਫ ਹੋਊਗਾ ਇਹ ਗੱਲ ਮੈਂ ਠੋਕੇ ਕਹਿ ਸਕਦਾ ਹਾਂ ਕਿਉਂਕਿ ਮੈਂ ਛੜਦਾ ਨਹੀਂ ਕੋਈ ਨਿਊਜ਼ ਚਲੋ ਜੀ ਅੱਗੇ ਵਧੋ ਅੱਗੇ ਵਧੋ ਬੱਚਿਓ ਲੋ ਜੀ ਅਗਲੇ ਨਿਊਜ਼ ਦੇ ਵਿੱਚ ਜ਼ਿਕਰ ਆ ਰਿਹਾ ਜਸਪ੍ਰਿਤ ਬੁੰਮਰਾ ਦਾ ਸੋ ਜਸਪ੍ਰਿਤ ਬੁੰਮਰਾ ਨੇ ਬੱਚਿਓ ਜ਼ਬਰਦਸਤ ਤਰੀਕੇ ਨਾਲ ਸਿਰਾ ਕਰਾਤਾ ਤੇ ਪਹਿਲਾ ਇੰਡੀਅਨ ਪੇਸ ਬੋਲਰ ਬਣਿਆ ਫਰਸਟ ਇੰਡੀਅਨ ਪੇਸ ਬੋਲਰ ਜਿਹੜਾ ਕਿ ਨੰਬਰ 1 ਰੈਂਕਿੰਗ ਤੇ ਆਇਆ ਟੈਸਟ ਦੇ ਵਿੱਚ ਠੀਕ ਹੈ ਜੀ ਐਵੇਂ ਨਹੀਂ ਕਿ ਹੁਣ ਤੱਕ ਇੰਡੀਅਨਸ ਕੋਈ ਆਇਆ ਹੀ ਨਹੀਂ ਪਹਿਲੀ ਰੈਂਕ ਤੇ ਆਏ ਨੇ ਕਈ ਹੈ ਨੇ ਤਿੰਨ ਬੰਦੇ ਆਏ ਨੇ ਆਪਣੇ ਬਟ ਪੇਸਰ ਯਾਨੀ ਫਾਸਟ ਬੋਲਰ ਕਦੇ ਵੀ ਕੋਈ ਪਹਿਲੇ ਨੰਬਰ ਤੇ ਨਹੀਂ ਆਇਆ ਤੇ ਉਹ ਕਾਰਨਾਮਾ ਜਸਪ੍ਰਿਤ ਬੁਮਰਾ ਨੇ ਕਰਤਾ ਠੀਕ ਹੈ ਜੀ ਸੋ ਜਸਪ੍ਰਿਤ ਬੁਮਰਾ ਜੀ ਟੈਸਟ ਬੋਲਿੰਗ ਰੈਂਕਿੰਗਸ ਦੇ ਵਿੱਚ ਫਰਸਟ ਇੰਡੀਅਨ ਪੇਸਰ ਬਣ ਗਿਆ ਜੀ ਜਿਹੜਾ ਨੰਬਰ 1 ਪੋਜੀਸ਼ਨ ਇਹਨੇ ਹਾਸਲ ਕੀਤੀ ਹੈ ਯਾਦ ਰੱਖੋਗੇ ਉਸ ਤੋਂ ਇਲਾਵਾ ਬੱਚੇ ਜਿਹੜੇ ਅੱਜ ਤੱਕ ਨੰਬਰ 1 ਪੋਜੀਸ਼ਨ ਤੇ ਆਏ ਨੇ ਨਾ ਟੈਸਟ ਕ੍ਰਿਕਟ ਦੇ ਵਿੱਚ ਉਹ ਸਾਰੇ ਬੱਚੇ ਕੌਣ ਨੇ ਸਪਿਨਰ ਨੇ ਜਿਵੇਂ ਅਸ਼ਵਿਨ ਹੋ ਗਿਆ ਰਵਿੰਦਰ ਜੜੇਜਾ ਹੋ ਗਿਆ ਇੱਕ ਹੋਰ ਸੀ ਪੁਰਾਣਾ ਬੰਦਾ ਕਿਹੜਾ ਸੀਗਾ ਉਹ ਵਿਸ਼ਨ ਮੇਦੀ ਅੱਛਾ ਜੀ ਵਿਸ਼ਨ ਮੇਦੀ ਹੁਣੇ ਰੀਸੈਂਟਲੀ ਡੈਥ ਵੀ ਹੋਈ ਸੀ ਅਸ਼ਵਿਨ ਰਵਿੰਦਰ ਜੜੇਜਾ ਤੇ ਵਿਸ਼ਨ ਮੇਦੀ ਇਹ ਬੱਚੇ ਸਪਿਨਰ ਨੇ ਅੱਜ ਤੱਕ ਟੈਸਟ ਕ੍ਰਿਕਟ ਦੇ ਵਿੱਚ ਨੰਬਰ 1 ਤੇ ਆਏ ਨੇ ਪਰ ਅੱਜ ਤੱਕ ਇਹ ਪੇਸਰ ਨਹੀਂ ਕੋਈ ਆਇਆ ਸੀ ਤੇ ਹੁਣ ਪੇਸਰ ਆ ਗਿਆ ਜਸਪ੍ਰਿਤ ਬੁਮਰਾ ਦਾ ਨਾਮ ਵੱਜਦਾ ਵਈ ਲੋ ਜੀ 레이జర్ ਗਾਈਡਡ ਮਿਸਾਈਲ ਵਾਂਗੂ ਯਾਰਕਰ ਸੜਦਾ ਹੈ ਸਹੀ ਗੱਲ ਹੈ ਜੀ ਬੌਲੀ ਸੇਰਾ ਰੀਸੈਂਟਲੀ ਪਤਾ ਨਹੀਂ ਕਿਹਨੂੰ ਆਊਟ ਕੀਤਾ ਸੀ ਖੱਬੂ ਸੀ ਇੰਗਲੈਂਡ ਵਾਲਾ ਨੂੰ ਇੰਗਲੈਂਡ ਵਾਲੇ ਨੂੰ ਉਹਦੇ ਡੰਡੇ ਡਾਤੇ ਜਮਾ ਦੇ ਉਹ ਵੀ ਹੈਰਾਨ ਰਹਿ ਗਿਆ ਪਤਾ ਨਹੀਂ ਇਹ ਆ ਕਿਦਾਂ ਦੀ ਬਾਲ ਪਾਤੀ ਵੇ ਕੱਬਾ ਵਾਲਾ ਹੈ ਚਲੋ ਜੀ ਅੱਗੇ ਚੱਲਦੇ ਆਂ ਅਗਲੇ ਨਿਊਜ਼ ਵਿੱਚ ਜੀ ਦੇ ਵਿੱਚ ਜ਼ਿਕਰ ਹੋ ਰਿਹਾ ਬੱਚੇ ਅਨੁਰਾਗ ਠਾਕੁਰ ਜੀ ਹੋਰਾਂ ਦਾ ਅਨੁਰਾਗ ਠਾਕੁਰ ਹੋਰਾਂ ਨੇ ਜੀ ਜਿਹੜੇ ਕਿ ਸਾਡੇ ਯੂਨੀਅਨ ਮਿਨਿਸਟਰ ਨੇ ਸਪੋਰਟਸ ਐਂਡ ਯੂਥ ਅਫੇਅਰਸ ਦੇ ਇੱਕ ਕੰਪਨੀ ਆਰਗੇਨਾਈਜੇਸ਼ਨ ਹੈ ਬਿਮਸਟੈਕ B of Bengal Initiative for Economic and Cooperation Organization ਉਹ ਵੀ ਅਜੇ ਰਿਵਾਈਜ਼ ਕਰਵਾਉਂਗਾ ਇਹਦੇ ਨਾਲ ਹੀ ਕਰਵਾਵਾਂਗੇ ਸੋ BIMSTEC ਕੰਟਰੀਆਂ ਦੇ ਸਾਰੇ ਬੰਦੇ ਇਕੱਠੇ ਕਰਕੇ ਇਹਨਾਂ ਨੇ ਬੱਚੇ ਪਹਿਲੀ ਵਾਰੀ ਕਰਵਾਈ ਹੈ ਅਕੁਆਟਿਕ ਚੈਂਪੀਅਨਸ਼ਿਪ ਯਾਨੀ ਕਿ ਪਾਣੀ ਵਾਲੀਆਂ ਖੇਡੀਆਂ ਦੀ ਪਾਣੀ ਵਾਲੀਆਂ ਖੇਡਾਂ ਦੀ ਚੈਂਪੀਅਨਸ਼ਿਪ ਕਰਵਾਈ ਹੈ ਇਹਨਾਂ ਨੇ ਠੀਕ ਹੈ ਜੀ ਸੋ ਨਰਾਗ ਸਿੰਘ ਠਾਕੁਰ ਹੋਰਾਂ ਨੇ ਜੀ ਪਹਿਲੀ BIMSTEC ਅਕੁਆਟਿਕ ਚੈਂਪੀਅਨਸ਼ਿਪ ਕਰਵਾਈ ਹੈ ਫਰਸਟ BIMSTEC ਅਕੁਆਟਿਕਸ ਚੈਂਪੀਅਨਸ਼ਿਪ ਕਰਵਾਈ ਹੈ ਅਕੁਆਟਿਕਸ ਮੈਨੇ ਕਿ ਸਵੀਮਿੰਗ ਹੋਗੀ ਅਸਵੇਂ ਪੂਲ ਹੋ ਉਸਵੇਂ ਪੂਲ ਦੇ ਵਿੱਚ ਜਿਹੜੀਆਂ ਤਰਾਕੀ ਦੇ ਇਵੈਂਟ ਹੋਗੇ ਜਾਂ ਹੋਰ ਵਾਟਰ ਗੇਮਸ ਹੋ ਗਈਆਂ ਅਕੁਆਟਿਕਸ ਚੈਂਪੀਅਨਸ਼ਿਪ ਕਰਵਾਈ ਹੈ ਜੀ ਪਹਿਲੀ ਵਾਰੀ ਕਰਵਾਈ ਹੈ ਵੈਸੇ ਫੈਸਲਾ 2019 ਦੇ ਵਿੱਚ ਕੀਤਾ ਗਿਆ ਸੀਗਾ ਅ ਨਰਿੰਦਰ ਮੋਦੀ ਹਰਾਂ ਨੇ ਕਿਹਾ ਸੀਗਾ ਵੀ ਚਲੋ ਵੀ ਆਪਾਂ ਕਰਵਾਵਾਂਗੇ ਆ ਗੇਮਾਂ ਬਿਮਸਟੈਕ ਵਾਲੇ ਵਾਸਤੇ ਪਰ ਉਹ ਬੱਚੇ ਹੋ ਨਹੀਂ ਪਾਈਆਂ ਸੀ ਇਹ ਵੀ ਕੋਵਿਡ ਆ ਗਿਆ ਸੀ ਤੋਂ ਉਦੋਂ ਦਾ ਡਿਲੇ ਡਿਲੇ ਹੁੰਦਾ ਹੁੰਦਾ ਤੇ ਹੁਣ ਜਾ ਕੇ ਬੱਚੇ ਗੇਮਸ ਹੋਣਗੇ ਕਿੱਥੇ ਹੋਣਗੀਆਂ ਕੀ ਇਹਦੀਆਂ ਮੋਰੈਲਟੀਆਂ ਰਹਿਣਗੇ ਸਭ ਦੱਸੂਗਾ ਤੁਹਾਨੂੰ ਮੈਂ ਅਨੁਰਾਗ ਸਿੰਘ ਠਾਕੁਰਾ ਨੇ ਬੱਚੇ ਦਾ ਉਦਘਾਟਨ ਕੀਤਾ ਐ ਇੰਨੀ ਗੱਲ ਤੁਸੀਂ ਪ ਨਵੀਂ ਦਿੱਲੀ ਦੇ ਵਿੱਚ ਇੱਕ ਕੰਪਲੈਕਸ ਹੈ ਬੱਚੇ ਸ਼ਾਮਾ ਪ੍ਰਸਾਦ ਮੁਖਰਜੀ সুইমিং ਪੂਲ ਕੰਪਲੈਕਸ ਇੱਥੇ ਵਿੱਚ ਇਹ ਇਵੈਂਟ ਕਰਵਾਇਆ ਜਾਊਗਾ ਠੀਕ ਹੈ ਜੀ 20 ਸਾਲ ਤੋਂ ਘੱਟ ਬੱਚੇ ਜਿਹੜੇ ਹੋਣਗੇ ਏਜ ਗਰੁੱਪ ਵਾਲੇ ਉਹ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਬੇ ਆਫ ਬੰਗਾਲ ਬਿਮਸਟੈਕ ਆਲੇ ਦੇ ਜਿਹੜੀਆਂ ਵੀ ਕੰਟਰੀਆਂ ਉਹਦੇ ਵਿੱਚ ਇਨਵੋਲ ਨੇ ਉਹਨਾਂ ਸਾਰਿਆਂ ਦੇ ਜਵਾਬਖੌਣਗੇ ਇੱਥੇ ਤੇ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਬੱਚੋ ਠੀਕ ਹੈ ਜੀ ਯਾਦ ਰੱਖਣਾ ਨਵੀਂ ਦਿੱਲੀ ਦੇ ਵਿੱਚ ਉਸ ਤੋਂ ਇਲਾਵਾ ਕਿਹੜੇ-ਕਿਹੜੇ ਟੋਟਲ 3 ਸਪੋਰਟ ਇਵੈਂਟਸ ਇਹਦੇ ਵਿੱਚ ਹੋਣਗੇ スイミング ਹੋਗੀ ওয়াটার পোলো ਹੋਗੀ ਤੇ ਡਾਈਵਿੰਗ ਇਵੈਂਟਸ ਹੋਣਗੇ ਇਹਦੇ ਵਿੱਚ ਟੋਟਲ 39 ਮੈਡਲ ਹੋਣਗੇ ਤੇ 9 ਟਰੋਫੀਸ ਹੋਣਗੀਆਂ ਜਿਹੜੀਆਂ ਕਿ ਅਵਾਰਡ ਕੀਤੀਆਂ ਜਾਣਗੀਆਂ ਲੋ ਜੀ ਅੱਗੇ ਵਧਣ ਤੋਂ ਪਹਿਲਾਂ ਮੈਨੂੰ ਐਂ ਦੱਸ ਦਿਓ ਬਿਮਸਟੈਕ ਕਰਾਉਣ ਤੋਂ ਪਹਿਲਾਂ ਫਟਾਫਟ ਦੱਸ ਦਿਓ ਜੀ ਇੰਡੀਆ ਦੀ ਇੰਡੀਆਸ ਫਰਸਟ ਬੀਚ ਗੇਮਸ ਕਿੱਥੇ ਹੋਈਆਂ ਸੀ ਇੰਡੀਆਸ ਫਰਸਟ ਬੀਚ ਗੇਮਸ ਕਿੱਥੇ ਹੋਈਆਂ ਸੀ ਫਟਾਫਟ ਦੱਸ ਦਿਓ ਜੀ ਮੈਂ ਤਾਂ ਪਹਿਲਾਂ ਗੁੱਡ ਮਾਰਨਿੰਗ ਵਾਇਰਸ ਸਤਿ ਸ਼੍ਰੀ ਅਕਾਲ ਮੁਸਕਾਨ ਬਾਜਵਾ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੋਤੀ ਸੰਧੂ ਕਿਰਨਜੀਤ ਕੌਰ ਗੋਆ ਚ ਨਹੀਂ ਹੋਈਆਂ ਸੀ ਬੱਚੇ ਗੋਆ ਚ ਨਹੀਂ ਹੋਈ ਸਤਿ ਸ਼੍ਰੀ ਅਕਾਲ ਜੋਤੀ ਸੰਧੂ ਜੀ ਘੋਗਲਾ ਬੀਚ ਸੀਗਾ ਦਿਊ ਦੇ ਵਿੱਚ ਦਿਊ ਦੇ ਵਿੱਚ ਸੀਗਾ ਘੋਗਲਾ ਬੀਚ ਠੀਕ ਹੈ ਜੀ ਇੰਡੀਆ ਦੀਆਂ ਪਹਿਲਾਂ ਪਹਿਲੀਆਂ ਬੀਚ ਗੇਮਸ ਯਾਦ ਰੱਖਣੀਆਂ ਚਲੋ ਜੀ ਅੱਗੇ ਚਲੋ ਜੀ ਸੋ ਇਹ ਤਾਂ ਬੱਚੇ ਥੋੜੀ ਸਿੰਪਲ ਆਪਣੀ ਜਿਹੜੀ ਨਿਊਜ਼ ਕਵਰ ਹੋ ਗਈ ਹੁਣ ਆਪਾਂ ਬਿਮਸਟੈਕ ਦੇ ਬਾਰੇ ਗੱਲ ਕਰ ਲਈਏ ਬਿੰਸਟੈਕ ਬੱਚੇ 1997 ਦੇ ਵਿੱਚ ਬਣੀ ਸੀਗੀ ਬੈਂਕਾਕ ਡੈਕਲੇਰੇਸ਼ਨ ਸਾਈਨ ਕੀਤੀ ਗਈ ਸੀ ਬੱਚਿਓ ਤੇ ਉਹਦੇ ਵਿੱਚ ਇਹਦਾ ਗਠਨ ਕੀਤਾ ਗਿਆ ਸੀ ਬਿੰਸਟੈਕ ਦਾ ਦੇਖੋ ਲਓ ਜੀ 1997 ਦੇ ਵਿੱਚ ਬੈਂਕਾਕ ਡੈਕਲੇਰੇਸ਼ਨ ਸਾਈਨ ਕੀਤੀ ਗਈ ਜਿਹਦੇ ਨਾਲ ਬਿੰਸਟੈਕ ਦਾ ਗਠਨ ਕੀਤਾ ਗਿਆ ਜਿਹਦਾ ਫੁੱਲ ਫਾਰਮ ਹੈ ਬੇ ਆਫ ਬੰਗਾਲ ਇਨੀਸ਼ੀਏਟਿਵ ਫੋਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕੋਪਰੇਸ਼ਨ ਜੀ ਦੇ ਵਿੱਚ ਨੇ ਟੋਟਲ 7 ਨੇਸ਼ਨ ਸਾਊਥ ਈਸਟ ਏਸ਼ੀਆ ਦੇ ਦੋ ਮਾਇਨਮਾਰ ਤੇ ਥਾਈਲੈਂਡ ਬਾਕੀ ਸਾਰਾ ਜਿਹੜਾ ਹੈ ਆਪਣਾ ਇੰਡੀਅਨ ਸਬਕਾਂਟਿਨੈਂਟ ਵਾਲਾ ਜੀ ਇੰਡੀਆ ਹੋ ਗਿਆ ਸ਼੍ਰੀਲੰਕਾ ਹੋ ਗਿਆ ਨੇਪਾਲ ਪਟਾਨ ਬੰਗਲਾਦੇਸ਼ ਹੈ ਨਾ ਜੀ ਸੋ ਇਹ ਕੰਟਰੀਆਂ ਨੇਪਾਲ ਪਟਾਨ ਬੰਗਲਾਦੇਸ਼ ਇੰਡੀਆ ਥਾਈਲੈਂਡ ਮਾਇਨਮਾਰ ਤੇ ਸ਼੍ਰੀਲੰਕਾ ਇਹ ਸੱਤ ਕੰਟਰੀਆਂ ਦਾ ਸੰਗ੍ਰਹਿ ਹੈ 1997 ਚ ਬਣਿਆ ਸੀਗਾ ਬੈਂਕਾਕ ਡੈਕਲੇਰੇਸ਼ਨ ਸਾਈਨ ਕੀਤੀ ਗਈ ਸੀ ਉਦੋਂ ਬਿਮਸਟੈਕ ਦਾ ਗਠਨ ਕੀਤਾ ਗਿਆ ਸੀ ਹਲੋ ਜੀ ਬਿਮਸਟੈਕ ਦਾ ਜਿਹੜਾ ਹੈੱਡ ਕੁਆਰਟਰ ਕਿੱਥੇ ਹੈ ਟਾਕਾ ਦੇ ਵਿੱਚ ਬਿੰਸਟੈਕ ਦਾ ਕਿੱਥੇ ਆ ਜੀ ਢਾਕਾ ਬੰਗਲਾਦੇਸ਼ ਦੀ ਕੈਪੀਟਲ ਦੇ ਵਿੱਚ ਇਹਦਾ ਹੈਡਕੁਆਰਟਰ ਹੈ ਤੇ ਇਹਦੇ ਬਿੰਸਟੈਕ ਦੇ ਸੈਕਟਰੀ ਜਨਰਲ ਜਿਹੜੇ ਹੈ ਰੀਸੈਂਟਲੀ ਅਪਾਇੰਟ ਕੀਤੇ ਗਏ ਸੀ ਕੋਈ ਮੈਨੂੰ ਦੱਸ ਸਕਦਾ ਉਹਨਾਂ ਦਾ ਨਾਮ ਤੇ ਮੈਂ ਹੀ ਕਵਰ ਕੀਤਾ ਸੀ ਉਦੋਂ ਬਿੰਸਟੈਕ ਉਦੋਂ ਵੀ ਆਪਾਂ ਨੇ ਰਿਵਾਈਜ਼ ਕੀਤਾ ਸੀ ਸੈਕਟਰੀ ਜਨਰਲ ਕੌਣ ਹੈ ਜੀ ਬਿੰਸਟੈਕ ਦਾ ਫੋਟਾ ਫਟ ਲਾਓ ਵੈਰੀ ਗੁੱਡ ਅਨੋਨਿਮਸ ਇੰਦਰਾਮਨੀ ਪਾਂਡੇ ਕਿਨੇ ਟਾਈਮ ਪਹਿਲਾਂ ਦੇ ਅਫੇਅਰਸ ਕਰਨੇ ਜਰੂਰੀ ਇੱਕ ਸਾਲ ਦੇ ਦਿਲਪ੍ਰਿਤ ਇੱਕ ਸਾਲ ਦੇ ਜੇ ਆਪਾਂ ਨੇ ਕਰ ਲਏ ਤਾਂ ਬੈਸਟ ਨੇ ਮਿਨਿਮਮ 6 ਸਾਲ ਤੇ 9 ਮਹੀਨੇ ਕਰਦੇ ਤਾਂ ਡਿਜ਼ਾਇਰੇਬਲ ਹੈ ਵੀ ਯਾਰ ਇੰਨੇ ਤੱਕ ਕਰਨੀ ਮਿਨਿਮਮ 6 ਮਹੀਨੇ ਤਾਂ ਕਰਨੀ ਪੈਂਦੇ ਹੁੰਦੇ ਆ ਇੰਦਰਾਮਨੀ ਪਾਂਡੇ ਸ਼ਾਬਾਸ਼ ਬਹੁਤ ਵਧੀਆ ਇੰਦਰਾਮਨੀ ਪਾਂਡੇ ਔਰੇ ਸੀ ਸੈਕਟਰੀ ਜਨਰਲ ਬਿੰਸਟੈਕ ਤੇ ਲਾਏ ਗਏ ਸੀ ਢਾਕਾ ਬੰਗਲਾਦੇਸ਼ ਵਿੱਚ ਇਹਨਾਂ ਦਾ ਬੱਚੇ ਕੀ ਹੈ ਜੀ ਹੈੱਡ ਕੁਆਟਰ ਹੈ ਲੋ ਜੀ ਸੋ ਆਹ ਨਿਊਜ਼ ਆਪਣੀ ਕੰਪਲੀਟ ਹੋ ਜਾਂਦੀ ਹੈ ਵਿਦ ਬੈਕਗਰਾਉਂਡ ਸਾਰਾ ਕੁਝ ਕਰਕੇ ਰਿਵੀਜ਼ਨ ਰੋਜ਼ਨ ਕਰਕੇ ਲੋ ਜੀ ਇਹ ਸੰਪੰਨ ਹੁੰਦੀ ਹੈ ਨਿਊਜ਼ ਆਹ ਜੋ ਆਪਾਂ ਹੁਣ ਅਗਲੀ ਨਿਊਜ਼ ਵਿੱਚ ਚੱਲੀਏ ਜੀ ਦੇ ਵਿੱਚ ਜ਼ਿਕਰ ਹੋ ਰਿਹਾ ਬੱਚੇ ਫੁੱਟਬਾਲ ਦਾ ਸੁਨਿਲੀ ਛੇਤਰੀ ਹੋਰੇ ਸਿਰਾ ਕਰਾਉਂਦੇ ਨੇ ਸੈਫ ਚੈਂਪੀਅਨਸ਼ਿਪ ਚ ਫਾਈਨਲ ਪਹੁੰਚ ਗਏ ਆ ਦਵਾਰੇ ਦੇਖਾਂਗੇ ਹੁਣ ਕੀ ਨਿਕਲੂਗਾ ਉਹਦਾ ਸਿੱਟਾ ਕੀ ਨਿਕਲੂਗਾ ਜਿੱਤੀ ਜਾਣਗੇ ਵਸੇਹੀ ਜਿੱਤਦੇ ਹੁੰਦੇ ਨੇ ਸਾਊਥ ਏਸ਼ੀਆਨ ਫੁੱਟਬਾਲ ਫੈਡਰੇਸ਼ਨ ਆਲਾ ਕੱਪ ਹੁਣੇ ਨਿਊਜ਼ ਵਿੱਚ ਕੀ ਹੈ ਨਿਊਜ਼ ਵਿੱਚ ਕਿਉਂ ਆਏ ਆ ਜੀ ਇਹ ਫੁੱਟਬਾਲ ਦਵਾਰੇ ਕਿਉਂ ਆ ਗਈ ਕੱਲ ਆਪਾਂ ਨੇ ਦੇਖਿਆ ਸੀ ਸ਼ਡਿਊਲ ਲਾਂਚ ਕੀਤਾ ਗਿਆ ਸੀ ਫੀਫਾ ਵਰਲਡ ਕੱਪ ਦਾ ਹਨਾ ਜੀ ਹੁਣ ਇਹ ਨਿਊਜ਼ ਵਿੱਚ ਇਸ ਕਰਕੇ ਆ ਕਹਿੰਦਾ 2026 ਦੇ ਜਿਹੜੇ ਕੁਆਲੀਫਾਇਰ ਮੈਚ ਹੋਣਗੇ ਉਹ ਇੰਡੀਆ ਦੇ ਵਿੱਚ ਹੋਊਗਾ ਇੰਡੀਆ ਤੇ ਕੁਵੈਤ ਦਾ ਮੈਚ ਜਿਹੜਾ ਕੁ ਫੁੱਟਬਾਲ ਐਸੋਸੀਏਸ਼ਨ ਨੂੰ ਜਿਹੜਾ ਉਹ ਟੈਂਡਰ ਮਿਲ ਗਿਆ ਹਾਈਦਰਾਬਾਦ ਦੇ ਵਿੱਚ ਇਹ ਕੁਆਲੀਫਾਇਰ ਮੈਚ ਕਰਵਾਏ ਜਾਣਗੇ ਠੀਕ ਹੈ ਜੀ ਸੋ ਸਿੰਪਲ న్యూਸ ਹੈ ਤੇਲੰਗਨਾ ਦੇ ਵਿੱਚ ਹਾਈਦਰਾਬਾਦ ਦੇ ਵਿੱਚ FIFA ਵਰਲਡ ਕੱਪ ਦਾ ਕੁਆਲੀਫਾਇਰ ਮੈਚ ਹੋਊਗਾ ਜਿਹਦੇ ਵਿੱਚ ਬੱਚਿਓ ਇੰਡੀਆ ਨੇ ਪੰਗਾ ਲੈਣਾ ਹੈ ਕੁਵੈਤ ਨਾਲ ਇੰਡੀਆ ਦਾ ਪੰਗਾ ਪੈਣਾ ਹੈ ਬੱਚੇ ਕੁਵੈਤ ਨਾਲ ਸੋ ਇਹ FIFA ਦੇ ਜਿਹੜੇ ਹੈ ਸ਼ਡਿਊਲ ਲਾਂਚ ਕਰਨ ਤੋਂ ਬਾਅਦ ਇੱਕ ਬੜੀ ਮਾਣ ਵਾਲੀ ਗੱਲ ਹੈ ਜੀ ਤੇਲੰਗਨਾ ਦੇ ਵਿੱਚ ਜਿਹੜੇ ਕੁਆਲੀਫਾਇਰ ਮੈਚ ਕਰਵਾਏ ਜਾਣਗੇ FIFA ਦੇ FIFA ਯਾਰ ਬੜੇ ਵੱਡੇ ਜਿਹੜੀ ਹੈ ਆਰਗੇਨਾਈਜੇਸ਼ਨ ਹੈ ਫੁੱਟਬਾਲ ਸਭ ਤੋਂ ਜ਼ਿਆਦਾ ਦੇਖੀ ਜਾਂਦੀ ਹੈ ਫੁੱਟਬਾਲ ਦੀ ਗੇਮ ਦੁਨੀਆ ਦੇ ਵਿੱਚ ਜਬਰਦਸਤ ਗੇਮ ਹੈ ਯਾਦ ਰੱਖੋਗੇ ਜੇ ਇਥੇ ਕੁਵੈਤ ਦੀ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦਵਾਂ ਕੁਵੈਤ ਆਪਾਂ ਦੇਖਨੇ ਜੀ ਕੁਵੈਤ ਕੁਵੈਤ ਬੱਚੇ ਬਿਲਕੁਲ ਜਿਹੜਾ ਹੈ ਪਰਸ਼ਨ ਗਲਫ ਦੇ ਨੇੜੇ ਹੈ ਜੀ ਹਨਾ ਜੀ ਤੇ ਇਰਾਕ ਤੇ ਸੌਦਰੀਬਨ ਨਾਲ ਦਾ ਬਾਰਡਰ ਲੱਗਦਾ ਤੇ ਹੇਅਰ ਇਟ ਇਜ਼ ਕੁਵੈਤ ਕੁਵੈਤ ਦੀ ਜਿਹੜੀ ਕੈਪੀਟਲ ਆ ਦੈਟ ਇਜ਼ ਕੁਵੈਤ ਸਿਟੀ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ ਕੁਵੈਤ ਦੀ ਬੱਚੋ ਜਿਹੜੀ ਹੈ ਆਪਣੀ ਕੀ ਕਹਿੰਦੇ ਹੁੰਦੇ ਆ ਕਰੰਸੀ ਕਿਹੜੀ ਆ ਵਾਟ ਇਜ਼ ਦਾ ਕਰੰਸੀ ਆਫ ਕੁਵੈਤ ਮੈਨੂੰ ਦੱਸੋ ਜੀ ਹਾਂਜੀ FIFA 1905 ਚ ਮਨੀ ਸੀ ਵੈਰੀ ਗੁੱਡ ਵੈਰੀ ਗੁੱਡ ਕੁਵੈਤੀ ਦਿਨਾਰ ਵੈਰੀ ਗੁੱਡ ਜੀ ਦਿਨਾਰ ਇਸ ਦਾ ਕਰੰਸੀ ਮੁਹੰਮਦ ਸ਼ਾਦਾਬ ਵੈਰੀ ਗੁੱਡ ਜੀ ਦਿਨਾਰ ਇਸ ਦਾ ਕਰੰਸੀ ਜਿਹੜੀ ਕਿ ਕੁਵੈਤ ਦੀ ਹੈ 올 ਰਾਈਟ ਡਨ ਹੈ ਮਾਮਲਾ ਲੋ ਜੀ ਸੋ FIFA ਦੀ ਗੱਲ ਕਰਦੇ ਹਾਂ ਜੀ FIFA ਮੁੰਡੇ ਨੇ ਦੱਸਿਆ ਪਤਾ ਨਹੀਂ ਕੁੜੀ ਨੇ ਦੱਸਿਆ ਸੀਗਾ ਵੀ 1905 ਚ ਇਹ ਬਣਿਆ ਸੀਗਾ 1905 ਦੇ ਵਿੱਚ ਬਣਿਆ ਸੀਗਾ ਤੇ ਇਹਦਾ ਬੱਚਿਓ ਕੌਣ ਸੀ ਇਹਦਾ ਪ੍ਰਧਾਨ ਗਿਆਨੀ ਇਨਫੈਂਟੀ ਨੂੰ ਕੱਲ ਬੋਲਿਆ ਨਹੀਂ ਗਿਆ ਸੀ ਨਾ ਇਹ ਗਿਆਨੀ ਇਨਫੈਂਟੀ ਨੂੰ ਯਾਦ ਹੀ ਨਹੀਂ ਆਇਆ ਇਨਫੈਂਟ ਇਨਫੈਂਟ ਜਾਂ ਕੁਛ ਆਇਆ ਰਿਹਾ ਸੀ ਗਿਆਨੀ ਗਿਆਨੀ ਇਨਫੈਂਟੀ ਨੂੰ ਇਹਦਾ ਪ੍ਰਧਾਨ ਹੈ FIFA ਦਾ ਯਾਦ ਰੱਖੋਗੇ ਤੇ FIFA ਤੇ ਰਿਵੀਜ਼ਨ ਕਰਵਾ ਰਹੇ ਹਾਂ FIFA ਐਂਡ 올 ਇੰਡੀਆ ਫੁੱਟਬਾਲ ਫੈਡਰੇਸ਼ਨ ਆਲਿਆਂ ਨੇ ਇੱਕ ਅਕੈਡਮੀ ਖੋਲੀ ਹੈ ਜੀ ਇਕੱਠਿਆਂ ਨੇ ਮਿਲ ਕੇ ਕਿੱਥੇ ਭੁਵਨੇਸ਼ਵਰ ਚ ਕੱਲ ਵੀ ਦੱਸਿਆ ਸੀ ਮੈਂ ਸ਼ਾਇਦ ਹੈ ਨਾ ਭੁਵਨੇਸ਼ਵਰ ਚ ਅਕੈਡਮੀ ਖੋਲੀ ਹੈ ਵਿੱਚ ਬਾਰ-ਬਾਰ ਰਿਵੀਜ਼ਨ ਕਰਾਵਾਂਗੇ ਤਾਂ ਕਿ ਦਿਮਾਗ ਦੇ ਵਿੱਚ ਫਿੱਟ ਹੋ ਜਾਣ ਚੀਜ਼ਾਂ ਠੀਕ ਹੈ ਜੀ ਭੁਵਨੇਸ਼ਵਰ ਅਕੈਡਮੀ ਖੋਲੀ ਹੈ ਚੱਲ ਮੇਰਾ ਵੀਰਾ ਅੱਗੇ ਵਧੀਏ ਹੁਣ ਆਪ ਚਲ ਥੋੜੀ ਜੀ ਗੱਲ ਹੋਰ ਦੱਸ ਦਿੰਨਾ ਦੁਬਾਰੇ ਦੱਸ ਦਿੰਨੀ ਆਪਾਂ 2018 ਦਾ FIFA ਵਰਲਡ ਕੱਪ ਕਿੱਥੇ ਹੋਇਆ ਸੀਗਾ ਇਹ ਹੋਇਆ ਸੀਗਾ ਜੀ ਰਸ਼ੀਆ ਦੇ ਵਿੱਚ ਤੇ ਜਿੱਤਿਆ ਕਿਹਨੇ ਸੀਗਾ ਫਰਾਂਸ ਨੇ ਠੀਕ ਹੈ ਜੀ ਫਟਾਫਟ ਦੂਸੇ ਵੀ ਲਿਖੀ ਜਾਇਆ ਕਰੋ 2022 ਦਾ ਕਿੱਥੇ ਹੋਇਆ ਸੀਗਾ ਕਤਰ ਦੇ ਵਿੱਚ ਜਿੱਤਿਆ ਕਿਹਨੇ ਸੀਗਾ ਅਰਜਨਟੀਨਾ ਨੇ 2026 ਵਾਲਾ ਕਿੱਥੇ ਹੋਊਗਾ ਯੂ ਐਸ اے ਕੈਨੇਡਾ ਤੇ ਮੈਕਸੀਕੋ ਦੇ ਵਿੱਚ ਹੋਊਗਾ ਠੀਕ ਹੈ ਜੀ ਇੱਕ ਨਿੱਕੀ ਗੱਲ ਤੋਂ ਯਾਦ ਰੱਖਣੀ ਹੈ ਚਲੋ ਜੀ ਅੱਗੇ ਵਧਦੇ ਹੁਣ ਆਪਾਂ 让我们 ਮੂਵ ਫਾਰਵਰਡ ਟੂ ਦਾ ਨੈਕਸਟ ਨਿਊਜ਼ ਆਰਟੀਕਲ ਤੇ ਇਹਦੇ ਵਿੱਚ ਇੱਕ ਬੈਂਕ ਦਾ ਜ਼ਿਕਰ ਹੋ ਰਿਹਾ ਜਿਹਦਾ ਨਾਮ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਏਸ਼ੀਅਨ ਡਿਵੈਲਪਮੈਂਟ ਬੈਂਕ ਇਹਦੀ ਬੱਚੇ ਥੋੜੀ ਜਿਹੀ ਬੇਸਿਕ ਸਟ੍ਰੈਟੇਜੀ ਕੇ ਸਾਰੀ ਕਰਵਾਵਾਂਗੇ ਹਮੇਸ਼ਾ ਹੀ ਕਰਵਾਉਨੇ ਹਾਂ ਅਮਾ ਕਰੰਟ ਅਫੇਅਰ ਦੇ ਵਿੱਚ ਜਦੋਂ ਵੀ ਕਿਸੇ ਵੱਡੀ ਆਰਗੇਨਾਈਜੇਸ਼ਨ ਦਾ ਚਾਹੇ ਬੈਂਕ ਹੋਵੇ ਚਾਹੇ ਵਰਲਡ ਬੈਂਕ ਹੋਵੇ ਹੋਣ ਹਨਾ ਜਦੋਂ ਵੀ ਜ਼ਿਕਰ ਹੁੰਦਾ ਆਪਾਂ ਕਰਦੇ ਜਰੂਰ ਹੈ ਚਾਹੇ ਰਾਮ ਸੈਟੀਟੀ ਹੋਵੇ ਵਟੈਵਰ ਇੰਡੀਆ ਦੇ ਆਪਰੇਸ਼ਨਸ ਨੂੰ ਲੀਡ ਕਰਨ ਵਾਸਤੇ ਇੱਕ ਜਿਹੜੀ ਹੈ ਮੈਡਮ ਦੀ ਅਪੁਆਇੰਟਮੈਂਟ ਕੀਤੀ ਗਈ ਹੈ ਨਾਮ ਕੀ ਹੈ ਮੈਡਮ ਜੀ ਦਾ ਨਾਮ ਹੈ ਮਿਊ ਓਕਾ ਆਸ਼ੀਅਨ ਡਵੈਲਪਮੈਂਟ ਬੈਂਕ ਨੇ ਕਿਹਨੂੰ ਅਪੁਆਇੰਟ ਕੀਤਾ ਮਿਊ ਓਕਾ ਨੂੰ ਅਪੁਆਇੰਟ ਕੀਤਾ ਨਵਾਂ ਕੰਟਰੀ ਡਾਇਰੈਕਟਰ ਫੋਰ ਇੰਡੀਆ ਕੱਲੇ ਇੰਡੀਆ ਦੇ ਡਾਇਰੈਕਟਰ ਲੱਗਣਗੇ ਆਦਰਵਾਇਸ ਤਾਂ ਜਿਹੜਾ ਪ੍ਰਧਾਨ ਆ ਪ੍ਰੋਪਰ ਪ੍ਰਧਾਨ ਆ ਜਿਹੜਾ ਚੀਫ ਆਸ਼ੀਅਨ ਡਵੈਲਪਮੈਂਟ ਦਾ ਤਾਂ ਉਹ ਹੀ ਹੈ ਕੀ ਨਾਮ ਸੀ ਉਹਦਾ ਮਸਤ ਸੁਗਾ ਆਸਕ ਮਸਤ ਸੁਗਾ ਆਸਕਾਵਾ ਕਰਵਾ ਦਊਗਾ ਠੀਕ ਹੈ ਜੀ ਸੋ ਇੰਡੀਆ ਦੀ ਕੰਟਰੀ ਦਾ ਪ੍ਰਧਾਨ ਲਾਇਆ ਗਿਆ ਜੀ ਮਿਓ ਓਕਾ ਨੂੰ ਕੀ ਨਾਮ ਇਹਦਾ ਮਿਓ ਓਕਾ ਹਾਂ ਜੀ ਓਕਾ ਬਸ ਠੀਕ ਹੈ ਜੀ ਮਿਓ ਓਕਾ ਸੋ ਇੰਨੀ ਕੀ ਗੱਲ ਹੈ ਜੀ ਇਹ ਤਿੰਨ ਡੈਕੇਡਸ ਤੋਂ ਕੰਮ ਕਰ ਰਹੇ ਨੇ professionl experience ਬੜਾ ਲੈ ਲਿਆ 18 ਸਾਲਾਂ ਦਾ ਪੂਰਾ ਤਰੀਕੇ ਨਾਲ ਮਿਓ ਓਕਾ ਬਣ ਗਏ ਨੇ ਇਹਨਾਂ ਦੇ ਬੱਚਿਓ ਕੰਟਰੀ ਡਾਇਰੈਕਟਰ ਇੰਡੀਆ ਦੇ ਲੋ ਜੀ ਸੋ ਇੰਨੀ ਕੀ ਗੱਲ ਹੈ ਤੇ ਏਸ਼ੀਅਨ ਡਵੈਲਪਮੈਂਟ ਬੈਂਕ ਦੀ ਇਹ ਗੱਲ ਕਰਾਂ ਬੱਚਿਓ ਪਿਛਲੇ ਸਾਲਾਂ ਦੇ ਵਿੱਚ ਇੰਡੀਆ ਨੇ ਬਹੁਤ ਜ਼ਿਆਦਾ ਉਹਦੇ ਤੋਂ ਹੈਲਪ ਲੈਂਦੀ ਹੈ ਆਪਣੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਵਾਸਤੇ। ਯਾਨੀ ਕਿ ਦੇਖਿਆ ਜਾਵੇ ਜੇ ਕੱਲੇ 2023 ਦੀ ਗੱਲ ਕਰਾਂ ਤਾਂ 2.59 2.60 ਬਿਲੀਅਨ ਡਾਲਰ ਆਪਾਂ ਨੇ ਲੈਂਡ ਕੀਤੇ ਨੇ ਜੀ ਉਹਨਾਂ ਤੋਂ ਠੀਕ ਹੈ ਜੀ। ਟੋਟਲ ਇੰਡੀਅਨ ਸੋਵਰਨ ਪੋਰਟਫੋਲੀਓ ਕਿੰਨਾ ਬਣ ਚੁੱਕਿਆ ਜੀ ਸਾਡਾ 73 ਪ੍ਰੋਜੈਕਟਾਂ ਦੇ ਵਿੱਚ ਏਸ਼ੀਅਨ ਡਿਵੈਲਪਮੈਂਟ ਨੇ ਸਾਨੂੰ ਪੈਸਾ ਦਿੱਤਾ ਹੈ। ਟੋਟਲ ਆਪਾਂ ਆਪਾਂ ਕੋਲੇ 15.7 ਬਿਲੀਅਨ ਡਾਲਰ ਜਿਹੜਾ ਹੈ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਆਇਆ ਹੋਇਆ ਹੈ डन ਮਾਮਲਾ। ਲੋ ਜੀ ਹੁ ਇਹ ਜਿਹੜਾ ਬੈਂਕ ਸੀਗਾ 1966 ਦੇ ਵਿੱਚ ਬਣਾਇਆ ਗਿਆ ਸੀਗਾ ਇਹਦਾ ਮੇਨ ਮਕਸਦ ਕੀ ਸੀਗਾ ਵੀ ਏਸ਼ੀਆ ਪੈਸੀਫਿਕ ਦੇ ਰੀਜਨ ਦੇ ਵਿੱਚ ਜਿਹੜੇ ਕੰਟਰੀਆਂ ਨੇ ਉਹਨਾਂ ਕੰਟਰੀਆਂ ਦਾ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ ਠੀਕ ਹੈ ਜੀ ਸੋ 1966 ਦੇ ਵਿੱਚ ਇਹਨੂੰ ਬਣਾਇਆ ਗਿਆ 68 ਇਹਦੇ ਮੈਂਬਰਸ ਨੇ 68 ਮੈਂਬਰ ਨੇ ਇਹਦੇ ਠੀਕ ਹੈ ਜੀ ਏਮ ਕੀ ਆ ਪ੍ਰਮੋਟ ਕਰਨਾ ਸਮਾਜਿਕ ਤੇ ਆਰਥਿਕ ਡਿਵੈਲਪਮੈਂਟ ਏਸ਼ੀਆ ਤੇ ਪੈਸੀਫਿਕ ਦੇ ਵਿੱਚ ਤੇ 31 ਦਸੰਬਰ 2019 ਨੂੰ ਏਸ਼ੀਅਨ ਡਵੈਲਪਮੈਂਟ ਬੈਂਕ ਦੇ ਪੰਜ ਲਾਰਜੇਸਟ ਸ਼ੇਅਰਹੋਲਡਰਾਂ ਦੇ ਵਿੱਚ ਬੱਚਿਓ ਸਭ ਤੋਂ ਜ਼ਿਆਦਾ ਜਿਹੜਾ ਸਭ ਤੋਂ ਵੱਧ ਸ਼ੇਅਰ ਆਉਂਦਾ ਕੀ ਤੇ ਹੁੰਦਾ ਜਾਪਾਨ ਤੇ ਯੂਐਸਏ ਦਾ ਜਾਪਾਨ ਤੇ ਯੂਐਸਏ ਦੋਨੇ ਇਕੱਠੇ ਦੇਖਿਆ ਜਾਵੇ ਬੱਚਿਓ ਤਾਂ ਇਹਨਾਂ ਕੋਲੇ 15.6 15.6 ਪ੍ਰਤੀਸ਼ਤ ਹੈ ਜੀ ਏਸ਼ੀਅਨ ਡਵੈਲਪਮੈਂਟ ਬੈਂਕ ਚ ਦੂਜੇ ਨੰਬਰ ਤੇ ਆਉਂਦਾ ਚਾਈਨਾ 6.4 ਤੀਜੇ ਨੰਬਰ ਤੇ ਆਪਣਾ ਇੰਡੀਆ ਆਉਂਦਾ ਤੇ ਚੌਥੇ ਤੇ ਆਉਂਦਾ ਆਸਟ੍ਰੇਲੀਆ ਇਹਨੂੰ ਵੀ ਗੱਲ ਨੂੰ ਯਾਦ ਰੱਖੋਗੇ ਤੇ ਹੈੱਡਕੁਆਰਟਰ ਕਿੱਥੇ ਦਾ ਮਨਿਲਾ ਫਿਲੀਪੀਨਸ ਤੇ ਇਹਦੇ ਡਾਇਰੈਕਟਰ ਜਨਰਲ ਕੌਣ ਨੇ ਮਸਤ ਸੁਗਾ ਮਸਤ ਸੁਗਾ ਆਸਾ ਕਵਾ ਮਸਤ ਸੁਗਾ ਆਸਾ ਕਵਾ ਸੋ ਏਸ਼ੀਅਨ ਡਵੈਲਪਮੈਂਟ ਬੈਂਕ ਦੀ ਤੁਸੀਂ ਜਾਣਕਾਰੀ ਰੱਖਣੀ ਹੈ ਪ੍ਰੋਪਰ ਢੰਗ ਦੇ ਨਾਲ ਆਪਾ ਮੋੜ ਦੇ ਵੀ ਕਿਸੇ ਦਾ ਕਿ ਨਹੀਂ ਘਰ ਵਿੱਚ ਪੜੇ ਜਾਂਦੇ ਉਧਰੋਂ ਲਿਆਓ ਉਧਰੋਂ ਲੈ ਗਿਆ ਪੈਸਾ ਠੀਕ ਹੈ ਮਿਸਟਰ ਬੁੱਲਰ ਉਹ ਮਿਸਟਰ ਬੁੱਲਰ ਤੇ ਨਾਲ ਗੱਲ ਵੀ ਕਰਨੀ ਹੈ ਨਾ ਯਾਰ ਤੂੰ ਫੋਨ ਨਹੀਂ ਚੱਕਿਆ ਸੀ ਅੱਛਾ ਤੂੰ ਦੁਬਾਰਾ ਕੀਤਾ ਸੀ ਫਿਰ ਮੈਂ ਨਹੀਂ ਚੱਕਿਆ ਮੈਂ ਪਲਿਕ ਉਹ ਚਪਾਇਆ ਗਿਆ ਸੀਗਾ ਯਾਰ ਆ ਬਿਜ਼ੀ ਹੋ ਗਿਆ ਸੀ ਠੀਕ ਹੈ ਜੀ ਸੋ ਇਹਨੂੰ ਯਾਦ ਰੱਖੋਗੇ ਏਸ਼ੀਅਨ ਡਵੈਲਪਮੈਂਟ ਬੈਂਕ 1966 ਚ ਬਣਿਆ ਸੀ ਠੀਕ ਹੈ ਜੀ ਸਭ ਤੋਂ ਵੱਧ ਸ਼ੇਅਰ ਕਿਹਦੇ ਕੋਲ ਹੈ ਜਾਪਾਨ ਦੇ ਯੂਐਸਏ ਕੋਲੇ 15.6% ਇਹ ਚ ਲੋ ਜੀ ਅੱਗੇ ਚੱਲਦੇ ਆਂ ਬੱਚੇ ਆਪਾਂ ਹੁਣ ਇੱਥੇ ਬੱਚੇ ਜ਼ਿਕਰ ਹੋ ਰਿਹਾ ਇੱਕ ਮੇਲੇ ਦਾ ਸੰਮੇਲਨ ਦਾ ਨਾਮ ਹੈ ਨਾਰਥ ਈਸਟ ਸੰਮੇਲਨ ਨਾਰਥ ਈਸਟ ਸੰਮੇਲਨ ਬੱਚਿਓ ਇਹਦਾ ਜ਼ਿਕਰ ਕੀਤਾ ਜਾ ਰਿਹਾ ਤੇ ਇਹਨੂੰ ਆਰਗੇਨਾਈਜ਼ ਕਰਵਾਇਆ ਕਿੰਨਾਂ ਨੇ ਡੋਨਿਅਰ ਨੇ ਡਿਪਾਰਟਮੈਂਟ ਆਫ ਨਾਰਥ ਈਸਟ ਰੀਜਨ ਮਿਨਿਸਟਰੀ ਆਫ ਮਿਨਿਸਟਰੀ ਆਫ ਡਵੈਲਪਮੈਂਟ ਆਫ ਨਾਰਥ ਈਸਟ ਰੀਜ ਨਾਰਥ ਈਸਟ ਸੰਮਿਲਨ ਉੱਤਰ ਪੂਰਬੀ ਸੰਮਿਲਨ ਉੱਤਰ ਪੂਰਬੀ ਦੇਸ਼ਾਂ ਦਾ ਜਿਹੜਾ ਉੱਤਰ ਪੂਰਬੀ ਸਟੇਟਾਂ ਨੇ ਉਹਨਾਂ ਦਾ ਇਹ ਸੰਮਿਲਨ ਕਰਵਾਇਆ ਗਿਆ ਜੀ ਤੇ ਕੁਝ ਜਿਹੜੀਆਂ ਚੀਜ਼ਾਂ ਇੱਥੇ ਫਾਊਂਡੇਸ਼ਨ ਰੱਖੀ ਗਈ ਹੈ ਉਹ ਸਾਰਾ ਕੁਝ ਜ਼ਿਕਰ ਕਰਾਂਗੇ ਕਿੱਥੇ ਕੀਤਾ ਗਿਆ ਜੀ ਪਹਿਲੀ ਗੱਲ ਤਾਂ ਇਹ ਨਵੀਂ ਦਿੱਲੀ ਦੇ ਵਿੱਚ ਡਾਕਟਰ ਅੰਬੇਦਕਰ ਇੰਟਰਨੈਸ਼ਨਲ ਸੈਂਟਰ ਦੇ ਵਿੱਚ ਨਾਰਥ ਈਸਟ ਸੰਮਿਲਨ ਨੂੰ ਕਨਵੀਨ ਕੀਤਾ ਗਿਆ ਠੀਕ ਹੈ ਜੀ ਧੰਨਾ ਮਾਮਲਾ ਤੇ ਇਸ ਇਵੈਂਟ ਦੇ ਵਿੱਚ ਬਥੇਰੇ ਮਨਿਸਟਰ ਐਮਪੀ ਐਮਐਲਏ ਆਫਿਸਰ ਸਟੂਡੈਂਟਸ ਆਏ ਸੀ ਤੇ ਇਸ ਓਕੇਸ਼ਨ ਨੂੰ ਮਨਾਇਆ ਠੀਕ ਹੈ ਜੀ ਡਨ ਕਰੋ ਅੱਗੇ ਜੀ ਬੜੇ 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 ਬੰਦੇ ਆਏ ਕੇਂਦਰੀ ਮੰਤਰੀ ਉਰੇ ਆਏ ਜੀ ਕੁਸ਼ਨ ਰੈਡੀ ਉਰੇ ਜਿਹੜੇ ਕਿ ਯੂਨੀਅਨ ਮਿਨਿਸਟਰ ਨੇ ਡਵੈਲਪਮੈਂਟ ਫਾਰ ਨਾਰਥ-ਈਸਟਰਨ ਰੀਜਨ ਦੇ ਜੀ ਕੁਸ਼ਨ ਰੈਡੀ ਜੀ ਕਲਚਰ ਮਿਨਿਸਟਰ ਆਏ ਨਿਕਰਨ ਰੇਜੂ ਉਰੇ ਆਏ ਸਾਰੇ ਆਏ ਤੇ ਉਹਨਾਂ ਨੇ ਇੱਥੇ ਪਾਰਟਿਸਿਪੇਟ ਕੀਤਾ ਤੇ ਇੱਥੇ ਐਡੀਸ਼ਨਲੀ ਬੱਚੇ ਹੋਰ ਕਈ ਚੀਜ਼ਾਂ ਦਾ ਉਦਘਾਟਨ ਕੀਤਾ ਗਿਆ ਜਿਵੇਂ ਦਵਾਰਕਾ ਦਿੱਲੀ ਦੇ ਵਿੱਚ ਇੱਕ ਨਾਰਥ-ਈਸਟਰਨ ਕਲਚਰਲ ਤੇ ਸੋਸ਼ਲ ਇੰਸਟੀਚਿਊਟ ਖੋਲਿਆ ਗਿਆ ਨਾਰਥ-ਈਸਟਰਨ ਕਲਚਰਲ ਐਂਡ ਸੋਸ਼ਲ ਇੰਸਟੀਚਿਊਟ ਖੋਲਿਆ ਗਿਆ ਕਿੱਥੇ? ਦਵਾਰਕਾ ਦੇ ਵਿੱਚ ਤੇ ਇੱਕ ਬਰਾਕ ਹੋਸਟਲ ਖੋਲਿਆ ਗਿਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਨਿਊ ਦਿੱਲੀ ਦੇ ਵਿੱਚ। ਸੋ ਇਹ ਦੋ ਇਵੈਂਟ ਨੇ ਜਿਨ੍ਹਾਂ ਦਾ ਉਦਘਾਟਨ ਕੀਤਾ ਗਿਆ ਨਾਰਥ-ਈਸਟ ਸੰਮੇਲਨ ਦੇ ਵਿੱਚ ਜਿਹੜਾ ਕਿ ਡਾਕਟਰ ਬੀ.ਆਰ. ਅਮੇਦਕਰ ਕਨਵੈਨਸ਼ਨ ਸੈਂਟਰ ਦੇ ਵਿੱਚ ਕੀਤਾ ਗਿਆ ਦਿੱਲੀ ਦੇ ਵਿੱਚ। ਡਨ ਹੈ? ਠੀਕ ਹੈ ਜੀ। ਹੁਣ ਇੱਥੇ ਜ਼ਿਕਰ ਤੁਸੀਂ ਦੇਖ ਰਹੇ ਹੋ ਦਵਾਰਕਾ ਦਾ। ਤੁਸੀਂ ਮੈਨੂੰ ਦੱਸਿਓ ਜੀ ਆਪਾਂ ਨੇ ਦੇਖਿਆ ਸੀ ਦਵਾਰਕਾ ਦੇ ਵਿੱਚ ਜਿਹੜਾ ਕਿ ਦਿੱਲੀ ਦੇ ਵਿੱਚ ਹੈਗਾ ਜੀ ਠੀਕ ਹੈ ਜੀ। ਦਵਾਰਕਾ ਦੇ ਵਿੱਚ ਆਪਾਂ ਨੇ ਇੱਕ ਇੰਟਰਨੈਸ਼ਨਲ ਐਗਜ਼ੀਬਿਸ਼ਨ ਕਮ ਕਨਵੈਨਸ਼ਨ ਸੈਂਟਰ ਖੋਲਿਆ ਸੀ ਜਿਵੇਂ ਆਪਣਾ ਇੱਕ ਉਹ ਨਹੀਂ ਸੀਗਾ ਭਾਰਤ ਮੰਡਪਮ ਐਮੇਦ ਆਪਾਂ ਨੇ ਦਵਾਰਕਾ ਦੇ ਵਿੱਚ ਖੋਲਿਆ ਸੀ ਉਹਦਾ ਨਾਮ ਕੀ ਸੀਗਾ ਇੰਟਰਨੈਸ਼ਨਲ ਐਗਜ਼ੀਬਿਸ਼ਨ ਕਮ ਕਨਵੈਨਸ਼ਨ ਸੈਂਟਰ ਵਾਟ ਇਜ਼ ਦਾ ਨੇਮ ਆਫ ਥੈਟ ਦੱਸੋ ਬਈ ਕੁਲਦੀਪ ਕੌਰ ਕਲਾਸ ਸ਼ੇਅਰ ਕਰ ਦੇ ਕਰੋ ਮੈਨੂੰ ਕਹਿੰਦੇ ਕੁਲਦੀਪ ਕੌਰ ਤੁਸੀਂ ਇਹਨੂੰ ਕਰੰਟ ਅਫੇਅਰ ਨੂੰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਟੈਲੀਗ੍ਰਾਮ ਜੁਆਇਨ ਕਰ ਲਓ ਮੈਂ ਹੀ ਸ਼ੇਅਰ ਕਰ ਦੇਣਾ ਟੈਲੀਗ੍ਰਾਮ ਤੇ ਕਮਾਲ ਹੋ ਗਈ ਯਸ਼ੋ ਭੂਮੀ ਕੀ ਬਾਤ ਹੈ ਜੀ ਵੈਰੀ ਗੁੱਡ ਜੀ ਯਸ਼ੋ ਭੂਮੀ ਕਿਹੜਾ ਜੀ ਇਹ ਯਸ਼ੋ ਭੂਮੀ ਵੈਰੀ ਗੁੱਡ ਬੱਚੇ ਬਹੁਤ ਸੋਹਣੇ ਕਮਾਲ ਹੈ ਜੀ ਸੋ ਇਹ ਵੀ ਨਿਊਜ਼ ਬੱਚੇ ਆਪਣੀ ਸਮਾਪਤ ਹੋ ਜਾਂਦੀ ਸੰਮੇਲਨ ਵਾਲੀ ਅੱਜ ਹੁਣ ਅੱਗੇ ਚੱਲੀਏ ਅਗਲੀ ਨਿਊਜ਼ ਦੇ ਵਿੱਚ ਜਿੱਥੇ ਜ਼ਿਕਰ ਹੋ ਰਿਹਾ ਹੈ O&GC ਦਾ ਉਹ ਆਇਲ ਐਂਡ ਨੇਚਰਲ ਗੈਸ ਕਾਰਪੋਰੇਸ਼ਨ ਜਿਹੜੀ ਕਿ ਇੱਕ ਮਹਾਰਤਨਾ ਕੰਪਨੀ ਹੈ ਮਲਿਆਨਕੀ ਸਰਕਾਰੀ ਕੰਪਨੀ ਬੜੀ ਵੱਡੀ ਕੰਪਨੀ ਹੈ ਮਹਾਰਤਨਾ ਕੰਪਨੀ ਹੈ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੇਚਰਲ ਗੈਸ ਦੇ ਅੰਡਰ ਆਉਂਦੀ ਹੈ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੇਚਰਲ ਗੈਸ ਇਹਦੇ ਕੇਂਦਰੀ ਮੰਤਰੀ ਕੌਣ ਨੇ ਜੀ ਆਪਣੇ ਹਰਦੀਪ ਸਿੰਘ ਪੁਰੀ ਹੁਨੇ ਲੋ ਜੀ ਸੋ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਜੀ ਗੋਆ ਦੇ ਵਿੱਚ ਗਏ ਤੇ ਗੋਆ ਦੇ ਵਿੱਚ ਕਈ ਇਨਫਰਾਸਟ੍ਰਕਚਰ ਪ੍ਰੋਜੈਕਟ ਇਹਨਾਂ ਨੇ ਲਾਂਚ ਕੀਤੇ ਉਹਨਾਂ ਵਿੱਚੋਂ ਇਹਨਾਂ ਨੇ ONGC ਦਾ ਇੱਕ ਸੀ ਸਰਵਾਈਵਲ ਸੈਂਟਰ ਖੋਲਿਆ ਗੋਆ ਦੇ ਵਿੱਚ ਠੀਕ ਹੈ ਜੀ ਉਦਘਾਟਨ ਕਿਹਦਾ ਕੀਤਾ ਸੀ ਸਰਵਾਈਵਲ ਸੈਂਟਰ ਇਨ ਗੋਆ ਜਿੱਥੇ ਲੋਕਾਂ ਨੂੰ ONGC ਦੇ EMPLOYEES ਨੂੰ ਸੀ ਦੇ ਵਿੱਚ ਸਰਵਾਈਵਲ ਕਰਨ ਦੀਆਂ ਟੈਕਨੀਕਸ ਸਿਖਾਈਆਂ ਜਾਣਗੀਆਂ ਇਹੋ ਜਿਹਾ ਸੈਂਟਰ ਖੋਲਿਆ ਜੀ ਆਪਣੇ ਗੋਆ ਦੇ ਵਿੱਚ ਤੇ ਉਦਘਾਟਨ ਕੀਤਾ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ONGC ਦਾ ONGC ਦਾ ਸੀ ਸਰਵਾਈਵਲ ਸੈਂਟਰ ਖੋਲਿਆ ਗਿਆ ਜੀ ਕਿੱਥੇ ਖੋਲਿਆ ਗਿਆ ਜੀ ਗੋਆ ਦੇ ਵਿੱਚ ਤੇ ਆ ਬੇਸਿਕ ਇਨਫੋਰਮੇਸ਼ਨ ONGC ਤੁਸੀਂ ਯਾਦ ਰੱਖੋਗੇ ਠੀਕ ਹੈ ਜੀ ਡਨ ਕਰੋ ਮਾਮਲਾ ਜੀ ਉਸ ਤੋਂ ਇਲਾਵਾ ਕਹਿੰਦੇ ਪ੍ਰਧਾਨ ਮੰਤਰੀ ਉਹ ਰਾਣੇ ਕੀ ਕੀਤਾ ਜੀ ਇਨੌਗਰੇਸ਼ਨ ਵੀ ਕੀਤੀ ਕਾਦੀ ਇਨੌਗਰੇਸ਼ਨ ਕੀਤੀ ਇੰਡੀਆ એનર્ਜੀ ਵੀਕ ਦੀ ਜਿਹੜਾ ਸੈਕੰਡ ਐਡੀਸ਼ਨ ਸੀ ਗੋਆ ਦੇ ਵਿੱਚ ਹੀ ਹੋਇਆ ਸੀ ਯਾਦ ਕਰੋ ਮੈਂ ਤੁਹਾਨੂੰ ਕਰਵਾਇਆ ਹੋਇਆ ਹੈ ਇੰਡੀਆ એનર્ਜੀ ਵੀਕ ਉਹਦਾ ਵੀ ਉਦਘਾਟਨ ਕੀਤਾ ਗਿਆ ਥੈਂਕ ਯੂ ਬੱਚਿਓ ਅੱਜ ਸੌ ਬੱਚਾ ਲਾਈਵ ਹੋ ਗਏ ਤੇ 100 ਦੇ 100 ਸੈਸ਼ਨ ਨੂੰ ਲਾਈਕ ਜ਼ਰੂਰ ਕਰੋ ਯਾਰ ਸੈਸ਼ਨ ਨੂੰ ਲਾਈਕ ਕਰ ਦਿਓ ਬੱਚਿਓ ਚਲੋ ਜੀ ਲਓ ਜੀ ਹਾਂ ਹਾਂਜੀ ਰਾਦੇ ਰਾਦੇ ਜੀ ਮੈਂ ਚੰਡੀਗੜ੍ਹ ਤੋਂ ਰਹਿਨੇ ਹੁਣ ਚੰਡੀਗੜ੍ਹ ਨਾਲ ਵਿੱਚ ਤਾਂ ਮੈਂ ਲੁਧਿਆਣੇ ਤੋਂ ਆ ਬਟ ਹੁਣ ਚੰਡੀਗੜ੍ਹ ਜਬਾ ਦਾ ਚੰਡੀਗੜ੍ਹ ਹੀ ਰਹਿਦਾ ਹੁਣ ਲਓ ਜੀ ਇੰਡੀਅਨ એનર્ਜੀ ਵੀਕ ਦਾ ਇੱਕ ਉਹ ਕੀਤਾ ਇਹਨਾਂ ਨੇ ਉਦਘਾਟਨ ਉਸ ਤੋਂ ਇਲਾਵਾ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਗੋਆ ਇਹ ਦਾ ਪਰਮਨੈਂਟ ਕੈਂਪਸ ਖੋਲਿਆ ਇੱਕ ਨਵਾਂ ਕੈਂਪਸ ਖੋਲਿਆ ਨੈਸ਼ਨਲ ਇੰਸਟੀਚਿਊਟ ਆਫ ਵਾਟਰ ਸਪੋਰਟਸ ਦਾ 100 TBD ਇੰਟੀਗ੍ਰੇਟਿਡ ਵੇਸਟ ਮੈਨੇਜਮੈਂਟ ਫੈਸਿਲਿਟੀ ਖੋਲੀ ਸੋ ਇਹ ਤਾਂ ਬੱਚੇ ਉਹ ਚੀਜ਼ਾਂ ਨੇ ਜਿਹੜਾ ਤੁਸੀਂ ਹਲਕਾ ਹਲਕਾ ਜਿਹੜਾ ਹੈ ਰੀਡ ਕਰਨਾ ਬਾਕੀ ਜਿਹੜੀ ਆ ਮੇਨ ਨਿਊਜ਼ ਹੈ ਵੀ ਇਹਨਾਂ ਨੇ ਇੱਥੇ ONGC ਦਾ ਸੀ ਸਰਵਾਈਵਲ ਸੈਂਟਰ ਖੋਲਿਆ ਹੈ ਗੋਆ ਦੇ ਵਿੱਚ ਉਦਘਾਟਨ ਕੀਤਾ ਗੋਆ ਚ ਗਏ ਹੋਈ ਸੀ ਵਿਜ਼ਿਟ ਕਰਨ ਠੀਕ ਹੈ ਜੀ ਚਲੋ ਜੀ ਗੁਰਮੀਤ ਾਲੀਵਾਲ ਲੁਧਿਆਣਾ ਤੋਂ ਆ ਅੱਜ ਧੁੱਪ ਚੜੀ ਆ ਬਿਲਕੁਲ ਜੀ ਲਓ ਜੀ ਲੈ ਕੇ ਆਏ ਹੋਏ ਆ ਲੇ ਕੇ ਆਇਆ ਤਾਂ ਹੋਇਆ ਜੀ ਅੱਛਾ ਜੀ ਵੈਰੀ ਗੁੱਡ ਯੁਵਰਾਜ ਠੀਕ ਹੈ ਜੀ ਤੈਨੂੰ ਪੂਰਾ ਇਹਦੇ ਚ ਉਹ ਦਿੱਤਾ ਜਾਊਗਾ ਸ਼ਰੇ ਲਓ ਜੀ ਅੱਗੇ ਵਧੋ ਜੀ ਲਓ ਜੀ ਲੈਟਸ ਮੂਵ ਫਾਰਵਰਡ ਟੂ ਦਾ ਨੈਕਸਟ ਨਿਊਸ ਆਰਟੀਕਲ ਜੀ ਦੇ ਵਿੱਚ ਜ਼ਿਕਰ ਹੋ ਰਿਹਾ ਬੱਚੇ ਅਪਾਇੰਟਮੈਂਟ ਦਾ ਲਓ ਜੀ ਅਪਾਇੰਟਮੈਂਟਸ ਦੀ ਗੱਲ ਕੀਤੀ ਜਾਵੇ ਤਾਂ ਐਲ ਸੈਲਵਾਡੋਰ ਦੇ ਨਵੇਂ ਰਾਸ਼ਟਰਪਤੀ ਨਵੇਂ ਨਹੀਂ ਰੀ ਇਲੈਕਸ਼ਨ ਹੋਈ ਹੈ ਨਾਲ ਦੀ ਰੀ ਇਲੈਕਸ਼ਨ ਕੀਤੀ ਗਈ ਹੈ ਅਪੁਆਇੰਟਮੈਂਟ ਰਿਲੇਟਡ ਨਿਊਜ਼ ਹੈ ਬੱਚਿਓ ਯੂ نو ਇੱਥੇ ਹੀ ਯਾਦ ਕਰਨਾ ਬਸ ਇੰਨਾ ਕੀ ਯਾਦ ਕਰਨਾ ਕਿ ਕਿਹੜਾ ਪ੍ਰੈਜ਼ੀਡੈਂਟ ਨਵਾਂ ਲੱਗਿਆ ਜੀ ਐਲ ਸੈਲਵਾਡੋਰ ਦਾ ਨਵਾਂ ਰਾਸ਼ਟਰਪਤੀ ਆਇਆ ਜੀ ਨਾਮ ਹੈ ਨਾਈਬ ਬੁਖੇਲੇ ਨਾਈਬ ਬੁਖੇਲੇ ਨਾਈਬ ਬੁਕੇਲੇ ਬਣੇ ਨੇ ਬੱਚਿਓ ਐਲ ਸੈਲਵਾਡੋਰ ਕੰਟਰੀ ਦੇ ਨਵੇਂ ਪ੍ਰੈਜ਼ੀਡੈਂਟ ਰਾਸ਼ਟਰਪਤੀ ਸੋ ਇਹ ਜਿਹੜਾ ਐਲ ਸੈਲਵਾਡੋਰ ਕੰਟਰੀ ਹੈ ਦੀ ਲੋਕੇਸ਼ਨ ਕਿੱਥੇ ਹੈ ਦੀ ਕੈਪੀਟਲ ਕਿਹੜੀ ਹੈ ਕਰਵਾ ਦਾਂਗੇ ਟੈਨਸ਼ਨ ਨਾ ਲਿਓ ਸੋ ਰੀ ਇਲੈਕਸ਼ਨ ਕੀਤੀ ਗਈ ਹੈ ਨਾਈ ਬੁਕੇਲੇ ਦੀ ਲੋ ਜੀ ਜੇ ਤੁਸੀਂ ਦੇਖੋਗੇ ਬੱਚਿਓ ਆਪਣਾ ਲਾਟਿਨ ਅਮਰੀਕਾ ਲਾਟਿਨ ਅਮਰੀਕਾ ਕਿਹੜਾ ਹੈ ਜਿਹੜਾ ਵਿਚਾਲੇ ਪੈਂਦਾ ਜਮਾ ਠੀਕ ਹੈ ਜੀ ਜਮਾ ਜਮਾ ਵਿਚਾਲੇ ਪੈਂਦਾ ਸਾਊਥ ਅਮਰੀਕਾ ਨੂੰ ਤੇ ਨਾਰਥ ਅਮਰੀਕਾ ਨੂੰ ਜੋੜਦਾ ਤੇ ਇਹਨੂੰ ਆਪਾਂ ਕਹਿੰਦੇ ਕੀ ਹੈ ਜੀ ਇਸਥਮਸ ਕਹਿੰਦੇ ਆ ਹਨਾ ਆਪਾਂ ਸਟ੍ਰੇਟ ਪੜ੍ਹਦੇ ਹੁੰਨੇ ਆ ਨਾ ਵੀ ਜਿਹੜੇ ਦੋ ਵੱਡੇ ਪਾਣੀਆਂ ਨੂੰ ਜੋੜੇ ਜਿਹੜੀਆਂ ਦੋ ਵੱਡੇ ਲੈਂਡਮਾਸ ਨੂੰ ਜੋੜੇ ਦੋ ਵੱਡੀਆਂ ਭੂਮੀਆਂ ਨੂੰ ਧਰਤੀਆਂ ਨੂੰ ਜੋੜੇ ਨੇ ਸੀ ਇਸਥਮਸ ਕਹਿੰਦੇ ਨੂੰ ਪਨਾਮਾ ਇਸਥਮਸ ਕਹਿੰਦੇ ਆਪਾਂ ਠੀਕ ਹੈ ਜੀ ਹੁਣ ਇੱਥੇ ਤੁਸੀਂ ਦੇਖੋਗੇ ਇੱਕ ਕੰਟਰੀ ਪਈ ਹੈ ਐਲਸਲਵੇਡੋਰ ਬਹੁਤ ਛੋਟੀ ਕੰਟਰੀ ਹੈ ਜੀ ਜਮੀਂ ਵਿੱਚ ਦੇ ਦੇ ਉਹ ਨਿਕਲਦੀ ਹੈ ਕੀ ਨਾਮ ਉਹਦਾ ਇਹ ਇਕਵੇਟਰ ਨਿਕਲਦੀ ਹੈ ਤੇ ਸੈਨ ਸਲਵੇਡੋਰ ਇਹਦੀ ਕੈਪੀਟਲ ਹੈ ਐਲਸਲਵੇਡੋਰ ਠੀਕ ਹੈ ਜੀ ਸੋ ਇਹਦੀ ਯਾਦ ਰੱਖਣੀ ਆ ਤੁਸੀਂ ਲੋਕੇਸ਼ਨ ਐਲਸਲਵੇਡੋਰ ਦੀ ਸੈਨ ਸਲਵੇਡੋਰ ਇਹਦੀ ਬੱਚੇ ਸੋਰੀ ਆਪਣੀ ਕੀ ਹੈ ਜੀ ਕੈਪੀਟਲ ਹੈ ਠੀਕ ਹੈ ਜੀ ਗੁੱਡ ਮਾਰਨਿੰਗ ਪਵਨਦੀਪ ਕੌਰ ਕੀ ਬਾਤ ਹੈ ਜੀ ਮੁਸਕਾਨ ਸਿਦਾਨਾ ਕੀ ਬਾਤ ਨਿਕਰੋਗੁਆ ਸੋ ਨਿਕਰੋਗੁਆ ਕੰਟਰੀ ਹੈ ਜਿਹੜੀ ਐਤ ਕੀ ਮਿਸ ਯੂਨੀਵਰਸ ਨਿਕਰੋਗੁਆ ਦੀ ਬਣੀ ਸੀ मिशानियस प्लेसियोस औखा जहाँ नाम उन्होंनिस मियोपलोस ए कुछ नाम सी से निकरोगुआ कंट्री तो बने सी वेरी गुड बच्चे शाबाश पंजाब पीसीएस के प्रेपरेशन करो सर जी क्या आप पंजाब पीसीएस के प्रेपरेशन कराते हो प्लीज रिप्लाई हाँ जी सुखी सिंह करवाते हैं जी बिल्कुल करवाते हैं आपको एक नंबर दिया जाएगा लास्ट में उस नंबर पर कॉल करना हमारे यहाँ पे तो यूपीएससी की भी तैयारी करवाई जाती है राज आई एस इंस्टीट्यूट नंबर वन इंस्टीट्यूट ऑफ चंडीगढ़ पंजाब पंजाब का नंबर वन इंस्टीट्यूट है राज आई एस उस ब्रांच है ट्री चलो जी आगे चलते हैं मेरे मित्रों हिंदी में बोलते हुए लैट्स मूव फॉरवर्ड लो जी अगे एक होर अपॉइंटमेंट हुई है जी तो यह अपॉइंटमेंट बहुत जरूरी है बच्चे क्योंकि ट्रेंडिंग नेशन है ट्रेंडिंग देश है वह नवा प्राइम मिनिस्टर नियुक्त किया गया नाम है बच्चे यमन अच्छा जी कुलदीप कौर ਜਿਹੜਾ ਟੈਲੀਗ੍ਰam ਚੈਨਲ ਦਾ ਨੇਮ ਹੈ that is success tree punjab ਇਸੇ ਦੇ ਡਿਸਕ੍ਰਿਪਸ਼ਨ ਇਸੇ ਵੀਡੀਓ ਡਿਸਕ੍ਰਿਪਸ਼ਨ ਦੇ ਥੱਲੇ ਪਿਆ ਲਿੰਕ ਉਹਦਾ ਉੱਥੇ ਕਰ ਲਿਓ ਬਾਕੀ ਕੋਈ ਗੱਲ ਨਹੀਂ ਮੈਂ ਦੱਸ ਦੂੰਗਾ ਲਾਸਟ ਦੇ ਵਿੱਚ ਕੰਟੈਂਸ਼ਨ ਨਾ ਲੋ ਹਜੇ ਇੱਥੇ ਧਿਆਨ ਦਿਓ ਸੋ ਯਮਨ ਦੇ ਨਵੇਂ ਪ੍ਰਾਈਮ ਮਿਨਿਸਟਰ ਨਿਯੁਕਤ ਕੀਤੇ ਗਏ ਨੇ ਨਾਮ ਹੈ ਅਹਿਮਦ ਅਵਦ ਬਿਲ ਬਿਨ ਮੁਬਾਰਕ ਅਹਿਮਦ ਅਵਦ ਬਿਨ ਮੁਬਾਰਕ ਅਹਿਮਦ ਅਵਦ ਬਿਨ ਮੁਬਾਰਕ ਬੱਚਿਓ ਪ੍ਰਾਈਮ ਮਿਨਿਸਟਰ ਨਿਯੁਕਤ ਕੀਤੇ ਗਏ ਨੇ ਬੱਚਿਓ ਨਵੇਂ ਯਮਨ ਦੇ ਸੋ ਯਮਨ ਦੀ ਬੱਚਿਓ ਆਪਾਂ ਫੇਰ ਦੇਖ ਲਾਂਗੇ ਯਮਨ ਤਾਂ ਬੜਾ ਹੀ ਟ੍ਰੈਂਡਿੰਗ ਯਮਨ ਦੀ ਬੱਚੇ ਕੈਪੀਟਲ ਹੈਗੀ ਸਨਾ ਸਨਾ ਇਸ ਦਾ ਕੈਪੀਟਲ ਕਿਉਂ ਨੂੰ ਇਸ ਤੇ ਚੱਲਦਾ ਕਿਉਂਕਿ ਹੁਥੀ ਰੈਵਲਸ ਉਰੇ ਇੱਥੇ ਬਹੁਤ ਪਟਾਕੇ ਪਾਉਂਦੇ ਨੇ ਹੁਥੀ ਰੈਵਲਸ ਹੁਥੀ ਰੈਵਲਸ ਇੱਥੇ ਜਿਹੜਾ ਇੱਥੋਂ ਕੋਈ ਵੀ ਜਿਹੜਾ ਸ਼ਿਪ ਨਿਕਲਦਾ ਇਹ ਕਿਹੜਾ ਸਟ੍ਰੇਟ ਹੈ ਸਟੇਟ ਆਫ ਬਬ ਅਲ ਮੰਦੀਬ ਕਿਹੜਾ ਇਹ ਸਟ੍ਰੇਟ ਆਫ ਬਬ ਅਲ ਮੰਦੀਬ ਜਿਹੜਾ ਕਿ ਆਪਣਾ ਜਬੂਤੀ ਤੇ ਯਮਨ ਦੇ ਵਿਚਕਾਰ ਹੈ ਬਬ ਅਲ ਮੰਦੀਬ ਜਿਹੜਾ ਕਿ ਗਲਫ ਆਫ ਅਡੇਨ ਨੂੰ ਰੈਡ ਸੀ ਦੇ ਨਾਲ ਜੋੜਦਾ ਹੈ ਇੱਥੇ ਬੱਚੇ ਹੁੱਥੀ ਰੈਵਲਸ ਪਟਾਕੇ ਪਾ ਰਹੇ ਨੇ ਪੂਰਾ ਹਨਾ ਜੀ ਇਸ ਕਰਕੇ ਬੜਾ ਜ਼ਿਆਦਾ ਨਿਊਜ਼ ਵਿੱਚ ਹੈ ਜੀ ਯਮਨ ਜਿਹੜਾ ਕਿ ਇੱਕ ਸ਼ੀਆ ਨੇਸ਼ਨ ਹੈ ਤੇ ਇਹਦੇ ਨਵੇਂ ਪ੍ਰਾਈਮ ਮਿਨਿਸਟਰ ਆ ਗਏ ਜੀ ਅਹਿਮਦ ਅਵਦ ਬਿਨ ਮੁਮਾਰਕ ਅਹਿਮਦ ਅਵਦ ਬਿਨ ਮੁਮਾਰਕ ਯਾਦ ਰੱਖੋਗੇ ਬੱਚੇ ਏਸ ਨਿਊਜ਼ ਨੂੰ ਡੰਨਾ ਮਾਮਲਾ ਚਲੋ ਜੀ ਅੱਗੇ ਚੱਲਦੇ ਆਂ ਅੱਗੇ ਕਾ ਆ ਗਿਆ ਕ ਮੇਲਾ ਲੋ ਜੀ ਵੈਰੀ ਗੁੱਡ ਸ਼ਾਬਾਸ਼ ਸਨਾਈ ਇੱਕ ਰੋਬਟ ਵੀ ਸੀਗੀ ਬੱਚਿਓ ਰਾਜ ਤੱਕ ਦੀ ਮਤਲਬ ਐਂਕਰ ਸੀਸ ਹਨਾ ਹਨਾ ਜੀ ਜਿਹੜੀ ਕਿ ਰੋਬੋਟਿਕ ਐਂਕਰ ਹੈ ਆਜ ਤੱਕ ਦੀ ਚਲੋ ਜੀ ਲੋ ਜੀ ਅੱਗੇ ਆ ਗਿਆ ਇੱਕ ਮੇਲਾ ਜਿਹਦਾ ਨਾਮ ਹੈ ਦਿਵਯ ਕਲਾ ਮੇਲਾ ਦਿਵਯ ਕਲਾ ਮੇਲਾ ਜਿਹਦਾ 14ਵਾਂ ਐਡੀਸ਼ਨ ਮਨਾਇਆ ਗਿਆ ਬੱਚੇ ਕਿੱਥੇ ਅਗਰਤਲਾ ਤ੍ਰਿਪੁਰਾ ਦੇ ਵਿੱਚ ਜਦੋਂ ਕੋਈ ਮੇਲਾ ਆਵੇ ਕਾਨਫਰੰਸ ਆਵੇ ਤਾਂ ਦੋ ਤਿੰਨ ਆਪਾਂ ਇਹਦੇ ਵਿੱਚ ਲਾਉਣੇ ਹੁੰਦੇ ਨੇ ਫਿਲਟਰਸ ਵੀ ਕਿੰਨਾਮਾ ਐਡੀਸ਼ਨ ਹੈ ਉਸ ਮੇਲੇ ਜਾਂ ਕਾਨਫਰੰਸ ਦਾ ਉਹਦਾ ਵੈਨਿਊ ਕੀ ਹੈ ਜੇ ਕੋਈ ਥੀਮ ਹੈ ਤਾਂ ਥੀਮ ਦੱਸ ਦੋ ਜਾਂ ਉਹਦਾ ਏਮ ਬਸ ਦੈਟਸ ਇਟ ਚਾਰ ਆਪਾਂ ਫਿਲਟਰ ਲਾਉਣੇ ਹੁੰਦੇ ਨੇ 14ਵਾਂ ਐਡੀਸ਼ਨ ਹੈ ਪਹਿਲਾ ਫਿਲਟਰ ਲੱਗ ਗਿਆ ਕਿੱਥੇ ਹੈ ਜੀ ਵੈਨਿਊ ਅਗਰਤਲਾ ਤ੍ਰਿਪੁਰਾ ਦੇ ਵਿੱਚ ਲੱਗਿਆ ਜੀ ਏਮ ਕੀ ਹੈ aim ਹੈਗਾ ਜੀ ਦਿਵਿਆਂਗ ਜਨ ਲੋਕਾਂ ਵਾਸਤੇ ਜਿਹੜਾ ਹੈ ਵਧੀਆ-ਵਧੀਆ ਚੀਜ਼ਾਂ ਕਰ ਰਹੀਆਂ ਦਿਵਿਆਂਗ ਜਨ ਕੌਣ ਜਿਹੜੇ ਕਿ ਬੱਚੇ ਹੈਂਡੀਕੈਪਡ ਲੋਗ ਨੇ ਠੀਕ ਹੈ ਜੀ ਸੋ ਜਿਹੜੇ ਹੈਂਡੀਕੈਪਡ ਲੋਗ ਨੇ ਉਹਨਾਂ ਵਾਸਤੇ ਦਿਵਯ ਕਲਾ ਮੇਲਾ ਲਾਇਆ ਗਿਆ ਤੇ ਕਿਨੇ ਉਹਨੂੰ ਆਰਗੇਨਾਈਜ਼ ਕਰਵਾਇਆ ਗਿਆ ਡਿਪਾਰਟਮੈਂਟ ਆਫ ਏਮਪਾਵਰਮੈਂਟ ਆਫ ਪਰਸਨ ਵਿਦ ਫਿਜ਼ੀਕਲ ਡਿਸੇਬਿਲਟੀ ਜਿਹੜੇ ਲੋਕਾਂ ਦੇ ਵਿੱਚ ਕੋਈ ਵੀ ਫਿਜ਼ੀਕਲ ਡਿਸੇਬਿਲਟੀ ਹੈ ਉਹਨਾਂ ਦੇ ਡਿਪਾਰਟਮੈਂਟ ਨੇ ਦਿਵਯ ਕਲਾ ਮੇਲਾ ਕਰਵਾਇਆ ਅਗਰਤਲਾ ਤ੍ਰਿਪੁਰਾ ਦੇ ਵਿੱਚ ਜਿਹਦਾ ਏਮ ਕੀ ਹੈ ਦਿਵਿਆਂਗ ਲੋਕਾਂ ਦੇ ਦਿਵਿਆਂਗ ਆਰਟਿਸਨਸ ਦੇ ਟੈਲੈਂਟਸ ਤੇ ਸਕਿਲਸ ਨੂੰ ਕੀ ਕਰਨਾ ਬੱਚਿਓ ਨਰਚਰ ਕਰਨਾ ਸੈਲੀਬ੍ਰੇਟ ਕਰਨਾ ਦਿਵਯ ਕਲਾ ਮੇਲਾ ਯਾਦ ਰੱਖੋਗੇ 14ਵਾਂ ਐਡੀਸ਼ਨ ਹੈ ਤੇ ਮੇਨ ਮਕਸਦ ਹੋਰ ਕੀ ਇਹਦਾ ਵਿਸ਼ੇਸ਼ਕਤੀਕਰਨ ਕਰਨਾ ਏਮਪਾਵਰਮੈਂਟ ਕਰਨੀ ਕਿੰਨਾਂ ਦੀ ਦਿਵਯਾਂਗ ਇੰਡੀਵਿਜੂਅਲਸ ਦੀ ਅਕ੍ਰੋਸ ਦਾ ਨੇਸ਼ਨ ਦੱਸਣਾ ਬੱਚਿਓ ਵੈਰੀ ਗੁੱਡ ਦਿਵਯ ਕਲਾ ਮੇਲਾ ਇੱਥੇ ਹੋ ਜਾਂਦਾ ਹੈ ਸਮਾਪਤ ਹਾਂਜੀ ਮੇਲੇ ਬਾਲੇ ਹੁੰਦੇ ਯਾਰ ਸਹੀ ਗੱਲ ਹੈ ਇੰਡੀਆ 'ਚ ਮੈਨੂੰ ਵੀ ਮਦਹ ਨਹੀਂ ਲੱਗਦੇ ਹੈਗੇ ਪਰ ਕਰਨੇ ਪੈਂਦੇ ਨੇ ਕੀ ਕਰੀਏ ਮੇਲੇ ਬਾਲੇ ਹੋ ਜਾਂਦੇ ਨੇ ਤੇ ਮੇਲੇ ਜਿਹੜੇ ਵੀ ਹੋਣਗੇ ਮੇਲੇ ਤੇ ਕਾਨਫਰੰਸ ਫੈਸਟ ਐਂਡ ਕਾਨਫਰੰਸ ਜਿਹੜੀ ਵੀ ਹੋਣਗੇ ਅਲੱਗ ਤੋਂ ਮੈਂ ਉਹਦੀ ਲਿਸਟ ਬਣਾਉਂਗਾ ਤੁਹਾਡੇ ਵਾਸਤੇ ਜੇ ਤੁਹਾਡਾ ਪੇਪਰ ਕੋਈ ਨੇੜੇ ਆਊਗਾ ਤਾਂ ਉੱਥੇ ਉਹਨੂੰ ਬਰ ਰਟ ਲਵਾਂਗੇ ਨਾਲ ਦੀ ਨਾਲ ਚਲਿਓ ਚਲੋ ਜੀ ਤ੍ਰਿਪੁਰਾ ਦੇ ਵਿੱਚ ਖਰਚੀਕਰ ਪੂਜਾ ਵੀ ਹੋਇਆ ਸੀ ਵੈਰੀ ਗੁੱਡ ਡਨ ਮਾਮਲਾ ਆਜੋ ਮੇਰੇ ਵੀਰੋ ਅੱਗੇ ਚਲੀਏ ਅਗਲੇ ਨਿਊਜ਼ ਦੇ ਵਿੱਚ ਜਿਹਦੇ ਵਿੱਚ ਜ਼ਿਕਰ ਹੋ ਰਿਹਾ OECD ਦਾ OECD ਇੱਕ ਆਰਗੇਨਾਈਜੇਸ਼ਨ ਹੈ ਇਹਦੀ ਆਪਾਂ ਨੇ ਸਟੈਟਿਜਿਕ ਜੀ ਕਰਨ ਦੀ ਲੋੜ ਨਹੀਂ ਘੱਟੀ ਨਿਊਜ਼ ਵਿੱਚ ਆਉਂਦੀ ਹੈ OECD ਜੇ ਮੈਂ ਗੱਲ ਕਰਾਂ ਬੱਚੇ ਤਾਂ ਇਹਨਾਂ ਨੇ ਇੰਡੀਆ ਦੀ ਜਿਹੜੀ ਤੁਸੀਂ ਕਹਿ ਦੋ ਵੀ ਗਰੋਥ ਰੇਟ ਹੈ ਵੀ ਇੰਡੀਆ ਫਾਈਨੈਂਸ਼ੀਅਲ ਇਅਰ 25 ਦੇ ਵਿੱਚ ਕਿੰਨੀ ਗਰੋਥ ਰੇਟ ਨਾਲ ਵਧੂਗਾ ਤਾਂ ਇਹਨਾਂ ਨੇ ਕਹਿਤਾ ਭਾਈ 6.2 ਪਹਿਲਾਂ ਇਹ 6.1 ਕਹਿੰਦੇ ਸੀਗੇ ਤੇ ਹੁਣ ਇਹਨਾਂ ਨੇ 6.2 ਕਹਿਤਾ ਤੇ ਬਾਕੀ ਇਹ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੀ ਕਹਿ ਰਹੀਆਂ ਨੇ ਵੀ ਇੰਡੀਆ ਫਾਈਨੈਂਸ਼ੀਅਲ ਇਅਰ 25 ਦੇ ਵਿੱਚ ਕਿੰਨੇ ਪ੍ਰਤੀਸ਼ਤ ਦੀ ਦਰ ਨਾਲ ਵਧੂਗਾ ਆ ਇਸੇ ਇੱਕ ਸਲਾਈਡ ਦੇ ਵਿੱਚ ਇੱਕ ਫੋਟੋ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਰਟ ਲਿਓ ਰਟ ਜਿਵੇਂ IMF ਕਹਿੰਦਾ 6.5 ਹੈ वर्ल्ड बैंक ਕਹਿੰਦਾ ਸੀ 6.4 ਹੈ ਐਸ ਐਂਡ ਪੀ ਕਹਿੰਦਾ ਸੀ 6.4 ਹੈ ਏਡੀਬੀ ਕਹਿੰਦਾ ਸੀ 6.7 ਹੈ ਤੇ ਓਈਸੀਡੀ ਕਹਿੰਦਾ ਜੀ 6.2 ਹੈ ਰਟ ਲਿਓ ਰਟ ਬੱਚਿਓ ਵੀ ਫਾਈਨੈਂਸ਼ੀਅਲ ਇਅਰ 25 ਜਿਹਨੂੰ ਪਤਾ ਨਹੀਂ ਫਾਈਨੈਂਸ਼ੀਅਲ ਇਅਰ 25 ਕੀ ਹੁੰਦਾ ਜੀ ਤਾਂ ਦੁਬਾਰੇ ਦੱਸ ਰਿਹਾ ਬੱਚਿਓ ਫਾਈਨੈਂਸ਼ੀਅਲ ਇਅਰ 25 ਹੁੰਦਾ ਹੈ 1 April ਆਪਣਾ ਫਾਈਨੈਂਸ਼ੀਅਲ ਇਅਰ 1 April ਤੋਂ ਸਟਾਰਟ ਹੁੰਦਾ ਹੈ 1 April 2024 ਤੋਂ ਲੈ ਕੇ 31 March 2025 ਤੱਕ ਵੀ ਆਪਣਾ ਭਾਰਤ ਕਿੰਨੇ ਤਰੀਕੇ ਦੀ ਕਿੰਨੇ ਪਰਸੈਂਟ ਦੀ ਦਰ ਨਾਲ ਵਧੂਗਾ ਇਹ ਜਿਆ ਅਨੁਮਾਨ ਅਲੱਗ-ਅਲੱਗ ਆਰਗੇਨਾਈਜੇਸ਼ਨਸ ਲਾਉਂਦੀਆਂ ਨੇ ਉਹਨਾਂ ਵਿੱਚੋਂ OECD ਕਹਿੰਦੀ ਹੈ ਵੀ 6.2 ਪ੍ਰਤੀਸ਼ਤ ਦੀ ਦਰ ਨਾਲ ਵਧੂਗਾ ਥੈਟਸ ਇਟ ਠੀਕ ਹੈ ਜੀ ਰਟ ਲਿਓ ਰਟ ਹਾਂ ਰਟ ਲਿਓ ਤੇ ਕਰ ਰਟਲੇ ਦੇ ਵਿੱਚ ਸੀਗਾ ਇੱਕ ਰਟਲੇ ਡੈਮ ਬਣਿਆ ਸੀ ਜੰਮੂ ਕਸ਼ਮੀਰ ਚਨਾਬ ਰਿਵਰ ਤੇ ਨਾ ਚਲੋ ਜੀ ਅੱਗੇ ਵਧਦੇ ਹਾਂ ਬੱਚਿਓ ਉਸ ਤੋਂ ਇਲਾਵਾ ਇਹ ਕੀ ਕਹਿੰਦੇ ਨੇ ਕਹਿੰਦੇ ਫਾਈਨੈਂਸ਼ੀਅਲ ਇਅਰ 26 ਹੋਊਗਾ ਉਹਦੇ ਵਿੱਚ ਕਹਿੰਦਾ ਇੰਡੀਆ 6.5 ਪ੍ਰਤੀਸ਼ਤ ਦੀ ਦਰ ਨਾਲ ਵਧੂਗਾ ਦੰਨਾ ਮਾਮਲਾ ਚਲੋ ਜੀ ਉਸ ਤੋਂ ਇਲਾਵਾ ਹੁਣ ਆਪਾਂ ਅੱਗੇ ਚੱਲਦੇ ਆਂ ਬੱਚਿਓ ਇੱਕ ਹੋਰ ਹੈ ਜੀ ਫਿਚ ਫਿਚ ਰੇਟਿੰਗਸ ਹੈ ਇਹ ਵੀ OECD ਮੰਗੂ ਆਏ ਮੈਂ ਮੰਗੂ ਇੱਕ ਆਰਗੇਨਾਈਜੇਸ਼ਨ ਹੈ ਆਪਾਂ ਨੇ ਇੰਡੀਆ ਦੇ ਵਿੱਚ ਰੀਸੈਂਟਲੀ ਆਪਾਂ ਨੇ ਇੰਟੈਰਿਮ ਬਜਟ ਕੀਤਾ ਸੀਗਾ ਇੰਟੈਰਿਮ ਬਜਟ ਕੀ ਕਹਿੰਦਾ ਸੀ ਇੰਟੈਰਿਮ ਬਜਟ ਕਹਿੰਦਾ ਸੀ ਜਿਹੜਾ ਸਾਡਾ ਫਿਸਕਲ ਡੈਫਿਸਿਟ ਹੋਊਗਾ ਫਿਸਕਲ ਡੈਫਿਸਿਟ ਹੋਊਗਾ ਉਹ ਅਸੀਂ ਉਹ ਜਿਹੜਾ ਹੈ 2023 ਦੇ ਵਿੱਚ ਰਹੂਗਾ 5.4% ਠੀਕ ਹੈ ਜੀ ਫਾਈਨੈਂਸ਼ੀਅਲ ਇਅਰ 25 ਦੇ ਵਿੱਚ ਯਾਨੀ ਕਿ 24 ਤੋਂ 25 ਵਾਲੇ ਸਾਲ ਦੇ ਵਿੱਚ ਰਹੂਗਾ 5.1% ਤੇ ਫਾਈਨੈਂਸ਼ੀਅਲ ਇਅਰ 26 ਦੇ ਵਿੱਚ ਰਹੂਗਾ 5. ਸੌਰੀ 4.5% ਘਟਾਉਣ ਦੇ ਆ ਮੰਗਿਆ ਦਾ ਫਿਸਕਲ ਡੈਫਿਸਟ ਹੁਣ ਫਿਸਕਲ ਡੈਫਿਸਟ ਕੀ ਹੁੰਦਾ ਇਧਰਲੇ ਪਾਸੇ ਇਨਕਮ ਹੋਗੇ ਇਧਰਲੇ ਪਾਸੇ ਖਰਚੇ ਹੋਗੇ ਹਨਾ ਜੀ ਇਨਕਮ ਘੱਟ ਖਰਚੇ ਜ਼ਿਆਦੇ ਵਿਚਲਾ ਗੈਪ ਫਿਸਕਲ ਡੈਫਿਸਟ ਠੀਕ ਹੈ ਜੀ ਸੋ ਇਹ ਕੀ ਕਹਿੰਦੇ ਫਿਚਰ ਰੇਟਿੰਗ ਕੀ ਕਹਿੰਦੀ ਹੈ ਕਹਿੰਦੇ ਵੀ ਜਿਹੜਾ ਤੁਸੀਂ ਫਾਈਨੈਂਸ਼ੀਅਲ ਇਅਰ 25 ਦਾ ਟਾਰਗੇਟ ਲਾਇਆ ਹੈ ਨਾ 5.1% ਕਹਿੰਦਾ ਇੰਨਾ ਨਹੀਂ ਹੁੰਦਾ ਕਿੰਨਾ ਹੋਊਗਾ 5. 댓्स ਇਟ 댓्स ਇਟ ਬੱਚਿਓ ਇੰਨੀ ਕ ਨਿਊਜ਼ ਤਾਂ ਹੀ ਇਹ ਹਲਕੀ ਜੀ ਨਿਊਜ਼ ਮੈਂ ਇਹਦੇ ਵਿੱਚ ਪਾ ਲਿਆ ਚਲੋ ਜੀ ਅੱਗੇ ਵਧੋ ਜੀ ਅੱਗੇ ਬੱਚਿਓ ਆ ਗਈ ਜੀ ਅੱਜ ਦੀ ਬਾਹਲੀ ਟ੍ਰੈਂਡਿੰਗ ਨਿਊਜ਼ ਬਾਹਲੀ ਟ੍ਰੈਂਡਿੰਗ ਨਿਊਜ਼ ਇਹਦੇ ਤੇ ਇੱਕ ਸ਼ਾਰਟ ਵੀਡੀਓ ਵੀ ਬਣਾਈ ਜਾਊਗੀ ਯੂਨੀਫਾਰਮ ਸਿਵਲ ਕੋਡ ਬਾਰੇ ਯੂਨੀਫਾਰਮ ਸਿਵਲ ਕੋਡ ਦੀ ਮੈਂ ਗੱਲ ਕਰਾਂ ਬੱਚਿਓ ਮਨੇ ਕੱਲ ਪਰਸੂ ਵੀ ਦੇਖਿਆ ਸੀਗਾ ਉੱਤਰਾਖੰਡ ਦੇ ਸੀਐਮ ਪੁਸ਼ਕਰ ਜੀ ਨੇ ਪੁਸ਼ਕਰ ਸਿੰਘ ਧਾਮਿਉਰਾ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ ਤੇ ਬੱਚਿਓ ਬਿਲ ਪਾਸ ਹੋ ਗਿਆ ਉਹ ਬਿਲ ਪਾਸ ਹੋ ਗਿਆ ਜੀ ਯੂਨੀਫਾਰਮ ਸਿਵਲ ਕੋਡ ਬਿਲ ਹੁਣ ਐਕ ਐਕਟ ਬਣ ਗਿਆ ਤੇ ਬਸ ਹੁਣ ਗਵਰਨਰ ਦੇ ਸਾਈਨ ਹੋਣਗੇ ਤੇ ਹੁਣ ਪੂਰੀ ਭਾਰਤ ਦੀ ਹਿਸਟਰੀ ਦੇ ਵਿੱਚ ਉੱਤਰਾਖੰਡ ਪਹਿਲੀ ਇੰਡੀਅਨ ਸਟੇਟ ਬਣੂਗੀ ਆਫਟਰ ਇੰਡੀਪੈਂਡੈਂਸ ਜੀਨੇ ਬੱਚਿਓ ਯੂਨੀਫਾਰਮ ਸਿਵਲ ਕੋਡ ਬਿਲ ਨੂੰ ਅਪਲਾਈ ਕੀਤਾ ਹੋਵੇਗਾ ਹੁਣ ਇਹ ਤੁਸੀਂ ਗੱਲ ਯਾਦ ਰੱਖਣੀ ਹੈ ਵੀ ਮੈਟਰ ਕੋਈ ਵੀ ਹੋਵੇ ਤੁਹਾਨੂੰ ਪਤਾ ਹੈ ਕਿ ਹਿੰਦੂਸ ਨੇ ਮੁਸਲਮ ਨੇ ਸਿੱਖ ਨੇ ਈਸਾਈ ਨੇ ਜਾਂ ਫਿਰ ਹੋਰ ਵੀ ਨੇ ਜੈਨਿਜ਼ਮ ਨੇ ਬੁੱਧਿਜ਼ਮ ਨੇ ਆਪਣੇ ਆਪਣੀਆਂ ਪ੍ਰਥਾਵਾਂ ਨੇ ਉਹਨਾਂ ਦੀ ਆਪਣੇ ਆਪਣੇ ਪ੍ਰਥਾਵਾਂ ਨੇ ਆਪਣੀ ਮੈਰਿਜ ਦੀਆਂ ਡਾਈਵੋਰਸ ਕਰਾਉਣਾ ਹੈ ਇਨਹੈਰੀਟੈਂਸ ਹੈ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਨੇ ਇਹ ਸਾਰੀਆਂ ਗੱਲਾਂ ਦੇ ਅਲੱਗ-ਅਲੱਗ ਲਾਉ ਨੇ ਲਾਉ ਨੇ ਆਪਣੀ ਆਪਣੀ ਕਾਸਟ ਦੇ ਸਾਹਮਣੇ ਆਪਣੇ ਰਿਲੀਜੀਅਨ ਦੇ ਸਾਹਮਣੇ ਯੂਨੀਫਾਰਮ ਸਿਵਲ ਕੋਡ ਕੀ ਕਹਿੰਦਾ ਹੈ ਵੀ ਭਾਈ ਯੂਨੀਫਾਰਮ ਤਰੀਕੇ ਦੇ ਨਾਲ ਆਹ ਸਾਰੇ ਕੰਮ ਹੋਣੇ ਚਾਹੀਦੇ ਨੇ ਆਹ ਵਾਲੇ ਸਾਰੇ ਕੰਮ ਯੂਨੀਫਾਰਮ ਤਰੀਕੇ ਦੇ ਹੋਣੇ ਚਾਹੀਦੇ ਨੇ ਇਰਰੈਸਪੈਕਟਿਵ ਕਿ ਤੁਹਾਡਾ ਰਿਲੀਜੀਅਨ ਕੀ ਹੈ ਤੁਹਾਡੀ ਰੇਸ ਕੀ ਹੈ ਤੁਹਾਡਾ ਕਾਸਟ ਕੀ ਹੈ ਠੀਕ ਹੈ ਜੀ ਪਰ ਯਾਦ ਰੱਖਿਓ ਜਿਹੜਾ ਉੱਤਰਾਖੰਡ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਉਹਦੇ ਵਿੱਚ ਇੱਕ ਕੈਟਾਗਰੀ ਨੂੰ ਐਕਸਕਲੂਡ ਕੀਤਾ ਗਿਆ ਉਹਦੇ ਵਿੱਚ ਇੱਕ ਕੈਟਾਗਰੀ ਨੂੰ ਬਾਹਰ ਰੱਖਿਆ ਗਿਆ ਤਾਂ ਉਹ ਕਿਹੜੀ ਹੈ ਸ਼ਡਿਊਲ ਟ్రਾਈਬਸ ਸ਼ਡਿਊਲ ਟ్రਾਈ ਇਸ ਨੂੰ ਬੱਚੋ ਯੂਨੀਫਾਰਮ ਸਿਵਲ ਕੋਡ ਦੇ ਵਿੱਚੋਂ ਬਾਹਰ ਕੱਢਿਆ ਗਿਆ ਐਕਸੈਪਸ਼ਨ ਹੈ ਤੇ ਐਕਸੈਪਸ਼ਨ ਬੱਚੋ ਤੁਹਾਨੂੰ ਨੰਬਰ ਦਬਾਉਗੀ ਹਾਂ ਉਦਾਂ ਤਾਂ ਗੋਆ ਹੀ ਹੈ ਮਿਸਟਰ ਪੁੱਲਰ ਤੇ ਆਦਰਵਾਈਸ ਆਫਟਰ ਇੰਡੀਪੈਂਡੈਂਸ ਦੀ ਗੱਲ ਕੀਤੀ ਜਾਵੇ ਤਾਂ ਫਿਰ ਆਪਣਾ ਜਿਹੜਾ ਹੈ ਉੱਤਰਾਖੰਡੀ ਨੰਬਰ 1 ਤੇ ਹੈ ਉਹਨਾਂ ਦਾ ਪੋਰਟਗੀਸੁਰਾ ਨੇ ਪਹਿਲੇ ਇਲਾ ਰੱਖਿਆ ਸੀ ਉੱਤੇ ਠੀਕ ਹੈ ਜੀ ਹੁਣ ਯੂਨੀਫਾਰਮ ਸਿਵਲ ਕੋਡ ਹੈਗਾ ਕੀ ਹੈ ਆਪਣੇ ਆਰਟੀਕਲ ਨੰਬਰ ਆਰਟੀਕਲ ਨੰਬਰ 44 ਦੇ ਵਿੱਚ ਯੂਨੀਫਾਰਮ ਸਿਵਲ ਕੋਡ ਦਿੱਤਾ ਹੋਇਆ ਹੈ ਕਹਿੰਦਾ ਕੀ ਹੈ ਜੀ ਇਹ ਦੇਖੋ ਜੀ ਇੱਕ ਸੈੱਟ ਹੈ ਜੀ ਕਹਿੰਦਾ ਪਰਸਨਲ ਲਾਜ਼ ਦਾ ਇੱਕ ਸੈੱਟ ਹੈ ਜਿਹੜਾ ਸਾਰੇ ਨਾਗਰਿਕਾਂ ਤੇ ਲੱਗੂਗਾ ਤੁਹਾਡੀ ਜਿਹੜੀ ਵੀ ਰਿਲੀਜੀਅਨ ਕਾ ਜੈਂਡਰ ਸੈਕਸਚੁਅਲ ਓਰੀਐਂਟੇਸ਼ਨ ਹੋਵੇ ਉਹ ਦਾ ਕੋਈ ਮੈਟਰ ਨਹੀਂ ਕਰਦਾ ਇਹਨੂੰ ਪੜ ਲਿਓ ਇੱਕ ਵਾਰੀ ਵਸੇ ਮੈਂ ਕੱਲ ਵੀ ਸਮਝਾਇਆ ਹੋਇਆ ਅੱਗੇ ਆਜੋ ਜੀ ਤਾਂ ਕਿ एवरीवन ਇੰਡੀਆ ਹੈਜ਼ ਦਾ ਸੇਮ ਸਿਵਲ ਕੋਡ ਠੀਕ ਹੈ ਜੀ ਚਲੋ ਜੀ ਸੋ ਉੱਤਰਾਖੰਡ ਦਾ ਤੁਸੀਂ ਇੱਥੇ ਜ਼ਿਕਰ ਯਾਦ ਰੱਖੋਗੇ ਜੀ ਉੱਤਰਾਖੰਡ ਦੀ ਮੈਂ ਥੋੜੀਆਂ ਥੋੜੀਆਂ ਨਿਊਜ਼ ਤੁਹਾਨੂੰ ਰਿਵਾਈਜ਼ ਕਰਵਾਵਾਂ ਉੱਤਰਾਖੰਡ ਵਾਲਿਆਂ ਨੇ ਰੀਸੈਂਟਲੀ ਆਪਣੀ ਪੁਲਿਸ ਵਾਸਤੇ ਇੱਕ ਜਿਹੜਾ ਸੈਲਫ ਬੈਲੈਂਸਿੰਗ ਸਕੂਟਰ ਲਾਂਚ ਕੀਤਾ ਉੱਤਰਾਖੰਡ ਨੇ ਆਪਣੀ ਪਹਿਲੀ 에ਅ ਸਵਾਰੀ ਇੰਡੀਆ ਦੀ ਪਹਿਲੀ 에ਅ ਸਵਾਰੀ ਜਿਹੜੀ ਹੈ ਜਾਇਰੋਕਾਪਟਰ ਦੇ ਨਾਲ ਇੰਟਰੋਡਿਊਸ ਕੀਤੀ ਉੱਤਰਾਖੰਡ ਦੇ ਜਮੇ ਰੀਸੈਂਟਲੀ ਆਪਾਂ ਦੇਖਿਆ ਸੀਗਾ ਫਰਸਟ ਊਮਨ ਚੀਫ ਜਸਟਿਸ ਲੱਗੇ ਸੀ ਰਿਤੂ ਬਾਹਰੀ ਉੱਤਰਾਖੰਡ ਚੀਫ ਸਕੱਟਰੀ ਲੱਗੇ ਸੀ ਉਹ ਵੀ ਪਹਿਲੀ ਵੂਮਨ ਹੀ ਲੱਗੇ ਸੀ ਉਹਦਾ ਕੀ ਨਾਮ ਸੀਗਾ ਰਤਲ ਰਾਧਾ ਰਤੂਰੀ ਰਾਧਾ ਰਤੂਰੀ ਠੀਕ ਹੈ ਜੀ ਉੱਤਰਾਖੰਡ ਦਾ ਇੱਕ ਬੈਲ ਆ ਗਿਆ ਸੋ ਉੱਤਰਾਖੰਡ ਕਾਫੀ ਜ਼ਿਆਦਾ ਨਿਊਜ਼ ਵਿੱਚ ਹੈਗਾ ਡੰਨੇ ਮਾਮਲਾ ਚਲੋ ਜੀ ਅੱਗੇ ਵਧੋ ਜੀ ਜੈਰੋਕਟਰ ਸ਼ਾਬਾਸ਼ ਤੇ ਵਿੱਚ 100 ਬੱਚਾ ਲਾਈਵ ਹੈ ਤਾਂ ਮਤਲਬ ਕਿ ਤੁਸੀਂ ਲਾਈਕ ਕਰਨ ਦੇ ਵਿੱਚ ਤੁਹਾਡਾ ਜਾਂਦਾ ਕੀ ਆ ਸੈਸ਼ਨ ਨੂੰ ਲਾਈਕ ਕਰ ਦਿਓ 100 ਦੇ 100 ਲਾਈਕ ਹੋਣੇ ਚਾਹੀਦੇ 61 ਲਾ ਕੇ ਹੋਣੇ ਜੀ ਸਜੀ ਮਤਲਬ ਕੀ ਹੈ ਜੀ ਯੂਨੀਫਾਰਮ ਸਿਵਲ ਕੋ ਇਹਦੇ ਅਲੱਗ ਤੋਂ ਮੈਂ ਇੱਕ ਸੈਸ਼ਨ ਜਿਹੜਾ ਹੈ 10 ਮਿੰਟ ਸ਼ੋਅ ਦੇ ਵਿੱਚ ਕਰਵਾ ਦੂੰਗਾ ਵੈਸੇ ਡਿਟੇਲ ਦੇ ਵਿੱਚ ਕਰਵਾ ਦਊਗਾ ਵੈਸੇ ਤਾਂ ਆਹੀ ਹੈ ਜੋ ਦੱਸਿਆ ਹੋਇਆ ਇਹਦੇ ਵਿੱਚ ਵੀ ਜਿਹੜੇ ਵੀ ਆਪਣੇ ਲਾਅਸ ਨੇ ਨਾ ਮੈਰਿਜ ਵਾਲੇ ਇਨਹੈਰੀਟੈਂਸ ਵਾਲੇ ਉਹਨਾਂ ਦਾ ਆਪਾਂ ਅਲੱਗ-ਅਲੱਗ ਧਰਮਾਂ ਦੇ ਨਾਲ ਕਰਦੇ ਆਂ ਜਿਵੇਂ ਸ਼ਰੀਅਤ ਲਾਅ ਹੋਵੇ ਮੁਸਲਮਾਨ ਮੁਸਲਮਾਨ ਆਪਣੇ ਹਿਸਾਬ ਨਾਲ ਕਰਦੇ ਆਂ ਆਪਣੀ ਉਹਨਾਂ ਦੀ ਪ੍ਰਥਾਵਾਂ ਨੇ ਪ੍ਰਥਾਵਾਂ ਨੇ ਤੇ ਉਹਨਾਂ ਸਾਰਿਆਂ ਨੂੰ ਵਾਸਤੇ ਕਹਿੰਦੇ ਵੀ ਆਪਾਂ ਨੇ ਇੱਕ ਸਿਵਲ ਕੋਡ ਬਣਾਉਣਾ ਉਹ ਦੈਟ ਇਜ਼ ਯੂਨੀਫਾਰਮ ਸਿਵਲ ਕੋਡ 10 ਮਿੰਟ ਸ਼ੋਅ ਦੇ ਵਿੱਚ ਕਰਵਾਉਂਗਾ ਟੈਨਸ਼ਨ ਨਾ ਲਓ ਚਲੋ ਜੀ ਅੱਗੇ ਚਲੋ ਅੱਗੇ ਚਲਦੇ ਆਂ ਬੱਚੇ ਬੈਂਗਲੂਰੂ ਚਲਦੇ ਆਂ ਸਿੱਧਾ ਸੋ ਬੈਂਗਲੁਰੂ ਦੇ ਮੈਟਰੋ ਦੇ ਵਿੱਚ ਬੈਂਗਲੁਰੂ ਚ ਮੈਟਰੋ ਚੱਲਦੀ ਹੈ ਚੱਲਦੀ ਹੈ ਉਹਦੇ ਵਿੱਚ ਬੱਚਿਓ ਪਹਿਲੀ ਡਰਾਈਵਰਲੈਸ ਟ੍ਰੇਨ ਆਪਾਂ ਨੇ ਇੰਟਰੋਡਿਊਸ ਕੀਤੀ ਹੈ ਬੈਂਗਲੁਰੂ ਮੈਟਰੋ ਦੇ ਵਿੱਚ ਪਹਿਲੀ ਡਰਾਈਵਰਲੈਸ ਟ੍ਰੇਨ ਅਸੀਂ ਨੇ ਇੰਟਰੋਡਿਊਸ ਕੀਤੀ ਹੈ ਇੰਪੋਰਟ ਕੀਤੀ ਹੈ ਕਿੱਥੋਂ ਆਪਣੀ ਚਾਈਨਾ ਤੋਂ ਚਾਈਨਾ ਤੋਂ ਇੰਪੋਰਟ ਕੀਤੀ ਹੈ ਟ੍ਰੇਨ ਜਿਹੜੀ ਕਿ ਡਰਾਈਵਰਲੈਸ ਟ੍ਰੇਨ ਹੋਗੀ ਚਨਈ ਉਹ ਪਹੁੰਚ ਚੁੱਕੀ ਹੈ ਬੱਚਿਓ ਬੈਂਗਲੁਰੂ ਦੀ ਮੈਟਰੋ ਚੱਲੂਗੀ ਇਹ ਧੰਨ ਹੈ ਮਾਮਲਾ ਸੋ ਚਾਈਨਾ ਦਾ ਮੈਪ ਇੱਥੇ ਮੈਂ ਸ਼ੇਅਰ ਕਰ ਦਿੱਤਾ ਹੈ ਚਾਈਨਾ ਦਾ ਮੈਪ ਚਾਈਨਾ ਦੀ ਕੈਪੀਟਲ ਹੈਗੀ ਹੈ ਬੀਜੀਂਗ ਚਾਈਨਾ ਦੀ ਬੱਚੋ ਅ ਕਰੰਸੀ ਹੈਗੀ ਰਨ ਮਿੰਬੀ ਰਨ ਮਿੰਬੀ ਤੇ ਇੱਥੇ ਗੋਬੀ ਡੈਜ਼ਰਟ ਮੰਗੋਲੀਆ ਨਾਲ ਲੱਗਦਾ ਤਕਲਾ ਮੰਗਾਨ ਡੈਜ਼ਰਟ ਇਹ ਬੱਚੇ ਕੋਲਡ ਡੈਜ਼ਰਟ ਨੇ ਜਿਹੜੇ ਕਿ ਚਾਈਨਾ ਦੇ ਵਿੱਚ ਮਿਲਦੇ ਨੇ ਤੇ ਇਹਨਾਂ ਦੀ ਜਿਹੜੀ ਸਭ ਤੋਂ ਲੰਬੀ ਰੀਵਰ ਆ ਦੈਟ ਇਜ਼ ਯੰਗ ਤਜ਼ੇ ਰੀਵਰ ਯੰਗ ਤਜ਼ੇ ਰੀਵਰ ਸਭ ਤੋਂ ਵੱਡੀ ਰੀਵਰ ਆ ਬੱਚੇ ਚਾਈਨਾ ਦੀ ਉਹ ਆਪਣੇ ਓਵਰਆਲ ਏਸ਼ੀਆ ਦੀ ਵੀ ਸਭ ਤੋਂ ਵੱਡੀ ਹੋਈ ਹੈ ਠੀਕ ਹੈ ਜੀ ਸੋ ਇਹ ਜਿਹੜੀ ਟ੍ਰੇਨ ਆ ਜਿਹੜੀ ਆਪਾਂ ਨੇ ਇੰਪੋਰਟ ਕੀਤੀ ਕਿਹਨੇ ਬਣਾਈ ਆ ਚਾਈਨਾ ਦੀ ਨੈਂਜ਼ਿੰਗ ਪੁੰਜ਼ੇਨ ਕਾਰਪੋਰੇਸ਼ਨ ਨੇ ਬਣਾਈ ਹੈ ਜੀ ਇਹ ਯਾਦ ਰੱਖੋਗੇ ਠੀਕ ਹੈ ਜੀ ਕਦੇ ਕਿਸੇ ਨੇ ਪੁੱਛ ਲਿਆ ਵੀ ਮੈਟਰੋ ਜਿਹੜੀ ਆਪਣੇ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਈ ਹੈ ਪਹਿਲੀ ਮੈਟਰੋ ਡਰਾਈਵਰਲੈਸ ਟ੍ਰੇਨ ਹੈ ਕਿੱਥੇ ਹੋਈ ਹੈ ਚਨਈ ਦੇ ਵਿੱਚ ਬੰਗਲੋਰੂ ਦੇ ਵਿੱਚ ਜਿਹੜੀ ਹੈ ਬੰਗਲੋਰੂ ਮੈਟਰੋ ਦੇ ਬੰਗਲੋਰੂ ਮੈਟਰੋ ਚ ਚੱਲਣੀ ਹੈ ਪਹੁੰਚੀ ਚ ਨਹੀਂ ਹੈ ਉੱਥੋਂ ਬਾਅਦ ਇਹਨਾਂ ਨੇ ਇੱਥੇ ਲਿਆਉਣੀ ਹੈ ਠੀਕ ਹੈ ਜੀ ਸ਼ਾਬਾਸ਼ ਜੀ ਹਾਂ ਸ਼ਾਬਾਸ਼ ਚਲੋ ਜੀ ਅੱਗੇ ਵਧੀਏ ਹੁਣ ਆਪਾਂ ਲੋ ਜੀ ਅੱਗੇ ਆਪਣਾ న్యూਸ ਵਿੱਚ ਚੱਲੀਏ ਤਾਂ ਆਪਾਂ ਚੱਲ ਰਹੇ ਸਿੱਧਾ ਹੁਣ ਮੈਡਾਗਾਸਕਰ ਮੈਡਾਗਾਸਕਰ ਦੀ ਜੇ ਮੈਂ ਲੋਕੇਸ਼ਨ ਦਿਖਾਵਾਂ ਪਹਿਲਾਂ ਤਾਂ ਮੈਡਾਗਾਸਕਰ ਦੀ ਪਹਿਲਾਂ ਤਾਂ ਆਪਾਂ ਲੋਕੇਸ਼ਨ ਹੀ ਦੇਖਾਂਗੇ ਬੱਚੇ افریقا ਦੇ ਜਮੀ ਨਾਲ ਪੈਂਦਾ ਇਹ افریقا ਦੇ ਬਿਲਕੁਲ ਖੱਬੇ ਪਾਸੇ ਇਹ ਪੈਂਦਾ ਹੈ ਮੈਡਾਗਾਸਕਰ ਤੇ ਮੈਡਾਗਾਸਕਰ ਦੀ ਕੈਪੀਟਲ ਹੈਗੀ ਅੰਤਾਨਾਨਾਵੀਰੋ 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 ਦੀ ਕੈਪੀਟਲ ਹੈ ਤੇ ਮੈਡਾਗਾਸਕਰ ਦਾ ਆਪਾਂ ਜ਼ਿਕਰ ਪਹਿਲਾਂ ਕੀਤਾ ਸੀ 2024 ਦਾ ਪਹਿਲਾ ਟ੍ਰੋਪੀਕਲ ਸਾਈਕਲੋਨ ਚੱਕਰਵਾਤ ਇੱਥੇ ਆਇਆ ਸੀ ਜਦਾ ਨਾਮ ਹੈ ਅਲਵਾਰੋ ਅਲਵਾਰੋ ਆ ਜਿਹੜਾ ਆ ਤੁਸੀਂ ਅਫਰੀਕਾ ਦੇ ਮੈਡਗਾਸਕਰ ਦੇ ਵਿੱਚ ਦੇਖ ਰਹੇ ਹੋ ਇਹਨੂੰ ਕਹਿੰਦੇ ਆਪਾਂ ਮੋਜ਼ੰਬਿਕ ਚੈਨਲ ਮੈਡਗਾਸਕਰ ਚੈਨਲ ਠੀਕ ਹੈ ਜੀ ਯਾਦ ਰੱਖ ਲਈਏ ਲੋਕੇਸ਼ਨ ਲੋ ਜੀ ਹੁਣ ਦੇਖੀਏ ਹੈਗਾ ਕੀ ਹੈ এনवायरमेंट ਨਾਲ ਰਿਲੇਟਡ ਨਿਊਜ਼ ਹੈ 600 ਸਾਲ ਬਾਅਦ ਮੈਡਗਾਸਕਰ ਚ ਜਿਹੜੇ ਕਛੂ ਕੁੰਮੇ ਸੀ ਨਾ ਇਹ ਬੱਚੇ 600 ਸਾਲ ਪਹਿਲਾਂ ਹੀ ਖਤਮ ਹੋ ਗਏ ਸੀਗੇ ਤੋਂ ਇਹਨਾਂ ਨੂੰ ਦੁਬਾਰਾ ਰੀ ਇਨਟਰੋਡਿਊਸ ਕੀਤਾ ਗਿਆ ਬੱਚਿਓ ਤੇ ਨਾਮ ਇਹਦਾ ਅਲ ਆਲਡਾਬਰਾ ਜਾਇੰਟ ਟੋਟ ਟਰੋਇਸ ਦੂਜਾ ਸਭ ਤੋਂ ਵੱਡੀ ਸਪੀਸ ਹੈ ਇਹ ਕਛੂ ਕੁੰਮਿਆਂ ਦੀ ਠੀਕ ਹੈ ਜੀ ਕਛੂ ਕੁੰਮਾ ਸੋ ਕੀ ਨਾਮ ਹੈ ਦਾ ਅਲਡਾਬਰਾ ਜਾਇੰਟ ਟਾਟਵਾਈਸ ਇਹਨੂੰ ਬੱਚਿਓ ਮੈਡਾਗਾਸਕਰ ਦੇ ਵਿੱਚ ਰਿਟਰਨ ਹੋ ਗਈ ਹੈ ਇਹਦੀ 600 ਸਾਲਾਂ ਤੋਂ ਬਾਅਦ ਹੈ ਨਾ ਜੀ 1640 ਤੋਂ ਇਹਨੂੰ ਇੰਪੋਰਟ ਕੀਤਾ ਗਿਆ ਸੀ 2018 ਤੋਂ ਹੁਣ ਤਾਂ ਆਪਣੀ ਇਹਨਾਂ ਦੀ ਪੂਰੀ ਕਲੋਨੀ ਜਿਹੜੀ ਹੈ ਵਸਾ ਲਈ ਹੈ 350 ਕਿਲੋ ਭਾਰ ਹੁੰਦਾ ਇਹਦਾ ਠੀਕ ਹੈ ਜੀ 600 ਸਾਲਾਂ ਬਾਅਦ ਇਹਨੂੰ ਇੰਟਰੋਡਿਊਸ ਕੀਤਾ ਗਿਆ ਬੱਚਿਓ ਯਾਦ ਰੱਖੋਗੇ 100 ਸਾਲ ਤੋਂ ਵੱਧ ਇਹਦੀ ਉਮਰ ਹੁੰਦੀ ਹੈ ਇਸ ਪੁਆਇੰਟ ਨੂੰ ਵੀ ਤੁਸ ਯਾਦ ਰੱਖਣਾ ਹੈ ਜੇ ਗੱਲ ਕੀਤੀਵੇ ਦੂਜਾ ਸਭ ਤੋਂ ਵੱਡਾ ਹੈ ਤਾਂ ਪਹਿਲਾ ਸਭ ਤੋਂ ਵੱਡਾ ਕਿਹੜਾ ਹੈ ਗੈਲਾਪੈਗੋਸ ਜਾਇੰਟ ਟਾਟਵਾਈਸ ਗੈਲਾ ਮੈਨੂੰ ਦੱਸਿਓ ਜੀ ਗੈਲਾਪਾਗੋਸ ਆਈਲੈਂਡ ਕਿਹੜੀ ਕੰਟਰੀ ਦਾ ਕਿਉਂਕਿ ਮੈਂ ਕਰਵਾਇਆ ਹੋਇਆ ਫਿਰ ਚੱਲਦੇ ਆਂ ਅੱਗੇ ਦੱਸੋ ਜੀ ਅੱਗੇ ਚੱਲੋ ਤੁਸੀਂ ਮੈਨੂੰ ਦੱਸਿਓ ਗੈਲਾਪਾਗੋਸ ਆਈਲੈਂਡ ਕਿਹੜੀ ਕੰਟਰੀ ਦਾ ਹੈ ਅੱਗੇ ਚੱਲਦੇ ਆਂ ਬੱਚੇ ਸਿੱਧੀ ਆ ਰਹੀ ਆ ਆਸਟ੍ਰੇਲੀਆ ਤੋਂ ਨਿਊਜ਼ ਸੋ ਆਸਟ੍ਰੇਲੀਆ ਦੇ ਨਵੇਂ ਰੇਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਜਿਵੇਂ ਆਪਣੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੁੰਦੀ ਆ ਨਾ ਓਵੇਂ ਆਸਟ੍ਰੇਲੀਆ ਦੀ ਹਿਊਮਨ ਰਾਈਟ ਕਮਿਸ਼ਨ ਓਵੇਂ ਹੀ ਆਸਟ੍ਰੇਲੀਆ ਦੀ ਹਿਊਮਨ ਰਾਈਟ ਕਮਿਸ਼ਨ ਹਾਂ ਉਸ ਦੀ ਆਸਟ੍ਰੇਲੀਆ ਦੀ ਹਿਊਮਨ ਰਾਈਟ ਕਮਿਸ਼ਨ ਦੇ ਨਵੇਂ ਰੇਸ ਡਿਸਕ੍ਰਿਮੀਨੇਸ਼ਨਰੀ ਆਫੀਸਰ ਲੱਗੇ ਨੇ ਇੱਕ ਇੰਡੀਅਨ ਨੇ ਨਾਮ ਹੈ ਜੀ ਗੀਰੀਧਰਨ ਸਿਵਾਰਮਨ ਸੋ ਗੀਰੀਧਰਨ ਸਿਵਾਰਮਨ ਆਸਟ੍ਰੇਲੀਆ ਦੇ ਨਵੇਂ ਰੇਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਲੱਗੇ ਨੇ ਯਾਦ ਰੱਖੋਗੇ ਅਪੁਆਇੰਟਮੈਂਟ ਆ ਬਹੁਤ ਹੋਈ ਨੇ ਐਤ ਕੀ ਨਾ ਜੀ ਸੋ ਗੀਰੀਧਰਨ ਸਿਵਾਰਮਨ ਯਾਦ ਰੱਖੋਗੇ ਆਸਟ੍ਰੇਲੀਆ ਦੇ ਹਿਊਮਨ ਰਾਈਟ ਕਮਿਸ਼ਨ ਦੇ ਅੰਡਰ ਇਹ ਬਣਾਇਆ ਜਾਂਦਾ ਜੀ रेस डिस्क्रिमिनेशन ऑफर ਤੇ ਪਹਿਲੀ ਵਾਰੀ ਜਿਹੜਾ ਹੈ ਕਿਸੇ ਇੰਡੀਅਨ ਨੂੰ ਬਣਾਇਆ ਗਿਆ ਜੀ ਗਿਰੀਧਰਨ ਸ਼ਿਵਾਰਮਨ ਜ ਨੂੰ 5 ਸਾਲਾਂ ਵਾਸਤੇ ਇਹ ਜਿਹੜੀ ਹੈ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਕੀਤੀ ਜਾਣੀ ਹੈ ਉਸ ਤੋਂ ਇਲਾਵਾ ਆਸਟ੍ਰੇਲੀਆ 'ਚ ਪਹਿਲਾ ਆਸਟ੍ਰੇਲੀਆ ਦਾ ਬੱਚੇ ਇੱਕ ਮੁੰਡਾ ਆਸਟ੍ਰੇਲੀਅਨ ਇੰਡੀਅਨ ਸੀ ਵਸੇ ਇੰਡੀਅਨ origin ਹੈ ਆਸਟ੍ਰੇਲੀਅਨ ਸੈਨੇਟਰ ਤੇ ਜਿਹਨੂੰ ਬੱਚਿਓ ਦੇਖਿਆ ਗਿਆ ਜੀ ਵਰੁਣ ਘੋਸ਼ ਵਰੁਣ ਘੋਸ਼ ਦਾ ਨਾਮ ਹੈ ਆਸਟ੍ਰੇਲੀਆ ਦੀ ਸੈਨੇਟ ਦੇ ਵਿੱਚ ਯਾਨੀ ਕਿ ਐਮਪੀ ਬਣ ਗਿਆ ਤੇ ਬੱਚਿਓ ਪਹਿਲਾ ਇੰਡੀਅਨ origin ਆਸਟ੍ਰੇਲੀਅਨ ਸੈਨੇਟਰ ਸੀ ਜਿਨੇ ਸੌਂ ਚੁੱਕੀ ਸੀ ਭਗਵਤ ਗੀਤਾ ਦੀ ਇਨੂੰ ਵੀ ਯਾਦ ਰੱਖਣਾ ਨਾਮ ਕੀ ਨਾਮ ਇਹਨਾਂ ਦਾ ਵਰੁਣ ਘੋਸ਼ ਵੀ ਆਸਟ੍ਰੇਲੀਆ ਦੀ ਸੈਨੇਟ ਦੇ ਵਿੱਚ ਪਹਿਲਾ ਇੰਡੀਅਨ ਜਿਨੇ ਭਗਵਤ ਗੀਤਾ ਦੀ ਸੌਂ ਚੁੱਕੀ ਆ ਤਾਂ ਉਹ ਕੌਣ ਹੈ ਵਰੁਣ ਘੋਸ਼ ਆ ਉੱਥੇ ਇਹ ਸਿਲੈਕਟ ਕੀਤਾ ਗਿਆ ਸੀਗਾ ਉਸ ਤੋਂ ਇਲਾਵਾ ਆਪਾਂ ਨੇ ਦੇਖਿਆ ਸੀ ਰਿਸ਼ੀ ਸੂਨਕ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਸੀ ਇੰਗਲੈਂਡ ਦਾ ਉਹਨੇ ਵੀ ਭਗਵਤ ਗੀਤਾ ਦੀ ਹੀ ਸੌਂ ਚੱਕੀ ਸੀ ਠੀਕ ਹੈ ਜੀ ਸੋ ਦੋ ਨਾਮ ਯਾਦ ਰੱਖਣ ਆਸਟ੍ਰੇਲੀਆ ਦੇ ਵਰੁਣ ਘੋਸ਼ ਤੇ ਦੂਜਾ ਹੈਗਾ ਗਿਰੀ ਥਰਨ ਸਿਵਾਰਾਮ ਜਿਹੜਾ ਕਿ ਰੇਸ ਕਮਿਸ਼ਨਰ ਆਫੀਸਰ ਬਣ ਗਿਆ ਠੀਕ ਹੈ ਜੀ ਸ਼ਾਬਾਸ਼ ਇੰਡੀਆਸ ਰੂਲ ਕਰ ਰਹੇ ਚ ਕੋਈ ਦੋ ਬਿਲਕੁਲ ਜੀ ਆਸਟ੍ਰੇਲੀਆ ਉਹਨਾਂ ਦੇ ਉਤਪਾਦਨ 'ਚ ਪਹਿਲੇ ਨੰਬਰ ਤੇ ਜਿਆਦਾ ਭੇਡਾਂ ਵਾਲਣੇ ਨੇ ਠੀਕ ਹੈ ਜੀ ਚਲੋ ਜੀ ਅੱਗੇ ਚੱਲਦੇ ਆਂ ਨੈਕਸਟ ਆਪਾਂ ਨਿਊਜ਼ ਦੇ ਵਿੱਚ ਅੱਜ ਦੀ ਜਿਹੜੀ ਥ੍ਰੈਟਿਕਲ ਲਾਸਟ ਨਿਊਜ਼ ਹੋਊਗੀ ਇਸ ਤੋਂ ਬਾਅਦ ਆਪਾਂ ਐਮਸੀਕਿਊਜ਼ ਕਰਨੇ ਨੇ ਇੱਥੇ ਜ਼ਿਕਰ ਹੋ ਰਿਹਾ ਬੱਚੇ ਈਰਾਨ ਦਾ ਸੋ ਆਪਾਂ ਦੇਖਿਆ ਸੀਗਾ ਰੀਸੈਂਟ ਟਾਈਮ ਦੇ ਵਿੱਚ ਇੱਕ ਤਾਂ ਸ਼੍ਰੀਲੰਕਾ ਇੱਕ ਸੀਗਾ ਥਾਈਲੈਂਡ ਇਹਨਾਂ ਨੇ ਬੱਚੇ ਕੀ ਕੀਤਾ ਸੀਗਾ ਆਪਣੇ ਵਾਸਤੇ ਇਹਨਾਂ ਨੇ ਵੀਜ਼ਾ ਫ੍ਰੀ ਵੀਜ਼ਾ ਫ੍ਰੀ ਟਰੈਵਲ ਜਿਹੜਾ ਹੈ ਆਪਣੇ ਲਈ ਇੰਡੀਅਨਸ ਵਾਸਤੇ ਇੰਟਰੋਡਿਊਸ ਕੀਤਾ ਸੀਗਾ ਤੇ ਹੁਣ ਆ ਗਿਆ ਈਰਾਨ ਸੋ ਈਰਾਨ ਦੀ ਕੈਪੀਟਲ ਹੈ ਤਹਿਰਾਨ ਤੋਂ ਈਰਾਨੀ ਰਿਆਲ ਇਹਦੀ ਕੈਪੀਟਲ ਹੈ ਉਹ ਸੌਰੀ ਕਰੰਸੀ ਹੈ ਤੋਂ ਇਹਨਾਂ ਨੇ ਬੱਚੇ ਈਰਾਨ ਨੇ ਵੀਜ਼ਾ ਰਿਕੁਆਇਰਮੈਂਟ ਨੂੰ ਅਬੋਲਿਸ਼ ਕਰਤਾ ਇੰਡੀਅਨ ਟੂਰਿਜ਼ਮ ਵਾਸਤੇ ਇੰਡੀਅਨ ਟੂਰਿਸਟ ਜੇ ਤੁਹਾਨੂੰ ਹੁਣ ਆਪਾਂ ਜਾਣਾ ਚਾਹੁੰਦੇ ਹੋ ਤੁਸੀਂ ਤਾਂ ਆਪਾਂ ਵਿਦਆਊਟ ਵੀਜ਼ਾ ਜਾ ਸਕਦੇ ਆ ਈਰਾਨ 6 ਮਹੀਨਿਆਂ ਚ ਇੱਕ ਐਂਟਰੀ ਮਾਰ ਸਕਦੇ ਆ 15 ਦਿਨਾਂ ਦੀ ਮੈਕਸਿਮਮ ਸਟੇ ਰੱਖ ਸਕਦੇ ਆ ਪਰ ਪਰਪਸ ਤੁਹਾਡਾ ਟੂਰਿਜ਼ਮ ਹੋਣਾ ਚਾਹੀਦਾ ਸੋ ਈਰਾਨ ਜਾਣਾ ਹੈ ਤੇ ਜੇ ਤੁਸੀਂ ਨੇ ਜੇ ਈਰਾਨ ਜਾਣਾ ਹੈ ਪਰਸ਼ੀਆ ਜਾਣਾ ਹੈ ਤਾਂ ਫਿਰ ਤੁਹਾਨੂੰ ਬੱਚੇ ਹੁਣ ਕੋਈ ਵੀ ਲੋਡ ਨਹੀਂ ਹੈਗੀ ਵੀਜ਼ਾ ਦੀ ਸੋ ਈਰਾਨ ਵਾਲਿਆਂ ਨੇ ਬੱਚੇ ਵੀਜ਼ਾ ਫ੍ਰੀ ਰਿਕੁਆਇਰਮੈਂਟ ਆਪਣੇ ਵਾਸਤੇ ਖਤਮ ਕਰਤੀ ਹੈ ਜੀ 메ਨ ਮਕਸਦ ਸਿਰਫ ਟੂਰਿਜ਼ਮ ਪਰਪਸ ਹੀ ਹੈ ਟੂਰਿਜ਼ਮ ਪਰਪਸ ਵਾਸਤੇ ਹੈ ਜੀ ਮੈਕਸਿਮਮ ਸਟੇ 15 ਦਿਨਾਂ ਦੀ ਹੋ ਸਕਦੀ ਹੈ 메ਨ ਏਮ ਕੀ ਹੈ ਟੂਰਿਜ਼ਮ ਤੇ ਗਲੋਬਲ ਇੰਗੇਜਮੈਂਟ ਵਧਾਉਣਾ ਈਰਾਨ ਦੇ ਵਿੱਚ ਠੀਕ ਹੈ ਜੀ ਸੋ ਇਹ ਗੱਲ ਯਾਦ ਰੱਖਣੀ ਹੈ ਤੇ ਇਹ ਜਿਹੜੀ ਵੀਜ਼ਾ ਵੇਵਰ ਦੀ ਜਿਹੜੀ ਤੁਸੀਂ ਕਹੋ ਦਿੱਤੀ ਗਈ ਹੈ ਰੀਸੈਂਟਲੀ ਆਪਾਂ ਨੂੰ ਫੈਸਿਲਿਟੀ ਇਹ ਸਿਰਫ ਜੇ ਤੁਸੀਂ 에어 ਬਾਰਡਰ ਤੋਂ ਜਾਓਗੇ ਯਾਨੀ ਕਿ ਜੇ ਤੁਸੀਂ ਹਵਾਈ ਜਹਾਜ਼ ਤੋਂ ਜਾਓਗੇ ਤਾਂ ਹੀ ਹੈ ਜੇ ਤੁਸੀਂ ਇੰਡੀਆ afghanistan pakistan ਆਲੇ ਪਾਸੇ ਦੀ ਲੈਂਡ ਬਾਰਡਰ ਤੇ ਜਾਉਂਗੇ ਤਾਂ ਵੀਜ਼ਾ ਤੁਹਾਨੂੰ ਚਾਹੀਦਾ ਹੋਊਗਾ ਸੋ ਇਹ ਨਿਊਜ਼ ਨੂੰ ਤੁਸੀਂ ਯਾਦ ਰੱਖੋਗੇ ਬੱਚਿਓ ਸੋ ਇਹ ਵੀ ਡਨ ਹੋ ਗਈ ਨਿਊਜ਼ ਸੋ ਆਪਣੀਆਂ 15 ਆਪਣੀਆਂ ਥਿਉਰੈਟিক্যাল ਕਰੰਟ ਅਫੇਅਰ ਨਿਊਜ਼ ਸੀਆਂ ਸਾਰੀਆਂ ਹੀ ਕੰਪਲੀਟ ਹੋ ਜਾਂਦੀਆਂ ਨੇ ਸੋ ਹੁਣ ਟਾਈਮ ਆ ਬੱਚਿਓ ਸੈਕੰਡ ਪਾਰਟ ਦਾ ਜਿਹਦੇ ਵਿੱਚ ਆਪਾਂ ਕਰਾਂਗੇ ਰੈਪਿਡ ਫਾਇਰ MCQ ਸੈਸ਼ਨ ਰੈਪਿਡ ਫਾਇਰ MCQ ਸੈਸ਼ਨ ਲੋ ਜੀ ਆਜੋ ਬੱਚਿਓ ਲੋ ਜੀ ਬੱਚਿਓ ਸੋ ਪਹਿਲਾ MCQ ਤੁਹਾਡੀ ਸਕਰੀਨ ਉੱਤੇ ਆ ਗਿਆ ਜੀ ਕੀ ਪੁੱਛ ਰਿਹਾ क्या छे फरवरी में मनाया गया इंटरनेशनल डे ऑफ जीरो टॉलरेंस फॉर फीमेल जेनिटल म्यूटीलेशन थीम की सीगा? थीम की सी बच्चे दसो जी एम सीखी बिल्कुल जी शाबाश येगा बच्चे हर वॉयस हर फ्यूचर हर वॉयस हर फ्यूचर इज द थीम ऑफ इंटरनेशनल डे ऑफ जीरो टॉलरेंस फॉर फीमेल जेनिटल म्यूटीलेन अगला सवाल लो जी ਕਹਿੰਦਾ ਹੁਣੇ-ਹੁਣੇ ਕਿਨੇ ਸੌ ਚੁੱਕੀ ਆ ਤੇ ਕੌਣ ਬਣੂਗਾ ਆਰਮੀ ਦਾ ਵਾਈਸ ਚੀਫ ਆਰਮੀ ਦਾ ਵਾਈਸ ਚੀਫ ਕਿਨੇ ਬਣਨਾ ਬੱਚਿਓ ਰੀਸੈਂਟ ਟਾਈਮ ਦੇ ਵਿੱਚ ਕਰਵਾਇਆ ਸੀ ਤੁਹਾਨੂੰ ਕੱਲ੍ਹ ਹੀ ਕਰਵਾਇਆ ਸੀ ਨਾਮ ਕੀ ਉਹਨਾਂ ਦਾ ਤੇ ਬੱਚੇ ਕੁਛ ਐਹ ਜਿਹੀ ਕਰੰਟ ਅਫੇਅਰ ਹੁੰਦੇ ਨੇ ਜਿਹੜੇ ਆਪਾਂ ਸਿਰਫ ਐਮਸੀਕਿਊ ਰਾਹੀਂ ਕਰਦੇ ਆ ਤੇ ਉੱਥੇ ਤੁਸੀਂ ਲਾਉਣੇ ਨੇ ਤੁੱਕੇ ਪਰ ਲਾਉਣੇ ਜ਼ਰੂਰ ਨੇ ਅਟੈਂਪਟ ਜ਼ਰੂਰ ਕਰਨਾ ਹੈ ਵੈਰੀ ਗੁੱਡ ਸੋ ਇਹਦਾ ਆਨਸਰ ਕੀ ਹੈ ਬੱਚੇ ਡੀ lettes see ਲੋ ਜੀ ਡੀ ਨਹੀਂ ਹੈਗਾ ਦਾ ਆਨਸਰ ਬੱਚੇ ਇਹਦਾ ਆਨਸਰ ਹੈਗਾ ਲਿਊਟਨੈਂਟ ਜਨਰਲ ਉਪੇਂਦਰ ਦਿਵੇਦੀ ਇਹ ਬਣਨਗੇ ਸਾਡੇ ਬੱਚਿਓ ਹੁਣ ਨ ਆਪਣੇ ਵਾਈਸ ਚੀਫ ਤੇ ਉਸ ਤੋਂ ਬਾਅਦ ਚੀਫ ਵੀ ਇਹਨਾਂ ਨੇ ਬਣਨਾ ਹੈ ਅਗਲਾ ਸਵਾਲ ਲੋ ਜੀ ਹੁਣ ਆ ਦੇਖੋ ਆ ਇੱਕ ਇਹ ਜੀ ਕਰੰਟ ਅਫੇਅਰ ਦੀ ਨਿਊਜ਼ ਹੈ ਜਿਹੜੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਇਸੀ ਪਰਪਰਪਨ ਕਵਰ ਜ਼ਰੂਰ ਕਰਨਾ ਹੈ ਅন্ডਰਵਾਟਰ ਕੈਨੀਅਨ ਫਾਈਂਡ ਆਊਟ ਕੀਤਾ ਗਿਆ ਬੱਚੇ ਜਿਹਦਾ ਨਾਮ ਹੈ ਇਰਾਟੋਥਿਨਸ ਇਹ ਕਿੱਥੇ ਡਿਸਕਵਰ ਕੀਤਾ ਗਿਆ ਗ੍ਰੀਸ ਦੀ ਕੋਸਟ ਤੇ ਸਾਈਪ੍ਰਸ ਦੀ ਕੋਸਟ ਤੇ ਇਟਲੀ ਦੀ ਕੋਸਟ ਜਾਂ ਫਿਰ ਤੁਰਕੀ ਦੀ ਕੋਸਟ ਤੇ ਦੱਸੋ ਬਈ ਹੁਣ ਇਹ ਗ੍ਰੈਂਡ ਕੈਨੀਅਨ ਹੁੰਦੇ ਕਿਨੇ ਆ ਅন্ডਰਵਾਟਰ ਕੈਨੀਅਨ ਹੁੰਦੇ ਕਿਨੇ ਮੈਂ ਸਮਝਾ ਦੂੰਗਾ ਟੈਨਸ਼ਨ ਨਾ ਲਾਜੋ ਹੁਣੇ ਸਮਝਾ ਦੂੰਗਾ ਇਹਦੇ ਵਿੱਚ ਹੀ ਵੈਰੀ ਗੁੱਡ ਜੀ ਪਹਿਲੀ ਗੱਲ ਤਾਂ ਇਹ ਸਾਈਪ੍ਰਸ ਦੀ ਕੋਸਟ ਤੇ ਮਿਲਿਆ ਸਾਈਪ੍ਰਸ ਕੰਟਰੀ ਕਿੱਥੇ ਹੈ ਉਹ ਵੀ ਮੈਂ ਹੀ ਕਰਾ ਦੂੰਗਾ ਸੋ ਸਾਈਪ੍ਰਸ ਕੰਟਰੀ ਬੱਚਿਓ ਮੈਡੀਟੇਰੇਨੀਅਨ ਓਸ਼ਨ ਚ ਹੈ ਭੂਮਦ ਸਾਗਰ ਚ ਹੈ ਇਜ਼ਰਾਈਲ ਦੇ ਨੇੜੇ ਪੈਂਦੀ ਹੈ ਤੇ ਗ੍ਰੀਸ ਦੇ ਥੱਲੇ ਦੇ ਪਾਸੇ ਇਰਾਈਸ ਦੇ ਅ ਇਜ਼ਰਾਈਲ ਦੇ ਖੱਬੇ ਪਾਸੇ ਤੇ ਆਪਣੇ ਗ੍ਰੀਸ ਦੇ ਸੱਜੇ ਅ ਨੀਚੇ ਵਾਲੇ ਪਾਸੇ ਸਾਊਥ ਵਾਲੇ ਪਾਸੇ ਸਾਈਪ੍ਰਸ ਇਹ ਪੈਂਦਾ ਵਿੱਚ ਸੋ ਸਾਈਪ੍ਰਸ ਦੀ ਇਧਰਲੇ ਪਾਸੇ ਬੱਚਿਓ ਇਹ ਗ੍ਰੈਂਡ ਕੈਨੀਅਨ ਜਿਹੜਾ ਤੁਸੀਂ ਗ੍ਰੈਂਡ ਕੈਨੀਅਨ ਸਵਰਗ ਕਹਿੰਦਾ ਜੀ ਅੰਡਰਵਾਟਰ ਕੈਨੀਅਨ ਫਾਈਂਡ ਆਊਟ ਕੀਤਾ ਗਿਆ ਬੱਚਿਓ ਯਾਦ ਰੱਖਣੇ ਤੁਸੀਂ ਆਹ ਦੇਖੋ ਬੱਚੇ ਦੀ ਸਾਈਪ੍ਰਸ ਦੀ ਲੋਕੇਸ਼ਨ ਜੀ ਨਿਕੋਸ਼ੀਆ ਇਹਦੀ ਕੈਪੀਟਲ ਹੈ ਜੀ ਨਿਕੋਸ਼ੀਆ ਦੀ ਕੈਪੀਟਲ ਹੈ ਇਧਰਲੇ ਪਾਸੇ ਲੈਬਨਾਨ ਹੈ ਇਧਰਲੇ ਪਾਸੇ ਜਿਹੜਾ ਹੈ ਜਿਹੜਾ ਹੈ ਉੱਪਰਲੇ ਪਾਸੇ ਟਰਕੀ ਪੈਂਦਾ ਠੀਕ ਹੈ ਜੀ ਡਨ ਹੈ ਮਾਮਲਾ ਤੇ ਉਸ ਤੋਂ ਇਲਾਵਾ ਬੱਚੇ ਹੁਣ ਗ੍ਰੈਂਡ ਕੈਨੀਅਨਸ ਹੁੰਦੇ ਕਿਨੇ ਇਹ ਜਿਹੜੇ ਅੰਡਰਵਾਟਰ ਕੈਨੀਅਨ ਕੀ ਹੁੰਦੇ ਨੇ ਆਹ ਤਾਂ ਹੈਗਾ ਬੱਚੇ ਤੁਹਾਡਾ ਗ੍ਰੈਂਡ ਕੈਨੀਅਨ ਗ੍ਰੈਂ ਇੱਕ ਤਰੀਕੇ ਦੇ ਵਿੱਚ ਖਾਈ ਹੁੰਦੀ ਹੈ ਇਹ ਇੱਕ ਤਰੀਕੇ ਦੀ ਖਾਈ ਹੈ ਇਹ ਇਹ ਤਾਂ ਕੈਨੀਅਨ ਹੋ ਗਿਆ ਜੇ ਇਹਹੀ ਕੈਨੀਅਨ ਪਾਣੀ ਦੇ ਥੱਲੇ ਹੋਵੇ ਇਹਦੇ ਵਿੱਚ ਪਾਣੀ ਭਰ ਦੋ ਤਾਂ ਫਿਰ ਸਬਮਰੀਨ ਕੈਨੀਅਨ ਹੋ ਗਿਆ ਯਾਨੀ ਕਿ ਇਹ ਕੀ ਹੋ ਗਿਆ ਜੀ ਸਬਮਰੀਨ ਕੈਨੀਅਨ ਤੁਸੀਂ ਅন্ডਰਵਾਟਰ ਕੈਨੀਅਨ ਕਹਿ ਸਕਦੇ ਹੋ ਇਹ ਕੰਟੀਨੈਂਟਲ ਸ਼ੈਲਫ ਹੁੰਦੀ ਹੈ ਕੰਟੀਨੈਂਟ ਸਲੋਪ ਹੁੰਦੀ ਹੈ ਬੱਚੇ ਹੁਣ ਟੈਕਨੀਕਲ ਸਬਜੈਕਟ ਜੀਓਗ੍ਰਾਫੀ ਦਾ ਆ ਗਿਆ ਮਾਇਟ ਵੀ ਤੁਹਾਨੂੰ ਕਈ ਬੱਚਿਆਂ ਨੂੰ ਜੀਓਗ੍ਰਾਫੀ ਨਹੀਂ ਕੀਤੀ ਹੋਣੀ ਤਾਂ ਨਹੀਂ ਸਮਝੋਗੀ ਪਰ ਜਿਹੜੇ ਆਪਣੇ ਪੁਰਾਣੇ ਬੱਚੇ ਨੇ ਜਿਨ੍ਹਾਂ ਨੇ ਮੇਰੇ ਕੋਲ ਜੀਓਗ੍ਰਾਫੀ ਕੀਤੀ ਹੋਈ ਹੈ ਤਾਂ ਉਹਨਾਂ ਨੂੰ ਇਹ ਪਤਾ ਹੋਊਗਾ ਵੀ ਕੀ ਚੀਜ਼ ਹੈ ਸੋ ਸਬਮਰੀਨ ਕੈਨੀਅਨ ਕੀ ਹੁੰਦਾ ਹੈ ਬੱਚਿਓ ਪਾਣੀ ਦੇ ਅੰਦਰ ਖਾਈ ਹੁੰਦੀ ਹੈ ਇੱਕ ਤਰੀਕੇ ਦੀ ਸਬਮਰੀਨ ਕੈਨੀਅਨ ਇਹਨੂੰ ਫਾਈਂਡ ਆਊਟ ਕੀਤਾ ਗਿਆ ਜੀ ਆਪਣੇ ਏਜਿਪਟ ਦੇ ਵਿੱਚ ਅਗਲਾ ਸਵਾਲ ਇਹ ਬੱਚੇ ਦੇਖੋ ਛੜੀ ਜੀ ਨਿਊਜ਼ ਹੈ ਪਰ ਆਪਾਂ ਨੇ ਕਰਨੀ ਜ਼ਰੂਰ ਹੈ ਕਿਹੜਾ ਬੱਸ ਸਟੈਂਡ ਹੈ ਉੜੀਸਾ ਦਾ ਜਿਹਨੂੰ ਰੀਨੇਮ ਕੀਤਾ ਗਿਆ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਨਾਮ ਉੱਤੇ ਲਾ ਦਿਓ ਆਨਸਰ ਲਾ ਦਿਓ ਤੁੱਕਾ ਕੋਈ ਟੈਨਸ਼ਨ ਨਹੀਂ ਡਬਲਯੂ ਐਚ ਤੇ ਸਟੈਫਨੀ ਮੈਕਮੋਹਨ ਸੋਨਿਆ ਸਰ ਜੀ ਤੁਸੀਂ ਗ੍ਰੈਂਡ ਕੈਨ ਕਟਕ ਨਹੀਂ ਹੈਗਾ ਬੱਚੇ ਦਾ ਆਨਸਰ 12 ਮੁੰਡਾ ਜਿਹੜਾ ਹੈ ਇੰਟਰਸਟੇਟ ਬੱਸ ਟਰਮੀਨਲ 12 ਮੁੰਡਾ ਇੰਟਰਸਟੇਟ ਬੱਸ ਟਰਮੀਨਲ ਨੂੰ ਨਾਮ ਦਿੱਤਾ ਗਿਆ ਜੀ ਬੀ ਆਰ ਅਮੇਤਕਰ ਜੀ ਦੇ ਨਾਮ ਉੱਤੇ ਤੇ 12 ਮੁੰਡਾ ਤੋਂ ਮੈਨੂੰ ਇੱਕ ਯਾਦ ਆ ਰਿਹਾ ਬੱਚੇ ਇੱਕ ਸ਼ਿਪ ਵੀ ਸੀਗੀ 12 ਮੁੰਡਾ ਇੰਡੀਆ ਦੀ ਪਹਿਲੀ ਸੋਲਰ ਇਲੈਕਟ੍ਰਿਕ ਬੋਟ ਕੇਰਲਾ ਦੇ ਵਿੱਚ ਲਾਂਚ ਕੀਤੀ ਸੀ ਨਾਮ ਉਹਦਾ ਕੀ ਸੀ 12 ਮੁੰਡਾ ਹੀ ਸੀ 12 ਮੁੱਲਾ 12 ਮੁੱਲਾ ਸੀ ਉਹ 12 ਮੁੰਡਾ ਹੀ 12 ਕੁਡਾ ਸੀ ਵੈਰੀ ਗੁੱਡ ਜੀ 12 ਕੁਡਾ ਸੀ 12 ਕੁੱਡਾ ਬੋਟ ਸੀ 12 ਕੁੱਡਾ ਬੋਟ ਸੀਗੀ ਜਿਹੜੀ ਕਿ ਲਾਂਚ ਕੀਤੀ ਸੀ ਇੰਡੀਆ ਦੀ ਪਹਿਲੀ ਸੋਲਰ ਇਲੈਕਟ੍ਰਿਕ ਬੋਟ ਕੇਰਲਾ ਦੇ ਵਿੱਚ 12 ਕੁੱਡਾ ਠੀਕ ਹੈ ਜੀ 12 ਮੁੱਲਾ ਜਗ੍ਹਾ ਹੈ ਤੇ 12 ਕੁੱਡਾ ਬੋਟ ਹੈ ਤੇ 12 ਮੁੰਡਾ ਇੰਟਰਨੈਸ਼ਨਲ ਬੱਸ ਟਰਮੀਨਲ ਜਿਹਦਾ ਨਾਮ ਹੁਣ ਡਾਕਟਰ ਬੀ ਆਰ ਅਮੇਦਕਰ ਜੀ ਦੇ ਨਾਮ ਉੱਤੇ ਰੱਖ ਦਿੱਤਾ ਗਿਆ ਹੈ ਆਜੋ ਜੀ ਕਹਿੰਦਾ ਅਹਿਮਦ ਅਵਦ ਬਿਨ ਮੁਬਾਰਕ ਇਨ ਨਵੇਂ ਬਣੇ ਨੇ ਪ੍ਰਾਈਮ ਮਿਨਿਸਟਰ ਕਿਹੜੀ ਕੰਟਰੀ ਦੇ ਕਿਹੜੀ ਕੰਟਰੀ ਦੇ ਨਵੇਂ ਪ੍ਰਾਈਮ ਮਿਨਿਸਟਰ ਬਣੇ ਨੇ ਦੱਸੋ ਬਈ ਅੱਜ ਹੀ ਕੀਤਾ ਕਰੰਟ ਅਫੇਅਰ ਆਪਾਂ ਨੇ ਇਹ ਮਲੇਸ਼ੀਆ ਨਹੀਂ ਹੈ ਮਨੇ ਵੇ ਮਲੇਸ਼ੀਆ ਦਾ ਤਾਂ ਸੀਗਾ ਹੁਣੇ ਪ੍ਰਧਾਨ ਬਣਿਆ ਸੀ ਉੱਥੇ ਦਾ ਪ੍ਰੈਜ਼ੀਡੈਂਟ ਬਣਿਆ ਸੀ ਨਵਾਂ ਕਿੰਗ ਬਣਿਆ ਸੀਗਾ ਇਜ਼ ਅ ਇਸਕੰਦਰ ਇਸਮਾਈਲ ਇਸਕੰਦਰ ਕਿੰਗ ਇਸਮਾਈਲ ਇਸਕੰਦਰ ਵੈਰੀ ਗੁੱਡ ਜੀ ਸੋ ਯਮਨ ਯਮਨ ਇਜ਼ ਦਾ ਕੈਪੀਟਲ ਯਮਨ ਇਜ਼ ਦਾ ਕੰਟਰੀ ਜਿੱਦੇ ਹੈ ਪ੍ਰਾਈਮ ਮਿਨਿਸਟਰ ਲੱਗੇ ਨੇ ਅਗਲਾ ਸਵਾਲ ਕਿਹੜੀ ਕੰਟਰੀ ਨੂੰ ਬੱਚਿਓ ਆਪਾਂ ਨੇ ਹੁਣੇ ਹਿਊਮਨਿਟੇਰੀਅਨ ਅਸਿਸਟੈਂਸ ਦਿੱਤੀ ਹੈ ਮਨੁੱਖਤਾਵਾਦੀ ਸਹਾਇਤਾ ਦਿੱਤੀ ਹੈ ਕਿਉਂਕਿ ਉੱਥੇ ਬੱਚਿਓ ਹੈਜਾ ਫੈਲ ਗਿਆ ਕੋਲਰੇ ਦਾ ਆਊਟਬਰੇਕ ਹੋ ਗਿਆ ਜੀ ਕਿਹੜੀ ਕੰਟਰੀ ਹੈ ਜ਼ਾਂਬੀਆ ਜ਼ਿੰਬਾਬਵੇ ਤੰਜ਼ਾਨੀਆ ਯੂਗਾਂਡਾ ਲਾਦੋ ਤੁਕੇ ਕੋਈ ਟੈਨਸ਼ਨ ਨਹੀਂ ਛੋਟੇ ਛੋਟੇ ਐਦਾਂ ਦੀਆਂ ਨਿਊਜ਼ ਜਿਹੜੀਆਂ ਕਿ ਸਿਰਫ ਐਮਸੀਕਿਊਜ਼ ਰਾਹੀਂ ਆਪਾਂ ਕਰਾਂਗੇ ਸ਼ਾਬਾਸ਼ ਤੰਜ਼ਾਨੀਆ ਨਹੀਂ ਹੈਗਾ ਬੱਚੇ ਯੂਪੀ ਬਿਨਾਂ ਮਾਰਕ ਸੋ ਇਹਦਾ ਕੀ ਆਨਸਰ ਹੈ ਬੱਚੇ ਤੰਜ਼ਾਨੀਆ ਨਹੀਂ ਹੈਗਾ ਇਹਦਾ ਆਨਸਰ ਹੈ ਜ਼ਾਮਬੀਆ ਸੋ ਜ਼ਾਮਬੀਆ ਦੇ ਵਿੱਚ ਬੱਚੇ ਆਊਟ ਬ੍ਰੇਕ ਫੈਲ ਰਹੀ ਹੈ ਜੀ ਉਹਦਾ ਇਹ ਜਿਹੜਾ ਹੈ ਅ ਦੱਸ ਰਿਹਾ ਹੈ ਅਗਲਾ ਸਵਾਲ 6ਵੇਂ ਵਰਲਡ ਗਵਰਨਮੈਂਟ ਸਮਿਟ ਕਿੱਥੇ ਹੋਊਗੀ ਕੱਲ੍ਹ ਆਪਾਂ ਨੇ கரنٹ ਅਫੇਅਰ ਕੀਤਾ ਸੀਗਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੋਰਾਂ ਨੂੰ ਬੁਲਾਇਆ ਕਿਹੜੀ ਕੰਟਰੀ ਦੇ ਵਿੱਚ ਹੋਣੀ ਹੈ ਵਰਲਡ ਗਵਰਨਮੈਂਟ ਸਮਿਟ ਸ਼ਾਬਾਸ਼ ਤੇ ਇਹਦਾ ਆਨਸਰ ਹੈ ਬੱਚੇ ਹਲ ਹਬੀਬੀ ਯੂਏਈ ਕੀ ਬਾਤ ਹੈ ਜੀ so uae is the correct option dubai uae ਦੇ ਵਿੱਚ ਕਰਵਾਈ ਜਾਊਗੀ ਗਰਮ ਵਰਲਡ ਗਵਰਨਮੈਂਟ ਸਮਿਟ ਤੇ ਇੱਥੇ ਬੱਚੇ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਇੱਕ ਹੋਰ ਉਦਘਾਟਨ ਕਰਨ ਇੱਕ ਟੈਂਪਲ ਦਾ ਉਸ ਟੈਂਪਲ ਦਾ ਨਾਮ ਕੀ ਹੈ ਦੱਸ ਦਿਓ ਚਲੋ ਜੀ ਅਗਲਾ ਸਵਾਲ 87 kg ਕੈਟਾਗਰੀ ਦੇ ਵਿੱਚ ਗ੍ਰੀਕੋ ਰੋਮਨ ਟਾਈਟਲ ਕਿਹਨੇ ਜਿੱਤਿਆ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ 2024 ਦੀ ਜਿਹੜੀ ਚੇਨਈ ਦੇ ਵਿੱਚ ਕਰਵਾਈ ਗਈ ਸੀ ਨਹੀਂ ਜੈਪੁਰ ਦੇ ਵਿੱਚ ਕਰਵਾਈ ਗਈ ਸੀ ਗ੍ਰੀਕੋ ਰੋਮਨ ਟਾਈਟਲ ਕਿਹਨੇ ਜਿੱਤਿਆ 87 kg ਕੈਟਾਗਰੀ ਦੇ ਵਿੱਚ ਸੂਰਜ ਵਿਸ਼ੇਸ਼ ਸੁਨੀਲ ਕੁਮਾਰ ਅਜੀਤ ਕੁਮਾਰ ਨਵੀਨ ਅਹਲਾਵਤ ਕਰ ਦੋ ਬਈ ਇਹਦਾ ਆਨਸਰ ਕੀ ਆਊਗਾ ਬੀ ਬੀਏਪੀਐਸ ਮੰਦਿਰ ਸ਼ਾਬਾਸ਼ੀ ਵੈਰੀ ਗੁੱਡ ਜੀ ਬੀਏਪੀਐਸ ਟੈਂਪਲ ਇਹਦਾ ਜਿਹੜਾ ਆਨਸਰ ਆ ਬੱਚੇ that is not d the answer is ਸੁਨੀਲ ਕੁਮਾਰ 87 ਕੇਜੀ ਕੈਟਾਗਰੀ ਸੁਨੀਲ ਕੁਮਾਰ ਸੀਗਾ ਜਿਹਨੇ ਬੱਚੇ ਉਹ ਗ੍ਰੀਕੋ ਰੋਮਨ ਟਾਈਟਲ ਜਿੱਤਿਆ ਸੀਗਾ ਯਾਦ ਰੱਖਿਓ ਜੀ ਠੀਕ ਹੈ ਜੀ ਡਨ ਹੈ ਮਾਮਲਾ ਨਵੀਨ ਨੇ ਜਿਹੜਾ ਤੁਸੀਂ ਨੈਂਸੀ ਕੋਲ ਨਵੀਨ ਤੁਸੀਂ ਕਹਿ ਰਹੇ ਹੋ ਨਾ ਇਹਨਾਂ ਨੇ 103 ਕਿਲੋ ਕੈਟਾਗਰੀ ਦੇ ਵਿੱਚ ਜਿੱਤੇ ਸੀ ਅਗਲਾ ਸਵਾਲ ਲੋ ਜੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੀ ਐਂ ਕਹਿੰਦੀ ਹੈ ਵੀ ਫਿਸਕਲ ਇਅਰ 25 ਦੇ ਵਿੱਚ ਇੰਡੀਆ ਦੀ ਗਰੋਥ ਰੇਟ 6.2 ਪ੍ਰਤੀਸ਼ਤ ਰਹੂਗੀ ਕਿਹੜੀ ਆਰਗੇਨਾਈਜੇਸ਼ਨ ਨੇ ਇਹ ਗੱਲਬਾਤ ਕਹੀ ਹੈ ਦੱਸੋ ਬਈ ਇੰਟਰਨੈਸ਼ਨਲ ਮਾਨਟਰੀ ਫੰਡ ਕੀ ਕਹਿੰਦਾ ਜੀ 6.4 ਪ੍ਰਤੀਸ਼ਤ ਵਰਲਡ ਬੈਂਕ ਵੀ ਇਹੀ ਕਹਿੰਦਾ ਟੇਸ਼ਨ ਡਿਵੈਲਪਮੈਂਟ ਕਹਿੰਦਾ ਜੀ 6.7 ਪ੍ਰਤੀਸ਼ਤ ਵਰਲਡ ਬੈਂਕ ਵੀ 6.3 ਪ੍ਰਤੀਸ਼ਤ ਕਹਿੰਦਾ ਜੀ ਤੇ ਕੋਈ ਰਹਿ ਗਿਆ ਜੀ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਓਈਸੀਡੀ ਨੇ ਕਿਹਾ ਜੀ 6.2 ਪ੍ਰਤੀਸ਼ਤ ਰਹਿੂਗਾ ਵੈਰੀ ਗੁੱਡ ਅਗਲਾ ਸਵਾਲ ਕਿਨੂੰ ਦਿੱਤਾ ਗਿਆ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਹਦੇ ਵੱਲੋਂ სპੋਰਟਸ ਜਰਨਲਿਸਟ ਫੈਡਰੇਸ਼ਨ ਆਫ ਇੰਡੀਆ ਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਇਹ ਉਹ ਮੈਡਮ ਜੀ ਨੇ ਇਹ ਉਹ ਬੰਦਾ ਹੈ ਜਾਂ ਫਿਰ ਬੰਦੀ ਹੈ ਜਿਹੜੀ ਕਿ ਇੰਟਰਨੈ ਇੰਡੀਅਨ 올림픽 ਐਸੋਸੀਏਸ਼ਨ ਦੀ ਪ੍ਰਧਾਨ ਹੈ ਧਾਵਕ ਹੈ ਜਿਹੜੀ ਹੈ ਬੱਚੇ ਅ ਤੁਸੀਂ ਕਹ ਦੋ ਵੀ ਰਨਰ ਸਿਗੀ ਇਹ ਸਪ੍ਰਿੰਟਰ ਰਨਰ ਨਾਮ ਕੀ ਹੈ ਜੀ ਪੀਟੀ 우샤 ਸ਼ਾਬਾਸ਼ ਜੀ ਪੀਟੀ 우샤 ਇਸ ਦਾ ਕਰੈਕਟ অপਸ਼ਨ ਬੱਚਿਓ ਵੈਰੀ ਗੁੱਡ ਬੱਚਿਓ ਸੋ ਇਹਦੇ ਨਾਲ ਬੱਚਿਓ ਤੁਹਾਡਾ ਅੱਜ ਦਾ ਜਿਹੜਾ ਇੱਕ ਐਪੀਸੋਡ ਹੋਰ ਸਿੱਧੂ ਦੇ ਸ਼ੋਅ ਦਾ ਸਾਰਾ ਹੀ ਸੰਪੰਨ ਹੋ ਜਾਂਦਾ ਹੈ ਥੈਂਕ ਯੂ ਸੋ ਮੱਚ ਫॉर ਅਟੈਂਡਿੰਗ ਤੁਸੀਂ ਹਰ ਰੋਜ਼ ਇੱਕ ਕਰੰਟ ਅਫੇਅਰ ਲਾਉਣੇ ਨੇ ਬੱਚੇ ਡੇਲੀ 9 एएम ਤੇ ਜਾਂਦਾ ਜਾਂਦਾ ਤੁਹਾਨੂੰ ਦੱਸੂਗਾ ਬੱਚਿਓ ਕਿ ਆਪਣਾ ਜਿਹੜਾ ਕੋਰਸ ਹੈ ਮਾਸਟਰ ਕੋਰਸ 4.0 ਏ ਬੱਚੋ ਤੁਹਾਡਾ 19 ਫਰਵਰੀ ਨੂੰ ਸਟਾਰਟ ਹੋ ਜਾਣਾ ਸੋ ਇਹਨੂੰ ਜ਼ਰੂਰ ਲਿਓ ਚੌਥਾ ਐਡੀਸ਼ਨ ਹੋਊਗਾ ਜਿਹਦੇ ਵਿੱਚ ਆਪਾਂ ਤੁਹਾਨੂੰ ਮਾਸਟਰ ਬਣਾਵਾਂਗੇ ਪੰਜਾਬ ਦੇ ਐਗਜ਼ਾਮ ਦਾ ਛੋਟੇ ਲੈਵਲ ਤੋਂ ਲੈ ਕੇ ਵੱਡਾ ਲੈਵਲ ਜਿਹੜਾ ਮਰਜ਼ੀ ਐਗਜ਼ਾਮ ਦੇ ਲਿਓ ਉਹ ਸਾਰਿਆਂ ਦੀ ਕਵਰ ਕੀਤਾ ਜਾਣਾ ਇਹਨੂੰ ਠੀਕ ਹੈ ਜੀ ਸੋ ਵੈਲਿਡਿਟੀ 1 ਸਾਲ ਦੀ ਰਹੂਗੀ ਬੈਚ ਡਿਊਰੇਸ਼ਨ 4 ਮਹੀਨੇ ਰੂਗਾ 4 ਮਹੀਨੇ ਚ ਕੰਪਲੀਟ ਕਰ ਦਵਾਂਗੇ ਬਾਈਲਿੰਗੁਅਲ ਪੰਜਾਬੀ ਪਲੱਸ ਇੰਗਲਿਸ਼ ਦੇ ਵਿੱਚ ਇਹਨੂੰ ਕਵਰ ਕਰਨਾ ਹੈ ਜਿਹੜਾ ਵੀ ਬੱਚਾ ਕੋਈ ਇੰਟਰਸਟਿਡਡ ਹੈਗਾ ਤਾਂ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਲਿੰਕਨ ਵਾਲੇ ਨੂੰ ਐਕਸੈਸ ਲੈ ਸਕਦਾ ਹੈ 93 ਚਲੋ ਮੇਰੇ ਪਿਆਰੇ ਵਿਦਿਆਰਥੀਓ ਸੋ ਇਹਦੇ ਨਾਲ ਕਰਦੇ ਆਪਾਂ ਸੈਸ਼ਨ ਨੂੰ ਐਂਡ ਥੈਂਕ ਯੂ so much ਤੇ ਹੁਣ ਜੇ ਕਿਸੇ ਨੇ ਸਵਾਲ ਪੁੱਛਣਾ ਹੈ ਕੋਈ ਨਵਾਂ ਬੱਚਾ ਹੈਗਾ ਤਾਂ ਪੁੱਛ ਸਕਦਾ ਹੈ ਇੱਕ ਵਾਰੀ ਮੈਨੂੰ ਦੇਖਣ ਦੋ ਚਲੋ ਜੀ ਥੈਂਕ ਯੂ ਯਾਰ ਰਜਿੰਦਰਾ ਰੂਟੀਨਾ ਹੁਣ ਤਾਂ ਸਰ ਜੀ ਕਰੰਟ ਅਫੇਅਰ ਦੀ ਕਲਾਸ ਵੈਰੀ ਗੁੱਡ ਜੀ ਸੁਪਰੀਆ ਸ਼ਰਮਾ ਲਾਉਣੀ ਆਪਾਂ ਨੇ ਥੈਂਕ ਯੂ ਬਲਜਿੰਦਰ ਬਲੈਕੀ ਸ਼ਨਾਇਆ ਹਾਂਜੀ ਰਿਕਾਰਡਡ ਕਲਾਸ ਵੀ ਹੋਣਗੀਆਂ ਸ਼ਨਾਇਆ ਜੀ ਬਿਲਕੁਲ ਰਿਕਾਰਡਡ ਕਲਾਸਿਸ ਵੀ ਹੋਣਗੀਆਂ ਅਲੈਕੁਮ ਅਰੋ ਕੁਦਾਫਿਸ ਕੁਦਾਫਿਸ ਥੈਂਕ ਯੂ ਗਰਨਜੀਤ ਯੂ ਆਰ ਨਿਊ ਆਈ نو ਸੋ ਆਰਪਿੰਦਰ ਥੈਂਕ ਯੂ ਦਮਨੇ ਨਹੀਂ ਯੂਟਿਊਬ ਤੇ ਇਹ ਲੱਭਣੀ ਪਊਗੀ ਇਸ ਤਾਂ ਬਹੁਤ ਕਲਾਸਾਂ ਪਈਆਂ ਨੇ ਮੈਨੂੰ ਨਹੀਂ ਪਤਾ ਕਿੱਥੇ ਨੇ ਪਰ ਉਹ ਪੀ ਐਸ ਟੈਟ ਦੀ ਨਹੀਂ ਆਪਾਂ ਕਰਾਉਂਦੇ ਰਾਦਰ ਆਦੇ ਜੇ ਕੋਈ ਨਵੇਂ ਬੱਚੇ ਨੇ ਕੋਈ ਸਵਾਲ ਪੁੱਛਣਾ ਤਾਂ ਪੁੱਛ ਲਓ ਬਾਈ ਨਹੀਂ ਫਿਰ ਮੈਂ ਜਾਵਾਂ 7 ਮਿੰਟ ਰਹਿ ਗਏ ਮੇਰੀ ਅਗਲੀ ਕਲਾਸ ਲਈ ਕੋਈ ਨਵਾਂ ਜਵਾਕ ਨਹੀਂ ਜਸਮின் ਕੌਰ ਐਦਾਂ ਦਾ ਕੁਝ ਨਹੀਂਗਾ ਡਿਟੇਲਸ ਮੈਂ ਸ਼ੇਅਰ ਕਰੂੰਗਾ ਤੁਹਾਡੇ ਨਾਲ ਅਜੇਮੈਂਟ ਠੀਕ ਹੈ ਯੂਨੀਫਾਰਮ ਸਿਵਲ ਕੋਡ ਤੇ 10 ਮਿੰਟ ਸ਼ੋਅ ਦੇ ਵਿੱਚ ਆਪਾਂ ਅੱਜ ਇੱਕ ਵੀਡੀਓ ਬਣਾਉਂਗਾ ਤਾਂ ਉਹਦੇ ਵਿੱਚ ਡਿਟੇਲ ਸ਼ੇਅਰ ਕਰ ਦੂੰਗਾ ਚਲੋ ਜੀ ਠੀਕ ਆਈ ਹੋਪ ਸਰਕੋਸ ਦਾ ਰੇਟ ਕੀ ਹੈ ਜੀ ਆਈ ਐਮ ਨਿਊ ਜਵਾਕ ਆ ਅਗਲੀ ਕਲਾਸ ਕਿੱਥੇ ਲਾਣੀ ਹੈ ਜੀ ਦੂਜੇ ਚੈਨਲ ਤੇ ਸੁਮਿਤ ਸਰ ਮੇਰੀ ਅੰਦਰਸਨਾ ਹੋ ਗਈ ਸੀ ਗੱਲ ਉਹਨਾਂ ਨੇ ਸਮਝਾ ਦਿੱਤਾ ਸੀ ਕਰਨਾ ਠੀਕ ਹੈ ਜੀ ਵੈਰੀ ਗੁੱਡ ਚਲ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਉਹ ਮਿਸਟਰ ਪੁੱਲਰ ਉਹ ਤਾਂ ਨਹੀਂਗਾ ਤੂੰ ਏਡੀ ਵਾਲਾ ਪੇਪਰ ਦੀ ਗੱਲ ਤਾਂ ਨਹੀਂ ਕਰ ਰਿਹਾ ਤੂੰ ਕਿਤੇ ਸਰ ਜੀ ਜਦੋਂ ਦਾ ਚੈਨਲ ਬਣਿਆ ਹੋਇਆ ਮੈਂ ਉਦੋਂ ਦਾ ਫੋਲੋ ਕਰ ਰਿਹਾ ਹਾਂ ਰਾਜ ਸਰ ਬਹੁਤ ਵਧੀਆ ਟੀਚ ਕਰਦੇ ਆ ਬਿਲਕੁਲ ਜੀ ਕੋਈ ਇਹਦੇ ਵਿੱਚ ਦੋ ਰਾਏ ਨਹੀਂ 올ਡੈਸ 골ਡ ਉੱਥੇ ਜਾ ਕੇ ਲਾਈਕ ਕਰ ਦਿਓ ਹਾਂ ਕੋਰਸ ਮੈਂ ਦੱਸ ਦੇਣਾ ਕਿਦਾਂ ਰਸਗੁਲੇ ਦੇਖੀ ਮੜ ਜਾ ਨਾਮ ਹੀ ਬੜਾ ਘੈਂਟ ਹੈ ਰਸਗੁਲਾ ਦੇਖ ਬੱਚੇ ਆ ਦੇਖ ਜਿਵੇਂ ਆ ਆਪਣੀ ਵੀਡੀਓ ਚੱਲਦੀ ਪਈ ਆ ਨਾ YouTube ਤੇ ਇੱਕ ਵਾਰ ਦੱਸ ਦਿਨਾ ਯਾਰ ਕੰਮੇ ਕਰਨਾ ਹੁੰਦਾ ਨਾ ਇਹ ਸਿਸਟਮ ਸਾਰਾ ਆਪਣੀ ਕਲਾ ਚੱਲਦੀ ਪਈ ਆ ਠੀਕ ਹੈ ਜੀ ਚੱਲਦੀ ਪਈ ਆ ਪਹਿਲਾ ਲਾਈਕ ਕਰਤਾ ਕਰਤਾ ਆ ਇਥੇ ਲਿੰਕ ਪਏ ਹੋਇਆ ਡਿਸਕ੍ਰਿਪਸ਼ਨ ਦੇਖੋ ਆ ਮੋਰ ਦੱਬੋਂਗੇ ਨਾ ਆ ਸਾਰੇ ਲਿੰਕ ਪਏ ਆ ਮਾਸਟਰ ਕੋਰਸ ਦੇ ਮਾਸਟਰ ਕੋਰਸ ਬੱਚੇ ਸਾਡਾ ਚੌਥਾ ਐਡੀਸ਼ਨ ਰਹੂਗਾ ਆਨਲਾਈਨ ਲੈਣਾ ਆਨਲਾਈਨ ਆਫਲਾਈਨ ਲੈਣਾ ਆ ਆਫਲਾਈਨ ਆਨਲਾਈਨ ਦੱਬਿਆ ਜੇ ਦੱਬੋਂਗੇ ਤਾਂ ਸਿੱਧਾ ਇਹ ਪੇਜ ਖੁੱਲ ਜਾਊਗਾ 50% ਆਫ ਤੁਹਾਨੂੰ ਬੱਚਿਓ ਆਲਰੇਡੀ ਮਿਲ ਜਾਣਾ ਹੈ ਤਾਂ ਇਹਦੀ ਜਿਹੜੀ ਕੋਸਟ ਰਹਿਣੀ ਆ ਤੁਹਾਡੀ 4000 ਰਹੂਗੀ ਕੁਝ ਬੈਂਕ ਕਨਵੀਨੀਅன்ஸ் ਫੀਸ ਰਹਿਣੀ ਆ 150 ਰੁਪਿਆ ਆਈ ਥਿੰਕ 120 30 ਰੁਪਏ ਪਲੱਸ ਇਹ 4000 ਜਿਹੜੀ ਹੈ ਫੀਸ ਰਹਿਣੀ ਆ ਠੀਕ ਹੈ ਜੀ ਚਲੋ ਜੀ ਬਾਏ ਬੱਚਿਓ ਗੁੱਡ ਮਾਰਨਿੰਗ ਅਭਿਪਕਤ ਜਾ ਰਹੇ ਹੁਣ ਤਾਂ ਅਸੀਂ ਆਫਲਾਈਨ ਫੀਸ ਜਿਹੜੀ ਕੁਲਦੀਪ ਕੌਰ ਇਹਦੀ ਰਹੂਗੀ ਜੀ 5000 ਆਫਲਾਈਨ ਜਿਹੜੀ ਕੋਰਸ ਰਹਿਣੀ ਆ ਫੀਸ ਰਹਿਣੀ ਆ ਦੈਟ ਇਜ਼ 5000 ਉਹ ਚ ਵੀ 50% ਤੁਹਾਨੂੰ ਆਫ ਮਿਲ ਹੀ ਜਾਣਾ ਹੈ 5000 ओके okay, जी ਚੰਡੀਗੜ੍ਹ ਦੇ ਵਿੱਚ 5000 ਦੇ ਵਿੱਚ ਤੁਹਾਨੂੰ ਪੂਰਾ ਮਾਸਟਰ ਬਣਾਇਆ ਜਾਊਗਾ ਪੇਪਰਾਂ ਦੇ ਵਿੱਚ। ਬਾਕੀ ਤੁਸੀਂ ਚੰਡੀਗੜ੍ਹ ਦੇ ਵਿੱਚ ਪੁੱਛ ਕੇ ਜਾਓ। ਸਾਰੇ ਇੰਸਟੀਟਿਊਟਸ ਜਾਓ ਤੇ ਪੁੱਛ ਕੇ ਆਓ ਕਿ ਕੀ ਰੇਟ ਨੇ ਤੇ ਉਹਨਾਂ ਦੀ ਬੱਚਿਆਂ ਤੋਂ ਫੀਡਬੈਕ ਲਓ ਕਿ ਉਹਨਾਂ ਦੀ ਕੁਆਲਿਟੀ ਕੀ ਹੈ। 올 ਰਾਈਟ ਜੀ ਇਹਨਾਂ ਕੰਮ ਕਰ ਲਿਓ ਫੇਰ ਸਾਡੇ ਕੋਲ ਆਇਓ। ਲਓ ਜੀ ਬਾਏ ਬੱਚਿਓ ਟੇਕ ਕੇਅਰ ਖੁਦਾ হাফেজ। ਮਿਲਦੇ ਆਂ ਜੀ ਕੱਲ ਨੂੰ। ਟੇਕ ਕੇਅਰ। 4K ਲੈ ਲੋ ਲਓ ਲੈ ਲੋ। ਬਾਏ ਜੀ। ਰੋਮਨ ਤੂੰ ਕਿਤੇ ਫਸਾਤ ਨਹੀਂ ਰੱਖੇ ਸੀ ਪੈਸੇ ਆਪਣੇ ਪੇਪੀਐਮ ਪੀਟੀਐਮ ਬੜਾ ਦਾ ਗਾਪਿਆ ਪਿਆ ਹੈ ਬਾਈ